ਨਾ ਕਰਿਆ ਕਰ ਗਲਤ ਕੰਮ। ਉਹ ਦਸਾਂ ਨੌਹਾਂ ਦੀ ਕਮਾਈ ਹੋਈ ਰੋਟੀ ਛੇਤੀ ਹਜਮ ਹੁੰਦੀ ਹੈ। ਮੈਂ ਤਾਂ ਲੋਕਾਂ ਦਾ ਹਾਜ਼ਮਾ ਠੀਕ ਕਰਨ ਲਈ ਪਾਣੀ ਪਾ ਰਹੀ ਹਾਂ। ਅੱਜ ਕੱਲ੍ਹ ਅਸਲੀ ਦੁੱਧ ਪਚਦਾ ਕਿੰਨੂ ਆ? ਇਹ ਰੱਬ ਵੀ ਨਾ ਖਸਮਾਂ ਨੂੰ ਖਾਣਾ, ਲੋਕਾਂ ਦੇ ਸਰੀਰ 'ਚ ਨਕਲੀ ਲੇਬਰ ਲਾਣ ਲੱਗ ਪਿਆ। ਉਹ ਲੇਬਰ ਨਹੀਂ ਹੁੰਦਾ, ਲਿਵਰ ਹੁੰਦਾ। ਜੋ ਵੀ ਹੁੰਦਾ, ਅਸਲੀ ਗੱਲ ਤਾਂ ਇਹੀ ਆ ਨਾ ਕਿ ਨਕਲੀ ਆ। ਨਕਲੀ ਹੈ ਉਹ, ਆਪਣੇ ਲਾਡਲੇ ਦਿਓਰ ਨੂੰ ਵੀ ਠਾ ਲਿਆ ਕਰ। ਗੋਡੇ ਗੋਡੇ ਦਿਨ ਚੜ ਗਿਆ, ਹਲੇ ਤੱਕ ਸੁੱਤਾ ਪਿਆ। ਵਿਚਾਰਾ ਟਿਊਸ਼ਨ ਤੋਂ ਆਇਆ, ਵੈਸੇ ਵੀ ਅੱਜ ਸੁੰਡੇ ਆ। ਕੀ ਹੈ? ਸੁੰਡੇ। ਉਹ ਸੁੰਡੇ ਨਹੀਂ ਹੁੰਦਾ, ਸੰਡੇ ਹੁੰਦਾ। ਜੋ ਵੀ ਹੁੰਦਾ, ਹੁੰਦਾ ਤਾਂ ਛੁੱਟੀ ਵਾਲਾ ਦਿਨ ਹੀ ਆ ਨਾ। ਛੁੱਟੀ ਵਾਲਾ ਦਿਨ? ਤੜਕੀ ਤੜਕੀ ਅੰਗਰੇਜ਼ੀ ਦੀ ਮਾਂ ਭੈਣ ਕਰ ਦਿੰਦੀ ਹੈ ਸੁੰਡੇ। ਉਹ ਤੂੰ ਉੱਠੋ ਏ, ਪਿਆਰਾ। ਉਹ ਤੂੰ ਉਹ ਤੂੰ ਤੜਦੀ ਨਹੀਂ ਨਾ, ਜਾ ਕੇ ਆਪਣੇ ਲਾਡਲੇ ਦਿਓਰ ਨੂੰ ਲੱਸੀ ਲੁੱਸੀ ਪਿਆ ਦੇ। ਰਾਤ ਵਾਲੀ ਟਿਊਸ਼ਨ ਦੀ ਸਮੈਲ ਆਈ ਜਾਂਦੀ ਹੈ, ਅੱਧੀ ਰਾਤ ਨੂੰ ਕਿੱਥੇ ਟਿਊਸ਼ਨਾਂ ਲੱਗਦੀਆਂ ਨੇ। ਮੈਂ ਕਿਹਾ ਜੀ, ਹੁਣ ਕੀ ਹੈ? ਹੈਪੀ ਜਰਮਨੀ। ਉਹ ਜਰਮਨੀ ਨਹੀਂ ਹੁੰਦਾ, ਜਰਨੀ ਹੁੰਦਾ। ਜੋ ਵੀ ਹੁੰਦਾ, ਹੁੰਦਾ ਤਾਂ ਸੈਰ ਸਪਾਟਾ ਹੀ ਆ ਨਾ। ਤਰਸ ਕਰ ਲਾਂ ਅੰਗਰੇਜ਼ੀ ਤੇ, ਅੱਜ ਤਾਂ ਆਈ ਨਹੀਂ ਲੱਗਿਆ। ਕਿਹੜੇ ਮੂੰਹ? ਓ ਗੁੱਡ ਮਾਰਨਿੰਗ ਭਾਬੀ। ਓਏ ਮੁੱਢ ਗਾਰਨਿੰਗ ਦਿਆ ਲੱਗਦੇ ਆ, ਤੇਰੇ ਕਰਕੇ ਰੋਜ਼ ਤੇਰੇ ਵੀਰ ਤੋਂ ਮੈਨੂੰ ਛਿੱਤਰ ਪੈਂਦੇ ਆ। ਤੂੰ ਤਾਂ ਜਾਣਦਾ ਹੀ ਹੈ, ਬੇਬੇ ਔਰ ਬਾਪੂ ਦੇ ਜਾਣ ਤੋਂ ਬਾਅਦ ਤੇਰੇ ਵੀਰ ਨੇ ਤੈਨੂੰ ਭਰਾਵਾਂ ਵਾਂਗ ਨਹੀਂ ਪੁੱਤਾਂ ਵਾਂਗ ਪਾਲਿਆ। ਭਾਬੀ ਤੂੰ ਐਵੇਂ ਟੈਨਸ਼ਨ ਲਈ ਜਾਂਦੀ ਹੈ। ਉਹ ਬਾਈ ਤਾਂ ਸਾਡਾ ਉੱਤੋਂ ਉੱਤੋਂ ਝਿੜਕਦਾ, ਤੈਨੂੰ ਪਤਾ ਤੂੰ ਸਾਨੂੰ ਬਹੁਤ ਪਿਆਰ ਕਰਦਾ। ਤਾਂ ਫੇਰ ਕਿਸੇ ਦੀ ਸ਼ਰਾਫਤ ਦਾ ਨਜਾਇਜ਼ ਫਾਇਦਾ ਨਹੀਂ ਚੁੱਕੀਦਾ ਹੁੰਦਾ। ਮੈਂ ਵੀ ਤੇਰੀ ਲੂਹਰ ਬਣੀ ਫਿਰਦੀ ਹਾਂ। ਉਹ ਭਾਬੀ ਲੂਹਰ ਨਹੀਂ, ਲੋਇਰ। ਜੋ ਵੀ ਹੁੰਦਾ, ਹੁੰਦਾ ਤਾਂ ਵਕੀਲ ਹੀ ਆ ਨਾ। ਅਲੱਸੀ ਡਾਫਲਾ ਕਮਲਾ ਨਾ ਹੋਵੇ ਤਾਂ। TDP ਨਿਊਜ਼ ਚੈਨਲ ਸੇ ਮੈਂ ਨੀਲਮ ਗੁਪਤਾ ਗੁੱਤ ਵਾਲਾ ਆਪਕੇ ਲਈ ਲੇਕਰ ਆਇਆ ਹੂੰ MLA ਬਖਤਾਵਰ ਸਿੰਘ ਕੇ ਘਰ ਸੇ ਏਕ ਸਨਸਨੀ ਖੇਜ ਖੁਲਾਸਾ। ਆਪਕੇ ਇਲਾਕੇ ਮੇ ਹਰ ਇਲੈਕਸ਼ਨਸ ਮੇ ਨੌਜਵਾਨੋਂ ਕੋ ਗੁਮਰਾਹ ਕਰਨੇ ਕੇ ਲੀਏ ਪੁੱਕੀ ਅਫੀਮ ਡੋਡਾ ਔਰ ਸ਼ਰਾਬ ਜੈਸੇ ਅੰਗਰੇਜ਼ੀ ਨਸ਼ੋ ਕਾ ਬੰਦਰ ਬਾਟ ਚਲਤਾ ਹੈ। ਇਨ ਨੌਜਵਾਨੋਂ ਕੋ ਇਨ ਨਸ਼ੋ ਸੇ ਕੈਸੇ ਬਚਾਇਆ ਜਾਏ ਔਰ ਲੋਗੋ ਕੇ ਦਿਲੋਂ ਮੇ ਕੈਸੇ ਜਗ੍ਹਾ ਬਣਾਈ ਜਾਏ ਉਸ ਪਰ ਏਕ ਅਹਿਮ ਬੈਠਕ ਚੱਲ ਰਹੀ ਹੈ। ਏਕ ਬਾਤ ਔਰ ਜੋ ਇਸਸੇ ਵੀ ਜ਼ਿਆਦਾ ਜ਼ਰੂਰੀ ਹੈ ਕਿ ਯਾਰ ਮੇਰੇ ਪੈਸੇ ਤਾਂ ਦੇ ਦੋ ਯਾਰ। ਪੈਸੇ? 4 ਮਹੀਨੇ ਹੋ ਗਏ। ਨਹੀਂ ਆਈ ਥਿੰਕ ਸੰਪਰਕ ਟੁੱਟ। ਨਹੀਂ ਸਰ, ਨਹੀਂ ਟੁੱਟ ਰਿਹਾ। ਹੈਲੋ। ਲਓ ਜੀ ਇੱਕ ਇੱਕ ਪੈਗ ਲੱਸੀ ਦਾ ਲਾਓ। CM ਸਾਹਿਬ ਅਕਸਰ ਕਹਿੰਦੇ ਨੇ ਕੀ ਵਿਸਕੀ ਦੇ ਹੈਂਗਓਵਰ ਦੀ ਲੱਸੀ ਤੋਂ ਵਧੀਆ ਕਾਟ ਅੰਗਰੇਜ਼ ਵੀ ਨਹੀਂ ਲੱਭ ਸਕੇ ਹੈ। ਤੇ ਜੇ ਕਿਸੇ ਦਾ ਲੱਸੀ ਦਾ ਮੰਗਲਵਾਰ ਹੋਵੇ ਤਾਂ ਇਹ ਕਾਲੀ ਨਗਨੀ ਲੈ ਸਕਦਾ ਹੈ। ਕੀ ਬਾਤ ਹੈ। ਸਿਹਤ ਮੰਤਰੀ ਅਕਸਰ ਕਹਿੰਦੇ ਨੇ ਕਿ ਕਾਲਾ ਮਾਲ ਖਾ ਕੇ ਪਾਸ਼ਣਾਂ ਦੇ ਗੱਪਾਂ ਦਾ ਵਜ਼ਨ ਐ ਵੱਧ ਜਾਂਦਾ ਹੈ ਤੇ ਬੰਦਾ ਸਟੇਜ ਤੇ ਸ਼ੇਰ ਵਾਂਗੂ ਦਹਾੜਦਾ ਹੈ ਤੇ ਉਹਦੀ ਅੱਖ ਖਰਗੋਸ਼ ਦੇ ਕੰਨਾਂ ਵਾਂਗੂ ਖੜੀ ਰਹਿੰਦੀ ਹੈ। ਜਨਾਬ ਐਤਕੀ ਵੋਟਾਂ 'ਚ ਅੰਗਰੇਜ਼ੀ ਬਿਨਾਂ ਨਹੀਂ ਸਰਨਾ। ਤਾਂ ਤੁਸੀਂ ਅੰਗਰੇਜ਼ੀ ਸਿੱਖ ਲਓ। ਓਹੋ ਜਨਾਬ, ਚੇਅਰਮੈਨ ਸਾਹਿਬ ਅੰਗਰੇਜ਼ੀ ਬੋਲੀ ਦੀ ਗੱਲ ਨਹੀਂ ਕਰਦੇ, ਅੰਗਰੇਜ਼ੀ ਬੋਤਲ ਦੀ ਗੱਲ ਕਰਦੇ। ਹਾਂਜੀ ਹਾਂਜੀ ਜਨਾਬ, ਲੋਕ ਬਹੁਤ ਸਿਆਣੇ ਹੋ ਗਏ ਆ। ਆਹ ਦੇਸੀ ਬੋਤਲ ਨਾਲ ਤਾਂ ਪੰਚਾਇਤੀ ਚੋਣਾਂ ਨਹੀਂ ਜਿੱਤੀਆਂ ਜਾਂਦੀਆਂ। ਐਤਕੀ ਅੰਗਰੇਜ਼ੀ ਦੀ ਪੇਟੀ ਤੋਂ ਬਿਨਾਂ ਕਿਸੇ ਨੇ ਕੁੰਡਾ ਨਹੀਂ ਖੋਲ੍ਹਣਾ। ਜਨਾਬ ਸਪਲਾਈ ਵੀ ਅਖੀਰ ਤੱਕ ਦੇਣੀ ਪੈਣੀ ਹੈ। ਜਿਹੜੀ ਪਾਰਟੀ ਦਾ ਪੈਗ ਆਖਰੀ ਹੱਥ 'ਚ ਹੋਵੇ ਨਾ, ਲੋਕ ਵੋਟ ਉਹਨੂੰ ਹੀ ਪਾਉਂਦੇ ਆ। ਆਈਡੀਆ ਘੈਂਟ ਹੈ ਜੀ। ਮੇਰੀ ਸੁਣ ਲਓ ਜੀ ਥਮੇ, ਐਤਕੀ 5,000 ਰੁਪਏ ਪਰ ਵੋਟ MLC ਦਾ ਰੇਟ ਨਿਕਲਿਆ ਤਾ। ਉਸ ਤੋਂ ਬਾਅਦ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜਨਾਬ, ਆਲੂ ਪਿਆਜ਼ ਵੀ ਕਿੰਨੇ ਮਹਿੰਗੇ ਹੋ ਗਏ। ਐਤਕੀ ਰੇਟ 7,000-8,000 ਤੇ ਉੱਪਰ ਜਾਊਗਾ। ਨਾਲੇ ਐਤਕੀ ਨੋਟਾਂ ਕੀ ਗੱਥੀਆਂ ਗੈਲ ਨਹੀਂ ਸਰਨਾ, ਤੁਹਾਨੂੰ ਬੋਰੀਆਂ ਲਿਆਉਣੀਆਂ ਪੈਣੀਆਂ, ਬੋਰੀਆਂ। ਬਾਕੀ ਥਮੇ ਆਪ ਸਿਆਣੇ ਆ ਜੀ,
ਜੋ ਚਾਹੇਂਗੇ ਉਹ ਹੋ ਜੂਗਾ ਜੀ। ਜਨਾਬ, ਭੁੱਕੀ ਨੂੰ ਤਾਂ ਲੋਕੀ ਨਸ਼ਾ ਹੀ ਨਹੀਂ ਸਮਝਦੇ। ਭੁੱਕੀ ਦਾ ਡੱਬਾ ਤਾਂ ਰਸੋਈ ਦੇ ਵਿੱਚ ਲੂਣ ਮਿਰਚ ਦੀਆਂ ਡੱਬੀਆਂ ਦੇ ਨਾਲ ਪਿਆ ਹੁੰਦਾ। ਸਮੈਕ ਤੋਂ ਬਿਨਾਂ ਯੂਥ ਨੇ ਨਹੀਂ ਤੁਰਨਾ। ਮੇਰਾ ਖਿਆਲ ਹੈ ਜਨਾਬ, ਇਸ ਵਾਰ ਕੋਈ ਨਵਾਂ ਤੜਕਾ ਨਾ ਲਾਇਆ ਜਾਵੇ। ਕਿਹੜਾ ਤੜਕਾ? ਪਤੀਲਿਆਂ ਦੇ ਤੁਹਾਡੀ ਫੋਟੋ ਲਗਾ ਕੇ ਪਤੀਲੇ ਨਾ ਵੰਡੇ ਜਾਣ। ਰਹਿਣ ਦਿਓ ਗੁਪਤਾ ਜੀ, ਲੋਕ ਮਾਂਜ ਕੇ ਧਰ ਦੇਣਗੇ। ਹੈ ਉਹ ਜੀ, ਮੈਂ ਤੁਹਾਡੀ ਭਾਵਨਾ ਨੂੰ ਸਮਝਦਾ। ਪਾਰਟੀ ਨੂੰ ਮਜ਼ਬੂਤ ਕਰਨ ਲਈ ਦਿੱਤੇ ਤੁਹਾਡੇ ਕੀਮਤੀ ਵਿਚਾਰ ਮੈਂ ਸੀਐਮ ਸਾਹਿਬ ਕੋਲ ਪੁੱਛਾ ਦਿਆਂਗਾ, ਪਰ ਤੁਸੀਂ ਤਿਆਰੀ ਕਰੋ, ਅਸੀਂ ਕਿਸੇ ਚੀਜ਼ ਦੀ ਵੀ ਕਮੀ ਨਹੀਂ ਆਉਣ ਦੇਣੀ। ਹੈ ਪਾਪਾ, ਮੈਂ ਕਾਲਜ ਚੱਲੀ ਹਾਂ। ਓਕੇ ਬੇਟਾ। ਬੇਟਾ ਹਾਂਜੀ, ਜਿਪਸੀ ਲੈ ਜਾਈ, ਕੈਮਰੀ ਮੈਂ ਚੰਡੀਗੜ੍ਹ ਲੈ ਜਾਣੀ ਹੈ। ਓਕੇ। ਓਏ ਮੱਖਣਾ, ਕਿੱਥੇ ਚੱਲੀ ਗੋਭੀ ਦਾ ਫੁੱਲ ਬਣ ਕੇ? ਬਾਈ ਜੀ, ਲੋ ਆ ਗਈ ਤੁਹਾਡੀ ਕਬੂਤਰੀ। ਹਾਏ ਮਾਰਤਾ ਯੋ। ਓਏ, ਦਿਸਦਾ ਨਹੀਂ ਤੈਨੂੰ? ਓ ਤੇਰੇ ਸਿਵਾ ਮੈਨੂੰ ਕੁਛ ਨਹੀਂ ਦਿਸਦਾ ਲਵਲੀਨ। ਓ ਤੇਰੇ ਹੱਥੀਂ ਮਰ ਜਾਈਏ, ਸਾਨੂੰ ਹੋਰ ਕੀ ਚਾਹੀਦਾ? ਸਿੱਧੇ ਸਵਰਗਾਂ ਨੂੰ ਜਾਵਾਂਗੇ। ਉਹ ਬੜਾ ਸ਼ੌਕ ਹੈ ਸਵਰਗਵਾਸੀ ਹੋਣ ਦਾ, ਨਰਕਾਂ ਨੂੰ ਭੇਜੀਏ। ਕਿਹੜੀ ਫਲਾਈਟ ਜਾਣਾ ਚਾਹੁੰਦੇ ਬ੍ਰੋ, ਏਅਰ ਹੈਲ ਜਾਂ ਸੈਟਨ ਐਕਸਪ੍ਰੈਸ? ਓਏ ਹਟੋ ਓਏ, ਹੁਣ ਟਿੱਡਿਆਂ ਨੂੰ ਵੀ ਜ਼ੁਕਾਮ ਹੋਣ ਲੱਗ ਗਿਆ। ਉਹ ਸਾਡਾ ਕੰਮ ਹੀ ਇਹ ਆ। ਪਰ ਤੇਰਾ ਕੰਮ ਇਹ ਹੈ ਤਾਂ ਆਪਣਾ ਵੀ ਕੰਮ ਇਹੀ ਹੈ। ਓ ਸਨੈਪਸ ਪ੍ਰੋਫੈਸਰ ਸਾਹਿਬ, ਓ ਓ ਆ ਓ ਗੋਡ, ਓ ਮਾਰਤਾ ਵਾਏ, ਬਚਾਓ ਵਾਏ, ਓਏ ਮਾਰ, ਸੱਟ ਬੜੀ ਜ਼ੋਰ ਦੀ ਮਾਰੀ ਇਹਨੇ। ਮਾਰ ਕੀ ਹੋ ਗਿਆ? ਸਾਰੇ ਉਹੀ ਡਰਾਮੇ ਕਰੀ ਜਾਂਦੇ ਆ। ਓਏ ਉੱਠ, ਓ ਗੋਡ, ਓਏ ਰੌਕੀ, ਕੀ ਮਾਰਿਆ ਇਹਨੇ? ਕੀ ਹੋ ਰਿਹਾ? ਓ ਕੁਛ ਨਹੀਂ ਸਰ, ਇਹ ਕੁਛ ਨਹੀਂ ਸਰ ਦਾ ਕੀ ਮਤਲਬ? ਮੈਂ ਤੈਨੂੰ ਲੜਦੇ ਹੋਏ ਸਾਹਮਣੇ ਦੇਖਿਆ। ਓ ਸਰ, ਦੇਖੋ ਤਾਂ ਕੋਈ ਸਰ ਸੁਰ ਨਹੀਂ। ਛੱਡ, ਮੈਂ ਤੇਰੀਆਂ ਪਹਿਲਾਂ ਵੀ ਬਹੁਤ ਸ਼ਿਕਾਇਤਾਂ ਸੁਣੀਆਂ ਨੇ, ਅਗਰ ਤੂੰ ਆਪਣੇ ਆਪ ਨੂੰ ਨਾ ਸੁਧਾਰਿਆ ਨਾ, ਮੈਂ ਤੈਨੂੰ ਕਾਲਜ ਚੋਂ ਸਸਪੈਂਡ ਕਰਵਾ ਦਿਆਂਗਾ, ਸਮਝਿਆ? ਬਟ ਸਰ, ਚੁੱਪ, ਨੋ ਬਟ ਬਟ, ਮਾਈਂਡ ਯੋਰ ਓਨ ਬਿਜ਼ਨਸ। ਠੀਕ ਹੋ ਤੁਸੀਂ? ਬਾਈ ਕੋਈ ਗੱਲ ਨਹੀਂ, ਚਲੋ ਪ੍ਰੋਫੈਸਰ ਸਾਹਿਬ ਚੱਲ। ਪਿਆਰੇ ਵਿਦਿਆਰਥੀਓ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੀ ਹੋ, ਕੱਲ ਮੇਰੀ ਰਿਟਾਇਰਮੈਂਟ ਹੈ ਤੇ ਅੱਜ ਕਾਲਜ ਵਿੱਚ ਤੁਹਾਡੀ ਕਲਾਸ ਵਿੱਚ ਮੇਰਾ ਆਖਰੀ ਦਿਨ ਹੈ। ਇਸ ਕਾਲਜ ਵਿੱਚ ਤੁਹਾਡੇ ਨਾਲ ਗੁਜ਼ਾਰੇ ਹੋਏ ਦਿਨ ਮੇਰੀਆਂ ਯਾਦਾਂ ਦਾ ਹਿੱਸਾ ਨੇ, ਜੋ ਮੈਨੂੰ ਬਹੁਤ ਯਾਦ ਆਉਣਗੇ। ਮੈਂ ਚਾਹੁੰਦਾ ਕਿ ਹਰ ਵਿਦਿਆਰਥੀ ਜ਼ਿੰਦਗੀ ਵਿੱਚ ਕੋਈ ਨਾ ਕੋਈ ਵੱਡਾ ਮੁਕਾਮ ਹਾਸਲ ਕਰੇ, ਇਹੀ ਮੇਰੀ ਦੁਆ ਹੈ। ਬਾਕੀ ਇੱਕ ਗੱਲ ਹੋਰ, ਅੱਜ ਮੈਂ ਚਾਹੁੰਦਾ ਕਿ ਸਿਲੇਬਸ ਤੋਂ ਬਗੈਰ ਜ਼ਿੰਦਗੀ ਬਾਰੇ ਜਾਂ ਪੋਲੀਟਿਕਸ ਬਾਰੇ ਤੁਸੀਂ ਕੋਈ ਵੀ ਸਵਾਲ ਪੁੱਛਣਾ ਚਾਹੁੰਦੇ ਹੋ ਨਾ, ਬਿਨਾਂ ਝਿਜਕ ਪੁੱਛੋ। ਸਰ ਜੀ, ਪੋਲੀਟਿਕਸ ਦੇ ਬਾਰੇ ਹੁਣ ਕੀ ਬੋਲੀਏ? ਇੰਡੀਅਨ ਪੋਲੀਟਿਕਸ ਦਾ ਤਾਂ ਇੰਨਾ ਬੁਰਾ ਹਾਲ ਹੈ ਕਿ ਆਪਾਂ ਤਾਂ ਵੋਟ ਹੀ ਨਹੀਂ ਪਾਉਂਦੇ, ਸਾਰੇ ਦੇ ਸਾਰੇ ਚੋਰ। ਬੈਟਰ, ਤੁਹਾਡੇ ਲੋਕਾਂ ਕਰਕੇ ਸਾਡੀ ਜਿਹੜੀ ਡੈਮੋਕ੍ਰੇਸੀ ਆ ਉਹ ਸਫ਼ਰ ਕਰ ਰਹੀ ਹੈ। ਤੁਸੀਂ ਪੜ੍ਹੇ ਲਿਖੇ ਨੌਜਵਾਨ ਨੂੰ, ਔਰ ਪੜ੍ਹਿਆ ਲਿਖਿਆ ਬੰਦਾ ਵੋਟ ਹੀ ਨਹੀਂ ਪਾਉਂਦਾ, ਦੱਸੋ। ਸਰ, ਵੋਟਾਂ ਪਾ ਕੇ ਵੀ ਕੀ ਕਰੀਏ? ਉਹ ਆਜ਼ਾਦੀ ਤੋਂ ਬਾਅਦ ਅਸੀਂ ਲਗਾਤਾਰ ਵੋਟਾਂ ਹੀ ਪਾਉਂਦੇ ਆ ਰਹੇ ਹਾਂ। ਸਰ, ਦੁਨੀਆ ਤਾਂ ਮੰਗਲ ਗ੍ਰਹਿ ਤੱਕ ਪੁੱਜ ਗਈ ਹੈ, ਉਹ ਸਾਡੇ ਇੱਥੇ ਗਲੀਆਂ ਅਤੇ ਨਾਲੀਆਂ ਦੇ ਮਸਲੇ ਨਹੀਂ ਹੱਲ ਹੁੰਦੇ।
ਯੋ ਸਰ, ਸਾਡੇ ਕੈਨੇਡਾ ਵਿੱਚ ਤਾਂ ਲਾਲ ਬੱਤੀ ਵਾਲੀ ਗੱਡੀ ਹੈ ਨਹੀਂ, ਫਿਰ ਟ੍ਰੈਫਿਕ ਨੂੰ ਕੀ ਰੋਕਣਾ? ਮਿਨਿਸਟਰ ਨੂੰ ਵੀ ਡੇਲੀ ਕੰਮ ਆਮ ਬੰਦੇ ਵਾਂਗੂ ਲਾਈਨ 'ਚ ਖੜਨਾ ਪੈਂਦਾ। ਓ ਟਿਡਿਆ, ਬਹਿ ਜਾ, ਇਹ ਕੈਨੇਡਾ ਨਹੀਂ ਹੈ, ਸਾਡਾ ਪੰਜਾਬ ਹੈ, ਪੰਜਾਬ। ਸਰ, ਜਦੋਂ ਨੇਤਾ ਲੋਕ ਵੋਟ ਮੰਗਣ ਆਉਂਦੇ ਨੇ ਤਾਂ ਹੱਥ ਕਿਉਂ ਲਾਉਂਦੇ ਨੇ? ਸਰ ਮੈਂ ਦੱਸਦਾ, ਉਹ ਹੱਥ ਦਿਖਾਉਂਦੇ ਨੇ ਕਿ ਇਹਨਾਂ ਹੱਥਾਂ ਦੀ ਪਹਿਚਾਣ ਕਰ ਲਓ, ਇਹਨਾਂ ਹੱਥਾਂ ਨਾਲ ਤੁਹਾਨੂੰ 5 ਸਾਲ ਤੱਕ ਲੁੱਟਣਾ। ਸਰ ਇੱਕ ਹੋਰ ਗੱਲ, ਇਹ ਮੰਤਰੀ ਤੇ ਡਾਕੂ 'ਚ ਕੀ ਫਰਕ ਹੈ? ਬੈਠ ਜਾ। ਉਹ ਡਾਕੂ ਪਹਿਲਾਂ ਲੁੱਟਦੇ ਨੇ ਤੇ ਫਿਰ ਜੇਲ੍ਹ ਜਾਂਦੇ ਨੇ, ਤੇ ਲੀਡਰ ਉਹ ਪਹਿਲਾਂ ਜੇਲ੍ਹ ਜਾਂਦੇ ਨੇ ਤੇ ਮਗਰੋਂ ਲੁੱਟਦੇ ਨੇ। ਸਰ ਇਹ ਇੰਡੀਆ ਹੈ, ਇਹਨੂੰ ਨਹੀਂ ਕੁਛ ਸੁਧਾਰ ਸਕਦਾ। ਕਿਉਂ ਨਹੀਂ ਸੁਧਾਰ ਸਕਦਾ? ਜੇ ਅੱਜ ਤੱਕ ਨਹੀਂ ਸੁਧਰਿਆ ਇਹਦੇ ਵਿੱਚ ਤੁਹਾਡਾ ਕਸੂਰ ਹੈ, ਕਿਉਂਕਿ ਵੋਟਾਂ ਵਾਲੇ ਦਿਨ ਨੂੰ ਅਸੀਂ ਸਾਰੇ ਨੌਜਵਾਨ ਪੜ੍ਹੇ ਲਿਖੇ ਬੰਦੇ ਛੁੱਟੀ ਵਾਲਾ ਦਿਨ ਮੰਨਦੇ ਹਾਂ, ਜਾਂ ਫੈਮਿਲੀਆਂ ਨੂੰ ਲੈ ਕੇ ਛੁੱਟੀਆਂ ਮਨਾਉਣ ਚਲੇ ਜਾਂਦੇ ਹਾਂ, ਜਾਂ ਦੋਸਤਾਂ ਨਾਲ ਪਿਕਨਿਕ ਮਨਾਉਣ ਚਲੇ ਜਾਂਦੇ ਹਾਂ, ਉਸ ਨੂੰ ਡਿਊਟੀ ਵਾਲਾ ਦਿਨ ਨਹੀਂ ਸਮਝਦੇ, ਫਿਰ ਡੈਮੋਕ੍ਰੇਸੀ ਨੂੰ ਕਿਉਂ ਬਲੇਮ ਕਰੀ ਜਾਂਦੇ ਹੋ? ਆਪਣੀ ਮੰਜੀ ਥੱਲੇ ਸੋਟਾ ਫੇਰੋ। ਜੇ ਚੇਂਜ ਹੀ ਲਿਆਉਣੀ ਹੈ ਤਾਂ ਆਪਣੇ ਆਪ ਨੂੰ ਚੇਂਜ ਕਰੋ, ਖੁਦ ਨੂੰ ਚੇਂਜ ਕਰਨਾ ਪਏਗਾ ਤਾਂ ਹੀ ਚੇਂਜ ਆਏਗੀ। ਜੇ ਨਿਜ਼ਾਮ ਨੂੰ ਬਦਲਣਾ ਤਾਂ ਆਪਣੀ ਇਹ ਸਭ ਤੋਂ ਵੱਡੀ ਪਾਵਰ ਦਾ ਯੂਜ਼ ਕਰੋ, ਵੋਟ ਪਾਓ। ਬੜੇ ਚੌਕੇ ਛੱਕੇ ਲੱਗ ਰਹੇ ਸੀ, ਬੜੀਆਂ ਰਾਜਨੀਤੀ ਦੀਆਂ ਗੱਲਾਂ ਹੋ ਰਹੀ ਸੀ। ਉਹ ਕੀ ਪਤਾ ਇਹ ਚੌਕੇ ਛੱਕੇ ਲਾਉਂਦੇ ਸਾਡਾ ਕੁਛ ਬਣ ਜਾਏ, ਨਾਲੇ ਪੋਲਿਟਿਕਸ ਤਾਂ ਤੁਸੀਂ ਲੋਕਾਂ ਨੇ ਸਾਂਭੀ ਹੋਈ ਆ। ਤੂੰ ਲਗਾਉਂਦਾ ਰਹਿ ਚੌਕੇ ਛੱਕੇ, ਉੱਥੇ ਕਾਰ 'ਚ ਮੇਰੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਨੇ। ਮਗਰ ਮੈਂ ਤਾਂ ਹਜੇ ਵਿਆਹ ਕਰਾਉਣਾ ਹੀ ਨਹੀਂ। ਤੇਰੇ ਨਾਲ ਨਹੀਂ, ਤੇਰੇ ਫੇਵਰੇਟ ਰੌਕੀ ਦੇ ਨਾਲ। ਰੌਕੀ? ਹੋ ਹੀ ਨਹੀਂ ਸਕਦਾ। ਉਹ ਮੈਂ ਤੇਰੀ ਡੈਡੀ ਦੀ ਮਿੰਨਤਾਂ ਕਰੂੰ, ਪੈਰੀ ਪੈ ਜੂ। ਮੇਰੇ ਡੈਡੀ ਨਾ ਪੋਲੀਟੀਸ਼ੀਅਨ ਨੇ, ਔਰ ਪੋਲੀਟੀਸ਼ੀਅਨਸ ਦੇ ਦਿਲ ਨਾ ਪੱਥਰ ਦੇ ਹੁੰਦੇ ਨੇ। ਇਹਨਾਂ ਗੱਲਾਂ ਦਾ ਨਾ ਉਹਨਾਂ 'ਤੇ ਕੋਈ ਅਸਰ ਨਹੀਂ ਆਉਣ ਵਾਲਾ, ਤੇਰਾ ਕੁਛ ਨਹੀਂ ਹੋ ਸਕਦਾ, ਤੂੰ ਜਾ। ਉਹ ਨਹੀਂ ਨਹੀਂ ਬਾਬਾ, ਮੈਨੂੰ ਪੂਰਾ ਯਕੀਨ ਹੈ। ਅੱਛਾ, ਕਿਹਦੇ 'ਤੇ? ਡੈਡੀ 'ਤੇ? ਆਪਣੀ ਮਿੰਨਤਾਂ 'ਤੇ, ਆਪਣੇ ਪਿਆਰ 'ਤੇ। ਅੱਛਾ ਜੀ, ਵੇਖਾਂਗੇ। ਦੇਖ ਲਈ ਫਿਰ। ਤੇਰਿਆਂ ਖਿਆਲਾਂ ਤੇਰੀ ਸੋਚ ਡੁੱਬੇ ਰਹਿੰਦੇ ਆ, ਕਦੇ ਕਦੇ ਨਹੀਂ ਅਸੀਂ ਰੋਜ਼ ਡੁੱਬੇ ਰਹਿੰਦੇ ਆ। ਤੇਰਿਆਂ ਖਿਆਲਾਂ ਤੇਰੀ ਸੋਚ ਡੁੱਬੇ ਰਹਿੰਦੇ ਆ, ਕਦੇ ਕਦੇ ਨਹੀਂ ਅਸੀਂ ਰੋਜ਼ ਡੁੱਬੇ ਰਹਿੰਦੇ ਆ। ਹੁਣ ਦੂਰ ਨਹੀਂ ਜਾ ਸਕਦੇ, ਇੰਨਾ ਨੇੜੇ ਹੋ ਗਏ ਆ, ਤੂੰ ਮੰਨੇ ਜਾਂ ਨਾ ਮੰਨੇ ਅਸੀਂ ਤੇਰੇ ਹੋ ਗਏ ਆ, ਤੂੰ ਮੰਨੇ ਜਾਂ ਨਾ ਮੰਨੇ ਅਸੀਂ ਤੇਰੇ ਹੋ ਗਏ ਆ, ਤੂੰ ਮੰਨੇ ਜਾਂ ਨਾ ਮੰਨੇ ਅਸੀਂ ਤੇਰੇ ਹੋ ਗਏ ਆ। ਜੀਣਾ ਹੁਣ ਹੋ ਗਿਆ ਮੁਹਾਲ, ਤੇਰੇ
ਤੇਰੀਆਂ ਤੂੰ ਜਾਣੇ ਸਾਡੇ ਦਿਲ ਦਾ ਪਲ ਤੇਰੀਆਂ ਯਾਦਾਂ ਦੇ ਗਲ ਲੱਗਦੇ ਰਹਿਨੇ ਆ ਸੋ ਜਾਂਦੇ ਚੰਨ ਤਾਰੇ ਅਸੀਂ ਜਗਦੇ ਰਹਿਨੇ ਆ ਹੁਣ ਦੂਰ ਨਹੀਂ ਜਾ ਸਕਦੇ ਇੰਨਾ ਨੇੜੇ ਹੋ ਗਏ ਆ ਤੂੰ ਮੰਨੇ ਜਾਂ ਨਾ ਮੰਨੇ ਅਸੀਂ ਤੇਰੇ ਹੋ ਗਏ ਆ ਤੂੰ ਮੰਨੇ ਜਾਂ ਨਾ ਮੰਨੇ ਅਸੀਂ ਤੇਰੇ ਸਭ ਕੁਛ ਤੇਰਾ ਕਿੱਤਾ ਕਰਾਇਆ ਹੈ ਐਮਐਲਏ ਭਗਤਾਵਰ ਸਿੰਘ ਆਪਣੀ ਇਕਲੌਤੀ ਬੇਟੀ ਤੇਰੇ ਨਾਲ ਤੁਰ ਦੇਵੇ ਐਡੀ ਵੱਡੀ ਗੱਲ ਕਰਨ ਦੀ ਤੇਰੀ ਹਿੰਮਤ ਕਿਵੇਂ ਪਈ ਓਏ ਕਿੱਥੇ ਰਾਜਾ ਭੋਜ ਤੇ ਕਿੱਥੇ ਗੰਗੂ ਤੇਲੀ ਸਰ ਵਕਤ ਬਹੁਤ ਬਲਵਾਨ ਹੁੰਦਾ ਹੈ ਉਹ ਇਸ ਵਕਤ ਨੇ ਤਾਂ ਰਾਜਾ ਭੋਜ ਵਰਗੇ ਰਾਜਿਆਂ ਨੂੰ ਆਪਣਾ ਤਖਤ ਬਚਾਉਣ ਨੂੰ ਗੰਗੂ ਤੇਲੀਆਂ ਦੀ ਲੋੜ ਪਾਤੀ ਓਏ ਇਹ ਫਿਲਮੀ ਡਾਇਲੌਗ ਕਿਸੇ ਹੋਰ ਨੂੰ ਸੁਣਾਈ ਓਏ ਦਫਾ ਹੋ ਜਾ ਮੇਰੇ ਘਰੋਂ ਜੱਟ ਦੀ ਕੋੜ ਕਿੱਲੀ ਛਤੀਰਿਆਂ ਨੂੰ ਜਾਫੇ ਓਏ ਲੈ ਜਾ ਇਹਨੂੰ ਬਾਹਰ ਸਰ ਮੇਰੀ ਗੱਲ ਤਾਂ ਸੁਣੋ ਮੈਂ ਲਵਲੀਨ ਨੂੰ ਬਹੁਤ ਪਿਆਰ ਕਰਦਾ ਉਹ ਇਸ ਤੋਂ ਬਿਨਾਂ ਮੈਂ ਜੋਨ ਬਾਰੇ ਸੋਚ ਵੀ ਨਹੀਂ ਸਕਦਾ ਓਏ ਰਾਂਝੇ ਨੂੰ ਲੈ ਜਾਓ ਪਲੀਜ਼ ਰੁਕ ਜਾਓ ਯਾਦ ਰੱਖਿਓ ਪ੍ਰਤਾਪ ਸਿੰਘ ਜੀ ਲਵਲੀਨ ਇੱਥੇ ਯਾਦ ਰੱਖਿਓ ਕਿ ਗੱਲ ਮੇਰੀ ਜਦੋਂ ਬੰਦੇ ਦੀ ਚੜਾਈ ਹੁੰਦੀ ਹੈ ਉਹਦੇ ਜੋਕ ਨੂੰ ਵੀ ਸੀਰੀਅਸ ਲੈ ਜਾਂਦੇ ਨੇ ਤੇ ਉਹੀ ਬੰਦਾ ਜਦੋਂ ਥੱਲੇ ਆਉਂਦਾ ਉਹਦੀ ਸੀਰੀਅਸਨੈਸ ਨੂੰ ਵੀ ਜੋਕ ਸਮਝਦੇ ਨੇ ਓਏ ਕੱਢ ਇਹਨੂੰ ਬਾਹਰ ਬਹਿ ਕੇ ਤਨਹਾਈਆਂ ਟੋਲਦੇ ਲੱਕ ਪੁੱਛੇ ਕੋਈ ਅਸੀਂ ਕੁਝ ਨਹੀਂ ਬੋਲਦੇ ਹੋ ਕੇ ਸਾਰੀ ਦੁਨੀਆ ਤੋਂ ਪਰਾਏ ਰਹਿਨੇ ਆ ਤੇਰੇ ਪਿੱਛੇ ਰੱਬ ਨੂੰ ਵੀ ਭੁਲਾਏ ਰਹਿਨੇ ਆ ਹੁਣ ਦੂਰ ਨਹੀਂ ਜਾ ਸਕਦੇ ਨਾ ਨੇੜੇ ਹੋ ਗਏ ਤੂੰ ਮੰਨੇ ਜਾਂ ਨਾ ਮੰਨੇ ਅਸੀਂ ਤੇਰੇ ਹੋ ਗਏ ਤੂੰ ਮੰਨੇ ਜਾਂ ਨਾ ਮੰਨੇ ਅਸੀਂ ਤੇਰੇ ਇੱਥੇ ਬੈਠਾ ਕੱਲ ਸ਼ਾਮ ਦਾ ਮੈਂ ਤੈਨੂੰ ਲੱਭ ਰਿਹਾ ਸੀ ਕਿੱਥੇ ਸੀ ਬ੍ਰੋ ਉਹ ਕੁਝ ਨਹੀਂ ਯਾਰ ਨਾਲੇ ਯਾਰ ਕਹੀ ਜਾਂਦਾ ਤੇ ਨਾਲੇ ਗੱਲਾਂ 'ਚ ਪਾਈ ਜਾਂਦਾ ਕਿੱਥੇ ਸੀ ਬ੍ਰੋ ਮੈਂ ਲਵਲੀਨ ਦੇ ਘਰ ਗਿਆ ਸੀ ਉਸਦੇ ਡੈਡੀ ਨੂੰ ਮਿਲ ਅਤੇ ਉਸਦੇ ਡੈਡੀ ਨੇ ਵਿਆਹ ਨੂੰ ਨਾ ਕਰਤੀ ਯਾਰ ਉਸ ਇਲਾਕੇ ਦਾ ਇੰਨਾ ਵੱਡਾ MLA ਬੰਦਾ ਅਤੇ ਤੂੰ ਆਮ ਆਦਮੀ ਦੁੱਧ ਵਾਲੇ ਦਾ ਭਰਾ ਕਦੇ ਹਾਂ ਹੋ ਹੀ ਨਹੀਂ ਸਕਦੀ ਮੇਰੇ ਖਿਆਲ 'ਚ ਤੂੰ ਲਵਲੀਨ ਨੂੰ ਭੁੱਲ ਜਾ ਬ੍ਰੋ ਉਹ ਤੂੰ ਮੇਰੇ ਵੱਲ ਦਾ ਜਾਂ ਲਵਲੀਨ ਦੇ ਪਿਓ ਦੇ ਵੱਲ ਦਾ ਤੈਨੂੰ ਪਤਾ ਮੈਂ ਲਵਲੀਨ ਨੂੰ ਕਦੇ ਨਹੀਂ ਭੁੱਲ ਸਕਦਾ ਉਂਝ ਤਾਂ ਬਹੁਤ ਸਕੀਮਾਂ ਲਾਉਂਦਾ ਰਹਿੰਦਾ ਵਾਂ ਤੂੰ ਮੇਰੇ ਬਾਰੇ ਜੁਗਾੜ ਸੋਚ ਲਾ ਮੈਂ ਸਿਰਫ ਇੱਕੋ ਹੀ ਗੱਲ ਹੋ ਸਕਦੀ ਹੈ ਜੇ ਉਹਦੇ ਨਾਲ ਬਰਾਬਰ ਹੋ ਜਾਈਏ ਬਰਾਬਰ ਹਾਂ ਕੀ ਮਤਲਬ
ਲਾਈਕ ਅਗਲੇ ਮਹੀਨੇ ਤਾਂ ਇਲੈਕਸ਼ਨਸ ਹੋਣ ਲੱਗੇ ਆ, ਆਪਾਂ ਤੋਂ ਇਲੈਕਸ਼ਨ ਚ ਖੜੇ ਹੋ ਜਾਈਏ। ਓਹੋ, ਇਲੈਕਸ਼ਨ ਚ ਆਪਾਂ ਦੋਵੇਂ ਵਿਨਰ ਲੂਸ, ਆਪਾਂ ਦੋਵੇਂ ਪੋਲੀਟੀਸ਼ੀਅਨਸ। ਉਹ ਤੈਨੂੰ ਪਤਾ ਵਾ ਸਾਨੂੰ ਪੋਲਿਟਿਕਸ ਬਾਰੇ ਊੜਾ ਆੜਾ ਨਹੀਂ ਆਉਂਦਾ, ਉਹ ਤੇਰੇ ਕੋਲ ਤਾਂ ਸੱਚ ਸਿਟੀਜ਼ਨਸ਼ਿਪ ਹੋਣੀ ਹੈਗੀ। ਅਸੀਂ ਜੇ ਖੜ ਜਾਈਏ ਸਾਡੀ ਹੈਲਪ ਕੌਣ ਕਰੂ ਯਾਰ? ਪ੍ਰੋਫੈਸਰ ਸਾਹਿਬ ਕਰਨਗੇ, ਹੋਰ ਕੌਣ? ਕਾਕਾ ਜੀ, ਤੁਸੀਂ ਇਲੈਕਸ਼ਨ ਨੂੰ ਮਜ਼ਾਕ ਸਮਝ ਰੱਖਿਆ? ਕੋਈ ਵੀ ਇਲੈਕਸ਼ਨ 'ਚ ਖੜਾ ਹੋ ਸਕਦਾ ਹੈ। ਉਹ ਤੈਨੂੰ ਜਾਣਦਾ ਮੈਂ, ਦੋ ਲਫ਼ਜ਼ ਪੰਜਾਬੀ ਦੇ ਸਿੱਧੇ ਤਾਂ ਤੇਥੋਂ ਬੋਲੇ ਨਹੀਂ ਜਾਂਦੇ। ਵੋਟਰਾਂ ਨੂੰ ਲੈਕਚਰ ਦੇਗਾ ਤੂੰ? ਕੋਈ ਇਮੇਜ ਹੈ ਤੇਰੀ? ਤੇ ਵੱਡਾ ਇੰਟੈਲੀਜੈਂਟ, ਨਾ ਮੈਚਿਓਰਟੀ ਹੈ ਨਾ ਇਮੇਜ ਹੈ। ਇਹਦੇ ਵਾਸਤੇ ਇਮੇਜ ਵਾਲਾ ਕੋਈ ਇਮਾਨਦਾਰ, ਕੋਈ ਵਧੀਆ ਕੈਂਡੀਡੇਟ ਹੋਣਾ ਚਾਹੀਦਾ ਜਿਹਨੂੰ ਲੋਕ ਪਸੰਦ ਕਰਨ। ਹਾਂ, ਯਾਦ ਆਇਆ, ਤੂੰ ਬੂਟਾ ਸਿੰਘ ਦਾ ਭਰਾ ਹੈ? ਹਾਂਜੀ ਸਰ। ਜੇ ਉਹ ਖੜਾ ਹੋ ਜਾਏ ਨਾ, ਫਿਰ ਕੋਈ ਗੱਲ ਬਣ ਸਕਦੀ ਹੈ। ਜਿਵੇਂ ਮਰਜ਼ੀ ਕਰੋ ਸਰ। ਬੂਟਾ ਸਿੰਘ ਨੂੰ ਮੈਂ ਕਾਲਜ 'ਚ ਪੜ੍ਹਾਇਆ, ਬੜਾ ਇਮਾਨਦਾਰ ਆਦਮੀ ਹੈ, ਜਜ਼ਬੇ ਵਾਲਾ। ਅੱਗ ਸੀ ਉਹਦੇ 'ਚ ਇੱਕ ਅੱਗ, ਪਰ ਕਰਦਿਆਂ ਕਬੀਲਦਾਰੀਆਂ ਨੇ ਦੱਬ ਲਿਆ। ਜੇ ਉਹ ਅੱਗ ਫਿਰ ਭੜਕਾਈ ਜਾਵੇ ਨਾ, ਫਿਰ ਕੁਝ ਹੋ ਸਕਦਾ। ਜੋ ਮਰਜ਼ੀ ਕਰੋ ਸਰ, ਇਸ ਵਾਰੀ ਆਪਾਂ MLA ਬਖਤਾਵਰ ਸਿੰਘ ਦੇ ਖਿਲਾਫ ਚੋਣ ਲੜਨੀ ਹੀ ਲੜਨੀ। MLA ਬਖਤਾਵਰ ਸਿੰਘ ਦੇ ਖਿਲਾਫ ਚੋਣ ਲੜਨਾ ਇੰਨਾ ਕੋਈ ਆਸਾਨ ਕੰਮ ਨਹੀਂ। ਉਹ ਬੜਾ ਖਾਨਦਾਨੀ ਪੋਲੀਟੀਸ਼ੀਅਨ ਹੈ। ਇਹ ਰੀਤਾਂ ਤਾਂ ਆਪਾਂ ਬਦਲੀਆਂ ਸਰ, 22 ਨੂੰ ਜਿਤਾਉਣ ਵਾਸਤੇ ਆਪਾਂ ਦਿਨ ਰਾਤ ਇੱਕ ਕਰ ਦਾਂਗੇ। ਜੇ ਤੁਸੀਂ ਇਹ ਕਰਨ ਨੂੰ ਤਿਆਰ ਹੋ ਨਾ, ਫਿਰ ਇਸ ਸੰਘਰਸ਼ 'ਚ ਮੈਂ ਤੁਹਾਡਾ ਸਾਥ ਦੇਣ ਲਈ ਤਿਆਰ ਹਾਂ। ਸਰ, ਜੋ ਕੁਛ ਵੀ ਹੋਏ ਤੁਸੀਂ ਪਲੀਜ਼ 22 ਨੂੰ ਮਨਾਓ। ਚਲੋ ਕੋਸ਼ਿਸ਼ ਕਰਦੇ ਹਾਂ। ਉਹ ਯਾਰ ਛੱਡੋ ਯਾਰ, ਘੰਟੇ ਦੇ ਬਕਵਾਸ ਕਰੀ ਜਾਂਦੇ ਹੋ ਤੁਸੀਂ। ਵੋਟਾਂ 'ਚ ਮੈਂ ਖੜਾ ਹੋਵਾਂ, ਉਹ ਵੀ ਯਾਦ ਉਮੀਦਵਾਰ? ਉਹ ਯਾਰ, ਤੁਹਾਡਾ ਦਿਮਾਗ ਠੀਕ ਹੈ? ਬੂਟਾ ਸਿੰਘ ਜੀ, ਹਾਂ, ਵੋਟਾਂ 'ਚ ਕੋਈ ਵੀ ਖੜਾ ਹੋ ਸਕਦਾ ਹੈ, ਸਾਡੇ ਦੇਸ਼ 'ਚ ਲੋਕਤੰਤਰ ਹੈ। ਉਹ ਪ੍ਰੋਫੈਸਰ ਸਾਹਿਬ, ਲੋਕਤੰਤਰ ਨਹੀਂ, ਇੱਥੇ ਨੋਟਤੰਤਰ ਹੈ। ਨੋਟਤੰਤਰ, ਵੋਟਾਂ ਦੇ ਵਿੱਚ ਪੈਸੇ ਪਾਣੀ ਵਾਂਗੂ ਵਹਾਉਣੇ ਪੈਂਦੇ ਆ, ਤੇ ਮੈਂ ਪਾਣੀ ਦੁੱਧ 'ਚ ਵੀ ਨਹੀਂ ਪਾ ਸਕਦਾ ਜੀ। ਤੁਸੀਂ ਕਿਹੜੀਆਂ ਗੱਲਾਂ ਕਰੀ ਜਾਂਦੇ ਹੋ? ਆਜ਼ਾਦ ਉਮੀਦਵਾਰ, ਆਹ ਪਿਛਲੀ ਵਾਰ ਜਿਹੜਾ ਆਜ਼ਾਦ ਉਮੀਦਵਾਰ ਖੜਾ ਹੋਇਆ ਸੀ ਇੱਥੋਂ, ਉਹਨੂੰ ਲੋਕ ਹਲੇ ਤੱਕ ਮਜ਼ਾਕ ਕਰੀ ਜਾਂਦੇ ਨੇ। ਉਹਨੂੰ ਚੋਣ ਸ਼ਾਨ ਮਿਲ ਗਿਆ ਅੰਬ, ਲੋਕ ਕਹਿੰਦੇ ਵੋਟ ਤਾਂ ਕਿਸੇ ਨੇ ਪਾਈ ਨਹੀਂ, ਵੋਟਾਂ 'ਚ ਅੰਬ ਲੈਣ ਨੂੰ ਖੜਾ ਹੋਇਆ ਸੀ। ਹੱਦ ਕਰੀ ਜਾਂਦੇ ਹੋ ਤੁਸੀਂ ਯਾਰ। ਤੁਸੀਂ ਪ੍ਰਵਾਹ ਨਾ ਕਰੋ, ਉਹ ਅਸੀਂ ਸਾਰੇ ਤੁਹਾਡੇ ਨਾਲ ਆ। ਤੂੰ ਚੁੱਪ ਕਰ ਓਏ ਵੱਡਾ ਕੇਜਰੀਵਾਲ। ਆਹੀ ਗੱਲ ਕਹਿਣੀ ਚਾਹੁੰਦਾ ਸੀ, ਯਾਦ ਦਵਾਤੀ ਤੂੰ ਆਪ ਹੀ। ਕਿਹੜੀ? ਵੇਖਿਆ ਦਿੱਲੀ 'ਚ ਕਿਵੇਂ ਝਾੜੂ ਫਿਰਿਆ ਸੀ? ਵੱਡੇ ਵੱਡੇ ਲੀਡਰਾਂ ਨੇ ਆਪਣੇ ਘਰ 'ਚੋਂ ਨੌਕਰਾਣੀਆਂ ਹਟਾਤੀਆਂ, ਕਹਿੰਦੇ ਕੱਪੜੇ ਦਾ ਪੋਚਾ ਲਾਇਆ ਕਰੋ, ਝਾੜੂ ਤੋਂ ਡਰ ਲੱਗਦਾ। ਓਏ, ਉਹ ਤੁਹਾਡੀ ਗੱਲ ਠੀਕ ਹੈ, ਪਰ ਇੱਥੇ ਬਾਜੀ ਸਾਡੇ ਕੈਨੇਡਾ ਵਿੱਚ ਕੋਈ ਵੀ ਇਲੈਕਸ਼ਨ 'ਚ ਖੜਾ ਹੋ ਸਕਦਾ। ਡੋਨਟ ਵਰੀ ਮੈਨ। ਕੀ ਕਿਹਾ? ਡੋਨਟ ਵਰੀ ਬ੍ਰਾ। ਡੇ ਵੇ ਵੇ, ਇਹ ਕੈਨੇਡਾ ਨਹੀਂ ਹੈਗਾ, ਇਹ ਬਿਲਾਸਪੁਰ ਹੈ। ਇੱਥੋਂ ਦੇ ਲੋਕ ਤਾਂ ਐਡੇ ਜ਼ਿਆਦਾ। ਤੂੰ ਮੇਰੀ ਗੱਲ ਤਾਂ ਸੁਣ, ਬਾਜੀ ਕੋਈ ਗੱਲ ਲੋਕ ਤਾਂ ਬਦਲ ਚਾਹੁੰਦੇ ਨੇ, ਬਦਲ। ਉਹ ਉਹ ਮੇਰੀ ਗੱਲ ਤਾਂ, ਉਹ ਮੇਰੀ ਗੱਲ ਤਾਂ ਸੁਣ ਲੋ। ਯੂ ਨੋ ਕਮ ਉਤ ਓਏ ਓਏ ਯਾਰ, ਚੱਲ ਕਮ ਆਨ। ਓ ਯਾਰ, ਆ ਕਿੱਥੇ ਆ? ਕੋਈ ਗੱਲ ਨਹੀਂ ਭਾਜੀ, ਤੁਸੀਂ ਆਓ ਤੁਸੀਂ। ਓਏ ਤੁਸੀਂ, ਓਏ ਆ ਪੰਚਾਇਤ ਕਿਧਰੋਂ ਅੱਜ ਮੇਰੀ ਦੁਕਾਨ ਤੇ? ਉਹ ਪੰਚਾਇਤ ਨਹੀਂ, ਬਾਈਜੀ ਤਾਂ ਇਲੈਕਸ਼ਨ 'ਚ ਖੜੇ ਹੋਣ ਲੱਗੇ ਨੇ, ਫਿਰ ਕੱਢ ਕੋਈ ਡਰੈਸ ਕਹਿਣ ਜੀ ਰੈਂਟ ਤੇ। ਵੈਰੀ ਗੁੱਡ, ਨਾਈਸ। ਚਲੋ ਬਾਈ ਜੀ। ਹੈਲੋ, ਕਿੱਧਰ ਓ? ਆ ਜਾਓ ਬਾਈ ਜੀ, ਆ ਜਾਓ। ਮੇਰੀ ਗੱਲ ਤਾਂ ਸੁਣ ਲੋ ਯਾਰ। ਓ ਹੈਲੋ, ਓ ਕਿੱਧਰ ਓ ਯਾਰ? ਰੈਂਟ ਤੇ। ਓ ਹਾਂ ਪ੍ਰੋਫੈਸਰ ਸਾਹਿਬ, ਇਲੈਕਸ਼ਨ ਕਮਿਸ਼ਨ ਦੇ ਖਾਤੇ 'ਚ ਖਰਚਾ ਪਾ ਦਾਂਗੇ। ਆਪਾਂ ਨੂੰ ਘੱਟ ਤੋਂ ਘੱਟ ਖਰਚਾ ਸ਼ੋਅ ਕਰਨਾ, ਯੂ ਨੋ, ਮਿਨੀਮਮ ਐਕਸਪੈਂਸਿਸ। ਗੱਲ ਤਾਂ ਠੀਕ ਹੈ, ਅੱਗੇ ਇਲੈਕਸ਼ਨ ਕੈਂਪੇਨ ਵਾਸਤੇ ਵੀ ਪੈਸੇ ਬਚਾਉਣੇ ਨੇ। ਹਾਂ, ਵਾਟ ਐਨ ਆਈਡੀਆ ਸਰ ਜੀ।
An idea can change your life. Oh, hello. Aa lo bhai aapda ummeedwar. Oh, wah bhai ji, tusi ta bade ghant lag rahe ho. Oh, bade jatte ne tanu kapde. Tusi ta votaan paen to pehle hi grah mantri lagan lage. ਓ ਯਾਰ ਪੰਪ ਭਰ ਭਰ ਕੇ ਕਿਉਂ ਮੇਰੇ ਤੇ ਗ੍ਰਹਿਣ ਲਾਈ ਜਾਂਦੇ ਹੋ ਤੁਸੀਂ? ਹਜੇ ਵੀ ਸੋਚ ਲਓ ਯਾਰ, ਕੱਪੜੇ ਤੇ ਗੱਡੀ ਜਿਹਦੇ ਕੋਲ ਹੀ ਹੋਵੇ ਉਹੀ ਮਾਲਕ ਹੁੰਦਾ ਸਵੈਗ, ਤੇ ਨਾਲੇ ਟਰੱਕਾਂ ਪਿੱਛੇ ਵੀ ਲਿਖਿਆ ਹੁੰਦਾ ਉਹ ਚੱਲਦੀ ਯਾਰਾਂ ਦੀ ਤੇ ਖੜੀ ਸਰਦਾਰਾਂ ਦੀ। ਉਹ ਸਾਲੇ ਟਰੱਕਾਂ ਪਿੱਛੇ ਤਾਂ ਇਹ ਵੀ ਲਿਖਿਆ ਹੁੰਦਾ ਕਿ ਕਾਰ ਵਾਲਿਆ ਜ਼ਿੰਦਗੀ ਤਾਂ ਤੇਰੀ ਹੈ, ਅਸੀਂ ਤਾਂ ਬੱਸੇ ਵਿੱਚ ਜਗ੍ਹਾ ਹੀ ਘੇਰੀ ਹੈ। ਓਏ ਹਲੇ ਵੀ ਸੋਚ ਲਓ ਕਿਉਂ ਮੇਰੇ ਦੁੱਧ ਦੇ ਡਰੰਮਾਂ 'ਚ ਨਿੰਬੂ ਨਿਚੋੜਨ ਲੱਗੇ ਹੋਏ ਹੋ। ਉਹ ਬਾਈ ਜੀ, ਤੁਸੀਂ ਫਿਕਰ ਕਿਉਂ ਕਰਦੇ ਹੋ? ਉਹ ਸਾਰੇ ਨੌਜਵਾਨ ਤੁਹਾਡੇ ਨਾਲ ਨੇ। ਓਏ ਨੌਜਵਾਨ 9:45 ਤੱਕ ਹੀ ਨਾਲ ਰਹਿੰਦੇ ਨੇ, ਉਦੋਂ ਬਾਅਦ ਇੱਧਰ ਉੱਧਰ ਪਾਸਾ ਵੱਟ ਲੈਂਦੇ ਨੇ। ਹਾਂ, ਤੁਸੀਂ ਵਰੀ ਨਾ ਕਰੋ, ਮੈਨੇਜਮੈਂਟ ਦੀ ਰਿਸਪੌਂਸਿਬਿਲਟੀ ਸਾਡੀ ਹੈ। ਕਿਵੇਂ ਨਾ ਕਰੀਏ ਪੰਗਾ ਨਾ ਲਓ। ਓਏ ਤੁਸੀਂ ਚੱਲੋ, ਫਾਰਮ ਵੀ ਭਰਨਾ ਹੈ ਆਪਾਂ ਨੇ। ਉਹ ਗੱਲ ਤਾਂ ਸੁਣ ਲਓ, ਗੱਲ ਤਾਂ ਸੁਣ ਲਓ ਯਾਰ। ਓ ਨਾਲੇ ਤੂੰ ਦੁਕਾਨ ਬੰਦ ਕਰਕੇ ਆ ਜਾ, ਫੇਰ ਗੱਲਾਂ ਕਰਾਂਗੇ। ਸਭ ਛੱਡ ਆ ਜਾ, ਉਹ ਯਾਰ ਕਾਗਜ਼ ਦੇ ਦਿਓ, ਮੈਂ ਆਪੇ ਕਰ ਲਵਾਂ ਜੀ। ਏ ਬਾਈ ਜੀ ਵੱਲ ਬੜਾ ਕੁਰਕੁਰ ਵੇਖੀ ਜਾਂਦਾ। ਉਹ ਬਾਈ ਜੀ ਵੱਲ ਨਹੀਂ, ਕੱਪੜਿਆਂ ਵੱਲ ਦੇਖ ਰਿਹਾ, ਇਸੇ ਦੇ ਹੀ ਨੇ, ਬਸ ਨਿਕਲ ਚੱਲੋ। ਓਏ ਸ਼ਰਮਿਆ, ਇਹ ਕੌਣ ਸੀ? ਇਹ ਉਹੀ ਜੀ ਜਿਹਦੇ ਨਾਲ ਆਪਣੀ ਲਵਲੀਨ ਫਸੀ ਹੋਈ ਹੈ। ਮੇਰਾ ਮਤਲਬ ਜੀ, ਉਹ ਜਿਹੜਾ ਮੁੰਡਾ ਆਪਾਂ ਨੇ ਧੱਕੇ ਮਾਰ ਕੇ ਘਰੋਂ ਕੱਢਿਆ ਸੀ, ਉਸੇ ਦਾ ਵੱਡਾ ਭਰਾ ਸੀ ਬੂਟਾ ਸਿੰਘ। ਬੂਟਾ ਸਿੰਘ, ਓਏ MLA ਭਗਤਾਵਰ ਸਿੰਘ ਦੀ ਨੇਰੀ ਅੱਗੇ ਇਹੋ ਜਿਹੇ ਛੋਟੇ ਮੋਟੇ ਬੂਟੀਆਂ ਛੁੱਟੀਆਂ ਦੀ ਜੜਾਂ ਤਾਸ਼ ਦੇ ਪੱਤਿਆਂ ਵਾਂਗੂ ਖਿਲਰ ਜਾਣਗੇ। ਕਹਿ ਰਹੇ ਜੀ ਤੁਸੀਂ ਮਰ ਨਹੀਂ ਸਕਦੇ, ਤੁਸੀਂ ਅਮਰ ਹੋ, ਬਲਕਿ ਤੁਸੀਂ ਤਾਂ ਅਮਰਬੇਲ ਹੋ, ਤੇ ਅਮਰਬੇਲ ਦੀਆਂ ਆਪਣੀਆਂ ਤਾਂ ਕੋਈ ਜੜਾਂ ਹੁੰਦੀਆਂ ਨੀ, ਤੇ ਜਿਹੜੇ ਬੂਟੇ ਤੇ ਚੜ ਜਾਂਦੀ ਹੈ ਉਹਦੀਆਂ ਜੜਾਂ ਸੁਕਾ ਕੇ ਰੱਖ ਦਿੰਦੀ ਹੈ ਜਨਾਬ। ਜਿੰਦਾਬਾਦ ਨਾ, ਇਹਨੇ ਕਿਹੜਾ ਜਿੰਦਾਬਾਦ ਵਾਲਾ ਕੰਮ ਕਰਤਾ? ਬੂਟਾ ਸਿੰਘ ਜੀ ਵੋਟਾਂ 'ਚ ਖੜੇ ਹੋਏ ਨੇ, ਆ ਜਿਹੜੇ ਪਿੱਛੇ ਬੰਦੇ ਨੇ ਨਾ, ਇਹਨਾਂ ਦਾ ਜਲੂਸ ਨਹੀਂ ਕੱਢਣਗੇ, ਇਹਨਾਂ ਦੇ ਸਪੋਰਟਰ ਨੇ ਵੋਟਾਂ ਪਾਉਣਗੇ, ਇਹਨਾਂ ਨੇ ਤਾਂ ਸਿਸਟਮ ਚੇਂਜ ਕਰਨਾ। ਇਹੀ ਬਾਬੀ, ਇਹਨੇ ਕੀ ਚੇਂਜ ਕਰਨਾ? ਇਹਨੇ ਮਹੀਨੇ ਤੋਂ ਗੈਸ ਦਾ ਸਿਲੰਡਰ ਤਾਂ ਚੇਂਜ ਕੀਤਾ ਨਹੀਂ, ਚੁੱਲ੍ਹੇ 'ਚ ਫੂਕਾ ਮਾਰ ਮਾਰ ਕੇ ਮੈਂ ਅੰਨੀ ਹੋਈ ਫਿਰਦੀ ਆ। ਵੱਡਾ ਆ ਵੋਟਾਂ 'ਚ ਖੜਾ ਹੋਣ ਵਾਲਾ, ਇਹਨੂੰ ਤਾਂ ਕੋਈ ਸੜਕ ਤੇ ਨਾ ਖੜਾ ਹੋਣ ਦੇਵੇ। ਮੈਂ ਮੇਤੋਂ ਕੁਝ ਨਾ ਲਕੋਵੋ, ਮੈਨੂੰ ਜਸ ਤੂੰ ਗੱਲ ਲੱਗ ਗਈ ਠੀਕ ਆ। ਲੈ ਕਰਤੀ ਗੱਲ, ਮੈਂ ਕਰਨ ਲੱਗੀ ਛਤਰੋਲ, ਮੈਂ ਤਾਂ ਕਰ
ਤਾਕਤ ਦਿਖਾਓ ਨਹੀਂ ਗੁਲਾਬੋ ਗੁਲਾਬੋ ਕਹਿ ਸੁਣ आजाद उम्मीदवार बूटा सिंह की पत्नी लोकतंत्र में छत्तर तंत्र के नजारे पेश करती हुई। कहीं जाइएगा मत, लड़ाई यूं ही जारी रहेगी। ਕੁਛ ਨਹੀਂ ਕਹਿਣਾ ਨਹੀਂ ਇਹ ਤਾਂ ਗੁੱਤ ਵਾਲਾ ਇਹਦੀਆਂ ਮਿੰਡੀਆਂ ਤਾਂ ਮੈਂ ਗੁੱਤ ਦੀਆਂ ਤੇ ਪੁੱਤ ਉਹ ਭਾਬੀ ਪੱਟੂਗੀ ਹੁਣ ਮੈਂ ਤੇਰੀ ਗੁੱਤ ਭਾਬੀ ਮੀਡੀਆ ਵਾ ਲੱਗਦਾ ਮੀਡੀਆ ਮਾਮਲਾ ਹੋ ਸਕਦਾ ਆਸ ਤੱਕ ਲਈ ਤਈ ਉਹ ਬਚਾਓ ਵੋਟਾਂ ਵਾਲੇ ਵੀ ਹੁਣ ਆਪਣਾ ਇੱਕ ਮਹੀਨਾ ਸਿਰ ਖਾਉਣਗੇ। ਵੈਸੇ ਕੌਣ ਕੌਣ ਖੜਾ ਹੈ ਜੀ ਵੋਟਾਂ 'ਚ? ਓਏ ਆਪਾਂ ਨੂੰ ਕੀ ਲੈਣਾ ਯਾਰ, ਜਿਹੜਾ ਮਰਜ਼ੀ ਖੜਾ ਹੋਵੇ ਵੋਟਾਂ 'ਚ, ਉਹਨਾਂ ਨੇ ਸਾਡਾ ਖਰੂਟੀ ਵਾਂਗੂ ਖੂਨ ਹੀ ਚੂਸਣਾ, ਨਾਲੇ ਗਰੀਬਾਂ ਦੀ ਕੌਣ ਸੁਣਦਾ? ਸਹੀ ਗੱਲ ਹੈ, ਆ ਵੋਟਾਂ ਮੰਗਣ ਵੇਲੇ ਜਿਹੜੇ ਹੱਥ ਜੁੜੇ ਹੁੰਦੇ ਆ ਨਾ, ਉਹੀ ਹੱਥ ਥੱਪੜ ਬਣਬਣ ਪੈਂਦੇ ਆ ਅਤੇ ਉਹੀ ਹੱਥ ਸਾਡੀਆਂ ਜੇਬਾਂ ਨੂੰ ਪੈਂਦੇ ਆ। ਮੈਂ ਸੁਣਿਆ ਦੁੱਧ ਵਾਲੇ ਬੂਟੇ ਨੇ ਵੀ ਕਾਗਜ਼ ਭਰਤੇ। ਭਰਤੇ ਹੋਣੇ ਫਿਰ, ਅਮੀਰਾਂ ਕੇ ਗਰੀਬ ਕਿੱਥੇ ਟਿਕ ਜੂ, ਨਾਲੇ ਵੱਡੀ ਮੱਛੀ ਛੋਟੀ ਮੱਛੀ ਨੂੰ ਖਾ ਜਾਂਦੀ ਹੈ। ਪਰ ਜੇ ਛੋਟੀ ਮੱਛੀ ਵੱਡੀ ਮੱਛੀ ਦੇ ਸੰਗ 'ਚ ਫਸ ਜੇ ਨਾ, ਫਿਰ ਬਚਦੀ ਵੱਡੀ ਵੀ ਨਹੀਂ। ਉਹ ਦਿੱਲੀ ਨਹੀਂ ਸੀ ਵੇਖਿਆ ਕਿਵੇਂ ਮਗਰ ਮੱਛਾਂ ਮਗਰ ਲੋਕ ਝਾੜੂ ਲੈ ਕੇ ਪਏ ਸੀ? ਲੈ ਬਈ ਚੰਗਾ ਫਿਰ ਬੀਬੀਸੀ, ਲੱਗਦਾ ਮੇਰਾ ਨੰਬਰ ਅੱਧੇ ਘੰਟੇ ਨੂੰ ਆਊਗਾ। ਉਹ 15 ਮਿੰਟਾਂ ਨੂੰ ਆ ਜੀ, ਫਿਰ ਅਗਲੇ ਦਾ ਨੰਬਰ ਵੀ ਲੱਗਣਾ। ਚੰਗਾ ਫਿਰ ਮੈਂ ਆਉਂਦਾ 15 ਮਿੰਟਾਂ ਤੱਕ। ਰੋਟੀ ਹੱਕ ਦਾ ਖਾਈਏ ਜੀ, ਭਾਵੇਂ ਬੂਟ ਪਾਲਸਾਂ ਘੜੀਏ। ਓਏ ਤੂੰ ਇੱਥੇ ਬੂਟ ਪਾਲਸਾਂ ਕਰੀ ਜਾ, ਉੱਧਰ ਬੂਟਾ ਦੋਜੀ ਲੀਡਰ ਬਣ ਗਿਆ। ਅੱਛਾ ਕੀ ਝੂਠ ਬੋਲਿਆ ਉਹਨੇ? ਉਹ ਤਾਂ ਯਾਰ ਸੱਚਾ ਬੰਦਾ ਸੀ, ਪਰ ਬਈ ਅੱਜ ਕੱਲ ਪਤਾ ਨਹੀਂ ਲੱਗਦਾ ਕੌਣ ਕਦੋਂ ਲੀਡਰ ਬਣ ਜੇ। ਉਹਨੇ ਕੋਈ ਝੂਠ ਨਹੀਂ ਬੋਲਿਆ, ਉਹਨੇ ਵੋਟਾਂ ਦੀ ਰੇਸ ਵਿੱਚ ਕਾਗਜ਼ ਭਰਤੇ, ਨਾਲੇ ਹੁਣ ਪਤਾ ਲੱਗੂ ਕਿ ਬੂਟਾ ਕਿੰਨੇ ਪਾਣੀ 'ਚ। ਪਾਣੀ ਨਹੀਂ ਸਗੋਂ ਐ ਕਹੋ ਵੀ ਹੁਣ ਪਤਾ ਲੱਗੂ ਬੂਟਾ ਕਿੰਨੇ ਦੁੱਧ ਵਿੱਚ ਹੈ। ਵੋਟਾਂ ਵਿੱਚ ਪੈਸਾ ਲੱਗਦੀ ਹੈ, ਐਵੇਂ ਨਹੀਂ ਹੁੰਦਾ। ਬੂਟੇ ਨੇ ਤਾਂ ਪੁੱਠਾ ਪੰਗਾ ਲੈ ਲਿਆ, ਆਪਣੇ ਆਪ ਸਾਰੇ ਦੁੱਧ ਵਿੱਚ ਪੈਨੀ ਪੁੱਨ ਚੋਰ ਲਿਆ। ਚੰਗਾ ਰੋਟੀ ਹੱਕ ਦਾ ਖਾਈਏ ਜੀ, ਪਾਵੇਂ ਬੂਟ ਪਾਲਸਾਂ ਘੜੀਏ। ਹੈਲੋ ਵੀ ਸਾਹਿਬ। ਅੱਛਾ ਪੱਕੀ ਖਬਰ ਹੈ, ਝੂਠ ਨਾ ਬੋਲੀ। ਨਹੀਂ ਜੀ ਬਿਲਕੁਲ, ਕਿਤੇ ਛੱਤਰ ਨਾ ਪਵਾ ਦੀ ਸਾਹਿਬ ਤੋਂ। ਫੋਨ ਕੱਟ, ਮੈਂ ਹੁਣੇ ਗੱਲ ਕਰਦਾ। ਸਾਰੇ ਇੱਕ ਟੁੱਟ ਰਹੀ ਖਬਰ ਹੈ ਜੀ, ਮੇਰਾ ਮਤਲਬ ਬ੍ਰੇਕਿੰਗ ਨਿਊਜ਼ ਹੈ ਜੀ, ਇਹ ਸੁਣ ਕੇ ਤੁਹਾਡਾ ਦਿਲ ਵੀ ਟੁੱਟ ਸਕਦਾ। ਕੀ ਖਬਰ ਹੈ? ਬੀਬੀਸੀ ਨੇ ਰਿਪੋਰਟ ਬੂਟੇ ਦੇ ਪੱਖ ਦੀ ਦੇਤੀ। ਓਏ ਬੂਟਾ ਬੀਬੀਸੀ ਤੇ ਪਹੁੰਚ ਗਿਆ? ਹਾਂ ਜੀ। ਤੈਨੂੰ ਕਿੰਨੇ ਦੱਸਿਆ?
ਆ ਹੁਣੇ ਤਾਂ CNN ਦਾ ਫੋਨ ਆ ਕੇ ਹਟਿਆ ਜੀ। CNN ਵੀ? ਹਾਂ। BBC ਤੇ CNN ਵੀ? BBC ਦਾ ਮਤਲਬ ਬੌਬੀ ਬਾਰਬਰ ਕਟਿੰਗ, ਉਹ ਜਿਹੜਾ ਮੁੰਡਾ ਵਾਲ ਕੱਟਦਾ ਜੀ ਬਾਜ਼ਾਰ 'ਚ। ਤੇ CNN? CNN ਜੀ ਚੰਦੂ ਨਾਰਾਇਣ ਨਿਕੰਮਾ ਜੀ, ਬੌਬੀ ਦੀ ਦੁਕਾਨ ਦੇ ਅੱਗੇ ਤਾਂ ਬੈਠਾ ਜੁੱਤੀਆਂ ਕੱਟਦਾ ਹੁੰਦਾ ਜੀ, ਰੋਜ਼ ਤਾਂ ਤੁਹਾਨੂੰ ਆਉਂਦੇ ਜਾਂਦਿਆਂ ਨੂੰ ਹੱਥ ਖੜਾ ਕਰਦਾ। ਓਏ ਬੇਸ਼ਰਮਿਆ, ਕਦੇ ਤੇ ਚੰਗੀ ਖਬਰ ਦੇ ਦਿਆ ਕਰ। ਚੰਗੀ ਖਬਰ ਤਾਂ ਜੀ ਫਿਰ BMW ਤੋਂ ਹੀ ਮਿਲ ਸਕਦੀ ਹੈ, ਜਮਾ ਸੱਚੀ ਖਬਰ ਹੁੰਦੀ ਹੈ। BMW? ਇਹ ਕੋਈ ਨਵਾਂ ਚੈਨਲ ਖੋਲਿਆ ਹੈ? ਚੈਨਲ ਨਹੀਂ ਜੀ, BMW ਭੋਲਾ ਮਠਿਆਈ ਵਾਲਾ, ਜਿੱਥੇ ਆਪਣਾ ਚੇਤੂ ਹਲਵਾਈ ਦਾ। ਦਫਾ ਹੋ ਜਾ। ਹੈਲੋ ABC, ਮੇਰਾ ਮਤਲਬ ਹੈ ਅਮਨਬੀਰ ਚੇਅਰਮੈਨ ਜੀ, ਕੀ ਹਾਲ ਹੈ ਤੁਹਾਡਾ ਜੀ? ਲਓ ਵੀ ਮੁੰਡਿਓ, ਇਹ ਹੈ ਸਾਡਾ ਕੰਪੇਨ ਆਫਿਸ, ਅਸੀਂ ਸਾਰੀ ਕੰਪੇਨ ਇੱਥੋਂ ਕਰਾਂਗੇ। ਸਵੇਰੇ ਇੱਥੇ ਆਇਆ ਕਰਾਂਗੇ, ਇਕੱਠੇ ਹੋ ਕੇ ਰੈਲੀਆਂ ਤੇ ਜਾਵਾਂਗੇ, ਵੋਟਾਂ ਮੰਗਾਂਗੇ, ਫਿਰ ਸ਼ਾਮ ਨੂੰ ਵਿਹਲੇ ਹੋ ਕੇ ਇੱਥੇ ਹੀ ਆ ਕੇ ਮੀਟਿੰਗ ਕਰਿਆ ਕਰਾਂਗੇ ਕਿ ਕੱਲ੍ਹ ਦਾ ਏਜੰਡਾ ਕੀ ਹੋਏਗਾ, ਇਹ ਤੈਅ ਕਰਿਆ ਕਰਾਂਗੇ, ਕਿਉਂਕਿ ਉਹਨਾਂ ਕੋਲ ਪੈਸਾ ਹੈ ਤੇ ਸਾਡੇ ਕੋਲ ਦਿਮਾਗ ਹੈ। ਸੋ ਯੂ ਮੀਨ ਲਾਈਕ ਉਹਨਾਂ ਕੋਲ ਪੀਜ਼ਾ ਤੇ ਸਾਡੇ ਕੋਲ ਸਾਗ ਹੈ? ਉਹ ਨਹੀਂ ਨਹੀਂ, ਉਹ ਸਰ ਦੇ ਕਹਿੰਦਾ ਮਤਲਬ ਹੈ ਸਾਡੇ ਕੋਲ ਮਾਲੀ ਤੇ ਉਹਨਾਂ ਕੋਲ ਬਾਗ ਹੈ। ਓਏ ਨਹੀਂ ਨਹੀਂ ਪੁੱਤਰੋ, ਉਹਨਾਂ ਕੋਲ ਲਾਲਚ ਹੈ ਤੇ ਸਾਡੇ ਕੋਲ ਤਿਆਗ। ਦੈਟਸ ਗ੍ਰੇਟ ਪ੍ਰੋਫ। ਚੱਲ ਮਿਲ ਕੇ ਬਣ ਜਾਂਦੇ ਨੇ, ਚੱਲ ਮਿਲ ਕੇ ਬਣ ਜਾ ਚੱਕਰੀਆ। ਮੇਰੀ ਬਾਹ ਹੋਏ, ਉਹ ਮੇਰੇ ਤੋਂ ਹੋਰ ਨੀ ਭੱਜਿਆ ਜਾਂਦਾ। ਉਹ ਇੰਨੀ ਤਾਂ ਦੌੜ ਭਰਤੀ ਹੋਣ ਵਾਲੀ ਨੀ ਦੌੜੀ ਹੋਏ। ਓਏ ਹੋਰ ਪਤਾ ਨਹੀਂ ਕਿੰਨੇ ਘਰਾਂ 'ਚ ਦੁੱਧ ਪਾਉਣਾ। ਓਏ ਆ ਵੇਖ ਲਾ, ਘਰ ਦਾ ਨਾਂ ਰੱਖਤਾ ਮੇਰਾ ਮਿਲਖਾ ਸਿੰਘ। ਉਹ ਮੈਨੂੰ ਹੋਰ ਨਾ ਭਜਾ ਓਏ, ਉਹ ਮੇਰੇ ਤੋਂ ਹੋਰ ਨਹੀਂ ਭਜਿਆ ਜਾਣਾ, ਮੈਂ ਕੋਈ ਇੱਕ ਵੀ ਕੰਮ ਮਿਲਖੇ ਵਾਲਾ ਨਹੀਂ ਹੋਣਾ। ਓਏ ਕੋਈ ਗੱਲ ਨਹੀਂ, ਕਈ ਵਾਰੀ ਮਾਪਿਆਂ ਤੋਂ ਨਾਂ ਰੱਖੇ 'ਚ ਗਲਤੀ ਹੋ ਜਾਂਦੀ ਹੈ। ਹੁਣ ਸਾਡੇ ਪਿੰਡ ਇੱਕ ਬੰਦਾ ਕੁੱਲ ਜਾਣ ਦੇ ਨਸ਼ੇ ਕਰਦਾ ਤੇ ਨਾਂ ਰੱਖਿਆ ਦਾ ਪਵਿੱਤਰ ਸਿੰਘ, ਦੱਸੋ ਕਿੱਧਰ ਲਈ ਪਵਿੱਤਰ ਰਹਿ ਗਈ? ਹੋ ਜਾਂਦਾ ਏਦਾਂ, ਸਾਡੇ ਪਿੰਡ ਵੀ ਇੱਕ ਬੰਦਾ। ਅੱਛਾ ਹਾਂ, ਜੇ ਗਲਤੀ ਨਾਲ ਉਹਦੇ ਮਗਰ ਕੁੱਤਾ ਹੀ ਪੈ ਜਾਵੇ ਨਾ, 3 ਦਿਨ ਬੁਖਾਰ ਨਹੀਂ ਉੱਤਰਦਾ, ਤੇ ਨਾਂ ਰੱਖਤਾ ਦਲੇਰ ਸਿੰਘ। ਉਹ ਇਹ ਕਾਹਦੀ ਦਲੇਰੀ? ਉਹ ਦਲੇਰੀ ਉਹ ਲੰਘ ਗਿਆ ਆਪਣਾ ਮੇਦਰ, ਚੱਲ ਫੜੀਏ। ਸਾਡੀ ਕੰਪੇਨ ਹੋਏਗੀ 7 ਫਾਰਮੂਲਾ, ਠੀਕ ਹੈ? ਕੰਪਿਊਟਰ ਜੀ, ਬਿਲਾਸਪੁਰ ਦੇ ਵੋਟਰਾਂ ਦੇ ਸਾਹਮਣੇ ਪਹਿਲਾ ਫਾਰਮੂਲਾ ਪੇਸ਼ ਕੀਤਾ ਜਾਏ। ਯੈਸ, ਆ ਦੇਖੋ। ਵਾਓ, ਨਾ ਬੈ ਹੈਂ, ਸਾਡੀ ਕੰਪੇਨ ਹੋਏਗੀ ਚੀਪ ਐਂਡ ਬੈਸਟ। ਅੱਛਾ, 50-50 ਰੁਪਏ ਪਰ ਰੈਲੀ। ਵਾਓ, ਦੈਟਸ ਅ ਗ੍ਰੇਟ ਆਈਡੀਆ ਸਰ ਜੀ, ਐਂਡ ਆਈਡੀਆ ਕੈਨ ਚੇਂਜ ਯੋਰ ਲਾਈਫ ਬੇਟਾ ਜੀ। ਇਹ ਤਾਂ ਠੀਕ ਹੈ ਯਾਰ, ਪਰ ਤੁਹਾਡਾ ਕੈਂਡੀਡੇਟ ਨਹੀਂ ਕਿਤੇ ਦਿਸ ਰਿਹਾ, ਕਿਤੇ ਕਿਸੇ ਦੇ ਹੱਕ 'ਚ ਬਹਿ ਤਾਂ ਨਹੀਂ ਗਿਆ? ਪ੍ਰੋਫੈਸਰ ਸਾਹਿਬ, ਜਿੱਥੋਂ ਤੱਕ ਮੈਂ ਬਾਈ ਜੀ ਨੂੰ ਜਾਣਾ, ਉਹ ਕਿਸੇ ਦੇ ਹੱਕ 'ਚ ਬੈਠ ਨਹੀਂ ਸਕਦੇ, ਮਗਰ ਖੜ ਜ਼ਰੂਰ ਸਕਦੇ। ਆਈ ਨੋ ਦੈਟ। ਲਓ ਉਹ ਆ ਗਏ। ਉਹ ਬੂਟਾ ਸਿੰਘ ਜੀ, ਅਸੀਂ ਤੁਹਾਡੀਆਂ ਗੱਲਾਂ ਕਰ ਰਹੇ ਸੀ, ਕੀ ਹੋ ਗਿਆ? ਤੁਸੀਂ ਕਿੱਥੇ ਚਲੇ ਜਾਂਦੇ ਹੁੰਦੇ ਹੋ ਯਾਰ? ਉਹ ਮੈਂ ਦੁੱਧ ਪਾਉਣ ਗਿਆ ਸੀ ਜੀ। ਇਹ 15-20 ਦਿਨ ਦੁੱਧ ਪਾਉਣ ਦਾ ਕੰਮ ਛੱਡੋ। ਮਿਲ ਕੇ ਤੇਰਾ ਸਾਹ ਚੜਿਆ, ਮੈਂ ਗੱਲ ਕਰਦਾ। ਪ੍ਰੋਫੈਸਰ ਸਾਹਿਬ ਬਹੁਤ ਹੀ ਵਧੀਆ ਗੱਲ ਕੀਤੀ ਹੈ, ਦੁੱਧ ਨਹੀਂ ਕਮਾਲ ਕਰਦੀ ਸਰਾ। 15-20 ਦਿਨ ਦੁੱਧ ਨਾ ਪਾਓ ਜੀ, ਬਸ ਭੁੱਲ ਗਈ ਗੱਲ। ਦੁੱਧ ਤੇ ਚੋਣ ਜਾਬਤਾ ਲੱਗ ਗਿਆ? ਉਹ ਚੋਣ ਜਾਬਤਾ ਨਹੀਂ ਲੱਗਿਆ, ਫਿਰ ਅਸੀਂ ਵੋਟਰਾਂ ਨੂੰ ਮਿਲ ਕੇ ਰੈਲੀਆਂ ਕਰਨੀਆਂ ਨੇ, ਵੋਟਾਂ ਮੰਗਣ ਜਾਣਾ। ਉਹ ਆਹੋ ਨਾਲੇ ਬਾਈ ਜੀ, ਉਹ ਜਲਦੀ ਜਲਦੀ ਕੱਪੜੇ ਬਦਲੋ, ਆਪਾਂ ਰੈਲੀ ਕਰਨ ਜਾਣਾ। 50-50 ਰੁਪਏ ਰੈਲੀ? ਆਹੋ 50 ਰੁਪਏ? ਯੈਸ।
ਇੱਕ ਰੈਲੀ 50 ਰੁਪਏ ਚ? ਹਾਂ 50 ਰੁਪਏ। ਉਹ ਲੋਕ ਤਾਂ ਕਰੋੜਾਂ ਰੁਪਏ ਲਾਈ ਜਾਂਦੇ ਨੇ, 50 ਰੁਪਏ ਦੀ ਰੈਲੀ ਕਿਵੇਂ ਕਰਾਂਗੇ ਆਪਾਂ? ਮੈਂ ਸਮਝਿਆ ਨਹੀਂ ਜੀ। ਉਹ ਸਮਝਣ ਦੀ ਲੋੜ ਨਹੀਂ, ਤੁਹਾਨੂੰ ਬਾਅਦ ਚ ਦੱਸਾਂਗੇ। ਟ੍ਰੇਨ ਦਾ ਟਾਈਮ ਲੰਘ ਰਿਹਾ, ਚਲੋ ਪਹਿਲਾਂ ਡਰਾਈ ਕਲੀਨਰ ਤੇ ਚੱਲੀਏ। ਡਰਾਈ ਕਲੀਨਰ ਤੇ ਜਾਂਦੇ ਹਾਂ। ਚਲੋ ਬਾਈ ਜੀ, ਤੁਸੀਂ ਚਲੋ, ਤੁਸੀਂ ਚਲੋ 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 ਗੱਲ ਕਰੀ ਯਾਰ। ਗੱਡੀ ਨਹੀਂ ਮਰਨਾ ਤੂੰ, ਦੱਸਦਾ ਦਿਓ ਗੱਡੀ ਯਾਰ। ਦਫ਼ਤਰ ਕੋ ਬਣਾ ਹੈ ਬੂਟਾ ਸਿੰਘ ਨੇ ਆਪਣਾ ਚੁਣਾਵੀ ਦਫ਼ਤਰ, ਔਰ ਯਹੀਂ ਸੇ ਸ਼ੁਰੂਆਤ ਕਰੇਗਾ ਵੋ ਐਮਐਲਏ ਬਖਤਾਵਰ ਸਿੰਘ ਕੇ ਖਿਲਾਫ ਏਕ ਚੁਣਾਵੀ ਦੰਗਲ ਕੀ। ਏਕ ਤਰਫ ਹੋਗਾ ਪੈਸਾ ਔਰ ਦੂਸਰੀ ਤਰਫ ਹੋਗਾ ਦਿਮਾਗ। ਅਬ ਦੇਖਣਾ ਯੇ ਹੈ ਕਿ ਕਿਸ ਕੇ ਖੁਲੇਂਗੇ ਭਾਗ। ਮੇਰੇ ਵੀਰੋ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਵੋਟਾਂ ਦਾ ਮਾਹੌਲ ਹੈ, ਇੱਕ ਪਾਸੇ ਪੈਸੇ ਵਾਲੇ ਨੇ ਅਤੇ ਨਸ਼ੇ ਵਾਲੇ ਨੇ, ਦੂਜੇ ਪਾਸੇ ਅਸੀਂ ਤੁਹਾਡੇ ਪਿਆਰ ਵਾਲੇ ਅਤੇ ਸੱਚਾਈ ਵਾਲੇ ਹਾਂ। ਜੇ ਤੁਹਾਨੂੰ ਕੋਈ ਸੋਨੇ ਦੇ ਗਲਾਸ 'ਚ ਜ਼ਹਿਰ ਪਾ ਕੇ ਪਿਆਵੇ ਉਹ ਪੀਓਗੇ, ਜਾਂ ਫਿਰ ਮਿੱਟੀ ਦੇ ਕੁੱਜੇ 'ਚ ਕੋਈ ਲੱਸੀ ਲਈ ਫਿਰਦਾ ਹੋਵੇ ਉਹ ਪੀਓਗੇ। ਮੇਰੇ ਵੀਰੋ, ਅੱਜ ਲੋੜ ਹੈ ਆਪਾਂ ਨੂੰ ਇਹਨਾਂ ਤੋਂ ਖਹਿੜਾ ਛਡਾਈਏ, ਜਿਹੜੇ ਆਪਾਂ ਨੂੰ ਪਿਛਲੇ 67-68 ਸਾਲ ਤੋਂ ਲੁੱਟੀ ਜਾਂਦੇ ਨੇ, ਕੁਛ ਨਹੀਂ ਬਣਿਆ, ਉੱਥੇ ਹੀ ਖੜੀਆਂ ਨੇ ਸਾਰੀਆਂ ਸਮੱਸਿਆਵਾਂ। ਬੂਟਾ ਸਿੰਘ, ਬੂਟਾ ਸਿੰਘ, ਬਹੁਤ ਬਹੁਤ ਮਿਹਰਬਾਨੀ। ਇਹਨਾਂ ਨੂੰ ਪੈਸੇ ਨਾਲ ਅਤੇ ਧੱਕੇਸ਼ਾਹੀਆਂ ਨਾਲ ਜਿੱਤਣ ਦੀ ਆਦਤ ਪੈ ਗਈ। ਕਿਸੇ ਸ਼ਾਇਰ ਨੇ ਲਿਖਿਆ ਕਿ ਜ਼ਾਲਮੋ, ਲੋਕਾਂ ਦੇ ਜੀਵਨ ਰੁੱਖ ਨੂੰ ਹੱਥੀਂ ਟੱਕੇ ਨਾ ਮਾਰੋ, ਸਾਹਾਂ ਦੇ ਦਾਣੇ ਚੱਬੋ ਫੱਕੇ ਨਾ ਮਾਰੋ, ਬਾਲ ਖਿਡਾਉਣੇ ਵਹਿੰਦਾ ਏ ਤਾਂ ਕੀ ਹੋਇਆ, ਆਪੇ ਤੁਰ ਜਾਵੇਗਾ, ਧੱਕੇ ਨਾ ਮਾਰੋ। ਜਿੱਤ ਲੈਣਾ ਤੇ ਖੋ ਲੈਣਾ ਇੱਕ ਬਰਾਬਰ ਨਹੀਂ ਹੁੰਦਾ, ਦੁੱਕੀਆਂ ਨਾਲ ਤਾਂ ਸਾਡੇ ਯੱਕੇ ਨਾ ਮਾਰੋ। ਬੂਟਾ ਸਿੰਘ, ਬੂਟਾ ਸਿੰਘ, ਮੇਰੇ ਵੀਰੋ, 2 ਮਿੰਟ ਪਹਿਲਾਂ ਮੇਰੀ ਫਾਟਕ ਦੇ ਪਰਲੇ ਪਾਸੇ ਵੀ ਰੈਲੀ ਬਹੁਤ ਕਾਮਯਾਬ ਰਹੀ ਹੈ। ਜਿਵੇਂ ਕਿ ਡੇਢ 100 ਰੁਪਏ, 100 ਰੁਪਈਆ ਇਹਨਾਂ ਦੋਵਾਂ ਰੈਲੀਆਂ ਦਾ, ਔਰ 50 ਰੁਪਈਏ ਅਗਲੀ ਗੱਡੀ ਦਾ ਐਡਵਾਂਸ। ਬਸ ਇਸੇ ਤਰ੍ਹਾਂ 15 ਮਿੰਟ ਪਹਿਲਾਂ ਫਾਟਕ ਲਾ ਦਿਆ ਕਰ, ਠੀਕ ਹੈ? ਥੈਂਕ ਯੂ। ਅੱਜ ਪਤਾ ਲੱਗਿਆ 12 ਘੰਟਿਆਂ 'ਚ 35 ਟ੍ਰੇਨਾਂ ਲੰਘਦੀਆਂ ਨੇ, ਮਾਲ ਗੱਡੀਆਂ ਨੇ ਗਲਾ ਬਿਠਾ ਤਾ। ਕਿੰਨੀ ਵਾਰ ਕਿਹਾ ਪੰਗਾ ਨਾ ਲਿਆ ਕਰ, ਨਾ ਲਿਆ ਕਰ, ਪਰ ਮੇਰੀ ਸੁਣਦਾ ਕਿੱਥੇ ਆ? ਵੱਡਾ ਆ ਬਰਾਕ ਉਸਾਮਾ। ਉਹ ਬਰਾਕ ਉਸਾਮਾ ਨੀ, ਬਰਾਕ ਓਬਾਮਾ, ਉਸਾਮਾ ਲਦੇਨ ਹੈ। ਹਾਂ, ਜੋ ਵੀ ਹੈ, ਹੈ ਤਾਂ ਦੋਨੋਂ ਹੀ ਮਸ਼ਹੂਰ ਨਾ। ਓ ਜੇ ਸ਼ਕਲ ਨਹੀਂ ਚੰਗੀ, ਗੱਲ ਤਾਂ ਚੰਗੀ ਕਰ ਲਿਆ ਕਰ। ਹਾਏ ਹਾਏ, ਗੱਲਾਂ ਤਾਂ ਸਿਰਫ ਤੂੰ ਹੀ ਚੰਗੀਆਂ ਕਰਦਾ, ਪੂਰੀ ਦੁਨੀਆ 'ਚ ਇੱਕ ਤੂੰ ਹੀ ਚੰਗਾ ਰਹਿ ਗਿਆ। ਮੇਰੇ ਤੋਂ ਨਹੀਂ ਪਕਾਈਆਂ ਜਾਂਦੀਆਂ ਰੋਟੀਆਂ, ਤੇਰੀਆਂ ਤਾਂ ਤੇਰੇ ਨਾਲ ਦੋਨਾਂ ਵਿਹਲਣਾਂ ਦੀਆਂ। ਵੱਡਾ ਆ
ਨਾ ਮੈਂ ਤਾਂ ਕਹਿੰਦੀ ਭੁੱਖੇ ਮਰੋ ਤੰਨਾ ਹਜ਼ਾਰੇ ਵਾਂਗੂ। ਉਹ ਤੰਨਾ ਹਜ਼ਾਰੇ ਨੀ, ਉਹ ਅੰਨਾ ਹਜ਼ਾਰੇ ਆ। ਜੋ ਵੀ ਹੈ, ਰਹਿਣਾ ਤਾਂ ਭੁੱਖੜਤਾਲ ਤੇ ਹੀ ਆ ਨਾ। ਉਹ ਚੰਗਾ ਤੂੰ ਨਾ ਪਕਾ, ਤੈਨੂੰ ਤਾਂ ਬਹਾਨਾ ਚਾਹੀਦਾ ਕੰਮ ਚੋਰ ਨੂੰ, ਤੇਰੇ ਘਰਦਿਆਂ ਨੇ ਤੈਨੂੰ ਅਕਲ ਉਕਲ ਸਿਖਾਈ ਨੀ। ਹਾਏ ਵੇ, ਨਾ ਮੇਰੇ ਘਰਦਿਆਂ ਤੇ ਚਲਾ ਗਿਆ ਮਰ ਜਾਣਿਆ, ਨਾ ਉਹ ਦਿਨ ਭੁੱਲ ਗਿਆ ਜਦੋਂ ਮੇਰੇ ਘਰਦਿਆਂ ਦੀਆਂ ਮਿੰਨਤਾਂ ਕਰਦਾ ਫਿਰਦਾ ਸੀ ਕਿ ਇਸ ਬੂਟੇ ਨੂੰ ਗੁਲਾਬੋ ਦਾ ਰਿਸ਼ਤਾ ਦੇ ਦਿਓ, ਇਸ ਬੂਟੇ ਤੇ ਗੁਲਾਬ ਲਾ ਦਿਓ। ਨਾ ਉਦੋਂ ਮੈਂ ਤੈਨੂੰ ਗੁਲਾਬ ਲੱਗਦੀ ਸੀ, ਹੁਣ ਮੇਰੇ ਅੰਦਰੋਂ ਕੰਡੇ ਨਿਕਲੇ ਆਏ। ਓਏ ਤੂੰ ਰਹਿਣ ਦੇ, ਹੁਣ ਤੂੰ ਗੁਲਾਬ ਦਾ ਫੁੱਲ ਨਹੀਂ, ਹੁਣ ਤੂੰ ਗੋਭੀ ਦਾ ਫੁੱਲ ਹੈ। ਮੈਨੂੰ ਵੀ ਕੋਈ ਰਿਸ਼ਤੇ ਘੱਟਣੀ ਸੀ, ਆ ਜਿਹੜੀ ਗੁਆਂਢਣ ਆਪਣੀ ਮਨਜੀਤ ਕੌਰ, ਉਹਦਾ ਮੈਨੂੰ 3 ਵਾਰੀ ਰਿਸ਼ਤਾ ਆਇਆ ਸੀ। ਖਸਮਾਂ ਨੂੰ ਖਾਣਿਆ ਕਿੰਨੀ ਵਾਰ ਕਿਹਾ ਉਸ ਮਨਜੀਤ ਕੌਰ ਦਾ ਨਾਂ ਨਾ ਲਿਆ ਕਰ, ਮੈਨੂੰ ਅੱਗ ਲੱਗ ਜਾਂਦੀ ਆ। ਪਰ ਨਹੀਂ ਮੰਨਦਾ ਤੂੰ, ਹੁਣ ਜਾਂ ਤਾਂ ਤੂੰ ਇਸ ਘਰ 'ਚ ਰਹੂੰਗਾ ਜਾਂ ਮੈਂ ਰਹੂੰਗੀ। ਵੇ ਤੂੰ ਕਿਉਂ ਰਹੂੰਗਾ ਇਸ ਘਰ 'ਚ, ਇਸ ਘਰ 'ਚ ਮੈਂ ਰਹੂੰਗੀ। ਕਿੱਥੇ ਆ, ਕਿੱਥੇ ਆ ਮੇਰਾ ਭੂਗੜਾ? ਭੱਜੋ ਭੱਜੋ ਭੱਜੋ, ਬੇਕਾਬੂ ਹੋ ਗਈ। ਓਏ ਰੁਕ, ਰੂਟ ਨਹੀਂ ਪੈਂਦਾ। ਔਰ ਜਾਣਿਆ ਤੂੰ ਦੋ ਭੂਗੜੇ ਲਈ ਫਿਰਦਾ? ਇਹ ਭੂਗੜਾ ਨਹੀਂ ਹੈਗਾ ਜੀ, ਉਹ ਭੂਗੜਾ ਨਹੀਂ ਹੈਗਾ ਜੀ। ਇਹ ਮੈਨੂੰ ਪਤਾ ਤੰਬੂਕ ਹੈ। ਤੰਬੂਕ ਨਹੀਂ, ਬੰਦੂਕ ਹੈ। ਔਰ ਜੋ ਵੀ ਹੈ ਨਿਕਲਦੀ ਤਾਂ ਚੋਂ ਗੋਲੀ ਆ ਨਾ। ਉਹ ਪੈਣ ਬਣ ਕੇ ਛੱਡਦੇ, ਸਰਕਾਰੀ ਆ ਮੌਕੇ ਤੇ ਚੱਲਦੀ ਨਹੀਂ ਹੁੰਦੀ। ਅੱਛਾ, ਹਾਂ ਫਿਰ ਇਹਦੇ ਨਾਲੋਂ ਤਾਂ ਮੇਰਾ ਭੂਗੜਾ ਹੀ ਚੰਗਾ। ਉਹ ਨਿਕਲ ਚੱਲ ਓਏ, ਭੂਗੜਾ ਨਹੀਂ ਤਾਂ ਕੋਟਣਾ ਹੀ ਸਹੀ। ਘਰ ਜਾ। ਓਏ ਕਿੱਥੇ ਗਿਆ? ਓਏ ਓਏ ਰੁਕ ਜਾ, ਓਏ ਕੁੱਟਾ ਤੁਹਾਡੀ ਚਟਨੀ। ਵੱਡਾ ਆਇਆ ਬਾਡੀਗਾਰਡ। ਮੈਂ ਕਹਿੰਦੀ ਆ ਮਰਚਾ ਐਸੀ ਕਲੱਛਣੀ ਗਵਾਂਢਣ ਜਿਹਦੇ ਕਰਕੇ ਮੇਰੇ ਘਰ 'ਚ ਰੋਜ਼ ਕਲੇਸ਼ ਹੁੰਦਾ। ਇਹ ਵਾਹਿਗੁਰੂ, ਜਿਸ ਦਿਨ ਇਹ ਮਨਜੀਤ ਕੌਰ ਮਰੂਗੀ ਨਾ, ਉਸ ਦਿਨ ਮੈਂ ਪੂਰੇ 1100 ਰੁਪਏ ਦਾ ਪ੍ਰਸ਼ਾਦ ਚੜਾਉਂਗੀ। ਸ਼ਤਾਨਣ ਨੂੰ ਯਾਦ ਕੀਤਾ, ਸ਼ਤਾਨਣ ਹਾਜ਼ਰ। ਨੀ ਹੱਥ ਨਾ ਲਾਈ ਮੇਰੇ ਸੂਟ ਨੂੰ, ਕਲੈਣੀ ਨਾ ਹੋਵੇ ਤਾਂ। ਐਨੀ ਗੰਦੀ ਚੀਜ਼ ਨੂੰ ਮੈਂ ਹੱਥ ਵੀ ਨਹੀਂ ਲਾਉਂਦੀ। ਆ ਕੀ ਜਾਦੂ ਟੋਣੇ ਕਰ ਕਰ ਮੇਰੇ ਘਰੇ ਸੁੱਟੀ ਜਾਂਦੀ ਆ? ਨੀ ਜਾਦੂ ਟੂਣਾ ਮੈਂ ਨਹੀਂ ਕੀਤਾ, ਇਹ ਤਾਂ ਹਵਾ ਨਾਲ ਡਿੱਗਿਆ। ਹਵਾ ਨਾਲ ਤੂੰ ਤਾਂ ਡਿੱਗੀ ਨੀ, ਡੈਣ ਨਾ ਹੋਵੇ ਤਾਂ। ਨੀ ਮੈਂ ਤਾਂ ਜਦੋਂ ਡਿੱਗੂ ਤੇਰੇ ਤੇ ਡਿੱਗੂ, ਦੇਖੀ ਜੇ ਖੁਰਚਣੇ ਨਾਲ ਇਕੱਠੀ ਨਾ ਕੀਤੀ, ਫੇਰ ਵੇਖੀ ਪਛਾਣੀ ਵੀ ਨਹੀਂ ਜਾਣੀ। ਏ ਜਾ ਜਾ ਜਾ, ਮੈਂ ਤੇਰੇ ਵਰਗੀ ਲੜਾਕੀ ਦੇ ਮੂੰਹ ਨੀ ਲੱਗਦੀ। ਨੀ ਮੇਰੇ ਮੂੰਹੋਂ ਕੀ ਗੋਲੀਆਂ ਚੱਲਦੀਆਂ? ਜ਼ਿਆਦਾ ਬਕਵਾਸ ਨਾ ਕਰ, ਤੂੰ ਜਾਣਦੀ ਨੀ ਮੈਨੂੰ, ਬੜੀ ਦੂਰ ਤੱਕ ਪਹੁੰਚਾ ਮੇਰੇ ਬੂਟੇ ਦੀ। ਰਾਂਬੜੇ, ਤੇਰਾ ਬੂਟਾ ਪੱਟ ਕੇ ਕਿਵੇਂ ਬੇੜੇ ਚਲਾ ਲਿਆ? ਕੁੱਤੀ ਕਿਸੇ ਥਾਂ ਦੀ ਨੀ, ਕਲੱਛਣੀ ਏ। ਤੂੰ ਤਾਂ ਬੜੀ ਕੋਸ਼ਿਸ਼ ਕੀਤੀ ਸੀ ਮੇਰੇ ਬੂਟੇ ਨੂੰ ਪੱਟਣ ਦੀ, ਪਰ ਮੇਰੇ ਬੂਟੇ ਦੀਆਂ ਜੜ੍ਹਾਂ ਹੀ ਇੰਨੀਆਂ ਡੂੰਘੀਆਂ ਕਿ ਤੇਰੇ ਤੋਂ ਪੱਟੀਆਂ ਨਾ ਗਈਆਂ। ਤੂੰ ਆਪ ਦੀ ਵੀ ਨਾ ਜਾਣੀ ਮੈਨੂੰ, ਮੈਂ ਵੀ ਸਰਪੰਚਣੀ ਆ, ਪਿੰਡ ਦੀ ਸਰਪੰਚਣੀ। ਨੀ ਸਿੱਧੀ ਹੋ ਕੇ ਮੇਰਾ ਸੂਟ ਮੋੜ ਦੇ, ਨਹੀਂ ਤਾਂ ਕੱਲ ਨੂੰ ਪੰਚਾਇਤ ਬਣਾਓ ਤੇਰੀ ਬੱਦਰੀ। ਕੁੱਤੀਏ, ਮੈਂ ਦੇਖਦੀ ਆ ਤੇਰੇ ਜੀ ਚਾਈਨਾ ਦਾ ਸੂਟ, ਆ ਲੈ ਮੈਂ ਬਦਲਦੀ ਇਹਦਾ ਰੰਗ। ਨੀ ਚੰਗਾ ਹੋਇਆ ਰਾਂਬੜੇ, ਤੇਰੇ ਦਸਤੀ ਮੈਂ ਮੂੰਹ ਲੱਗਣਾ। ਨੀ ਤੂੰ ਹਾਰੀ ਤੇ ਮੈਂ ਜਿੱਤੀ, ਸੇਮ ਟੂ ਜੂ। ਰਾਂਬੜ, ਥੂ ਥੂ ਤੇਰੇ ਤੇ। ਸ਼ਰਮ ਕਰ, ਸ਼ਰਮ ਮਰ ਜਾਣੀ ਕਲੱਛਣੀ। ਮੈਨੂੰ ਲੱਗਦਾ ਰਾਤ ਵੀ
ਰੇਲ ਗੱਡੀਆਂ ਨਾਲ ਹੀ ਕੱਟਣੀ ਪਊ। ਲਓ ਮੈਂ ਤਾਂ ਆਪਣਾ ਪ੍ਰਬੰਧ ਕਰ ਲਿਆ ਤੇ ਤੁਸੀਂ ਆਪਣਾ ਪ੍ਰਬੰਧ ਸੌਣ ਦਾ ਕਰ ਲਓ। ਅਸੀਂ ਇੱਥੇ ਸੌਵਾਂਗੇ? ਇੱਥੇ ਨਹੀਂ, ਤੁਹਾਡਾ ਮੋਤੀ ਮਹਿਲ ਚ ਬੈੱਡ ਲਵਾ ਦਿੰਦੇ ਆ। ਅਸੀਂ ਇੱਥੇ ਸੌਵਾਂਗੇ। ਸਾਲੇ ਨਖਰੇ ਤਾਂ ਐਂ ਕਰਦੇ ਆ ਜਿਵੇਂ ਵਾਜਪਾਈ ਦੇ ਗਨਮੈਨ ਹੋਣ। ਜਿੱਥੇ ਤੁਹਾਡਾ ਬਾਸ ਸੌਂਗਾ ਉੱਥੇ ਹੀ ਸੌਣਾ ਪਊਗਾ। ਉਹ ਚਾਹ ਵਾਲੀ ਰੇਹੜੀ ਆ, ਸਵੇਰੇ 7:30 ਵਜੇ ਇੱਕ ਚਾਹ ਦਾ ਕੱਪ ਤੇ 2 ਮੱਠੀਆਂ ਲੈ ਆਇਓ ਮੇਰੇ ਵੱਲ। ਬਹਿ ਚੁੱਠੀ ਸੁਣ ਲਿਆ, ਸਵੇਰੇ 7:30 ਵਜੇ ਚਾਹ ਦਾ ਕੱਪ ਤੇ 2 ਮੱਠੀਆਂ ਲੈ ਕੇ ਆਉਣੀਆਂ। ਹੁਣ ਕਿਵੇਂ ਕਰੀਏ ਆਪਾਂ? ਕੀ ਕਰੀਏ ਬਈ, ਡਿਊਟੀ ਤੇ ਕਰਨੀ ਪੈਣੀ, ਛੋਟੇ ਛੋਟੇ ਬੱਚੇ ਆ। ਉਹ ਜਨਾਬ ਚੱਲ ਭਾਲ ਫਿਰ। ਉਹ ਦੇਖੋ ਉਧਰ ਦਾਣਾ ਤੇ ਮਿਲਖਾ ਕਿਵੇਂ ਸਾਲੇ ਫਰਲੋ ਮਾਰ ਕੇ ਪਹਿਲਾਂ ਪਾਉਂਦੇ ਫਿਰਦੇ ਨੇ। ਤੁਸੀਂ ਤਾਂ ਇਹਨਾਂ ਦੀ ਡਿਊਟੀ ਉਮੀਦਵਾਰ ਨਾਲ ਆਈ ਸੀ। ਜੇ ਸਰ ਉਮੀਦਵਾਰ ਨੂੰ ਕੁਝ ਹੋ ਗਿਆ ਸਾਰੇ ਥਾਣੇ ਨੂੰ ਸਸਪੈਂਡ ਕਰਾਉਣਗੇ ਸਾਲੇ। ਉਹ ਕੀ ਵੇਖਦਾ ਫਿਰਦਾ ਹੁਣ? ਤੁਸੀਂ ਡਿਊਟੀ ਲਈ ਸਾਲੇ ਮੌਜਾਂ ਕਰਦੇ ਫਿਰਦੇ ਨੇ, ਦੇਖ ਤਾਂ। ਓਏ ਕਿੱਥੇ ਤੁਰੇ ਫਿਰਦੇ ਹੋਏ ਜਨਾਬ? ਤੁਹਾਡੀ ਡਿਊਟੀ ਤਾਂ ਮੈਂ ਉਮੀਦਵਾਰ ਨਾਲ ਲਾਈ ਸੀ ਓਏ। ਉਮੀਦਵਾਰ ਨਾਲ ਹੀ ਜੀ? ਉਹ ਕਿੱਥੇ ਆ? ਆ ਪਿਆ ਜੀ, ਪਤਾ ਨਹੀਂ ਕਿਹਦੀ ਰਜਾਈ ਲਈ ਵੱਡਾ ਕੇਜਰੀਵਾਲ। ਪੁੱਛੋ ਨਾ ਜੀ, ਅਸੀਂ ਕਿਹੜੇ ਹਾਲਾਤਾਂ 'ਚ ਤੁਰੇ ਫਿਰਦੇ ਹਾਂ? ਇਹਦੇ ਘਰੋਂ ਆਏ ਭੱਜ ਕੇ ਆਏ, ਜੇ ਪਿੰਡ 'ਚੋਂ ਰਾਤ ਨੂੰ ਕਾਲੇ ਕੱਛੇ ਲੈ ਭੱਜਦੇ ਹੁੰਦੇ ਨੇ, ਨਾ ਰੋਟੀ ਨਾ ਪਾਣੀ। ਆਪ ਜਿੱਥੇ ਮਰਜ਼ੀ ਫੂਕ ਮਾਰ ਕੇ ਸੌਂ ਜਾਂਦਾ, ਸਾਨੂੰ ਕਹਿੰਦਾ ਲਓ ਵੀ ਮੈਂ ਤੇ ਆਪਣਾ ਇੰਤਜ਼ਾਮ ਕਰ ਲਿਆ, ਹੁਣ ਤੁਸੀਂ ਆਪਣਾ ਇੰਤਜ਼ਾਮ ਆਪ ਕਰ ਲਓ। ਹੁਣ ਦੱਸੋ ਇੰਨੀ ਰਾਤ 'ਚ ਅਸੀਂ ਕਿੱਥੇ ਟੈਂਟ ਲਾ ਲਈਏ ਜੀ? ਉਹਨੂੰ ਆਪਾਂ ਹੱਥ ਨਹੀਂ ਲੈਣਾ ਜਨਾਬ। SHO ਚਪੇੜਾਂ ਵਾਲਾ ਐਵੇਂ ਨਹੀਂ ਕਹਿੰਦੇ। ਪਰ ਜਨਾਬ ਸਮਝਦੇ ਕਿਉਂ ਨਹੀਂ? ਆਪਣੀਆਂ ਚਪੇੜਾਂ ਲੈਕਸ਼ਨ ਤਾਂ ਕਾਨੂੰਨ ਨੇ ਬੰਨੀਆਂ ਹੋਈਆਂ। ਮੈਂ ਤੁਹਾਡੇ ਜਜ਼ਬਾਤਾਂ ਦੀ ਕਦਰ ਕਰਦਾ ਹਾਂ, ਭਾਵਨਾਵਾਂ ਤੇ ਥੋੜਾ ਕੰਟਰੋਲ ਕਰੋ। ਦੇਖੋ ਇਲੈਕਸ਼ਨ ਵਾਲੇ ਦਿਨ 5 ਵਜੇ ਤੱਕ ਹੈਗਾ ਉਮੀਦਵਾਰ ਜੀ, ਉਦੋਂ ਤੱਕ ਆਪਾਂ ਨੂੰ ਇਹਦੀ ਹਿਫਾਜ਼ਤ ਕਰਨੀ ਪੈਣੀ ਹੈ। ਠੀਕ ਹੈ ਜੀ, ਹਾਰੇ ਨੇ ਜਾਣਾ ਹੀ ਹੈ। ਠੀਕ ਹੈ ਜੀ, 5:05 ਚ ਆਪਣੀਆਂ ਚਪੇੜਾਂ ਫ੍ਰੀ ਨੇ, ਤੁਸੀਂ ਕਰੋ ਡਿਊਟੀ, ਸਵੇਰੇ ਲਾਉਣੇ ਹਿਸਾਬ। ਠੀਕ ਹੈ, ਆਓ ਚੱਲੀਏ। ਅੱਛਾ, ਪੱਟੀ ਮੇਸ ਉਹ ਤੇਰੀ ਪੱਟੀ ਮੇਸ ਬੱਚਾ ਜੀ, ਠੰਡ ਲੱਗੀ ਹੈ ਜੀ। ਠੀਕ ਹੈ ਜੀ। ਹਾਂਜੀ ਹਾਂਜੀ, ਉਹ ਦਾਰਿਆ ਹੁਣ ਕੀ ਕਰੀਏ ਓਏ? ਚੱਲ ਆ ਜਾ ਮਿਲ ਕੇ ਆਵੇ, ਸੌ ਜਾ ਗਨ ਦਾ ਸਰਾਣਾ ਲਾ ਕੇ, ਚੱਲ ਇਧਰਲੇ ਪਾਸੇ ਪੈ ਜਾ। ਓਏ ਠੀਕ ਆ ਭਰਾਵਾ, ਡਿਊਟੀ ਤੇ ਕਰਨੀ ਪੈਣੀ ਆ, ਜਾ ਕੇ ਪੜਨੇ ਆ। ਚੰਗਾ ਬੇਦਾਰਿਆ, ਗੁੱਡ ਨਾਈਟ। ਸਾਲਿਆ ਗੁੱਡ ਨਾਈਟ ਨੂੰ ਸੀਐਮ ਹਾਊਸ ਪਿਆ ਅਖੇ ਗੁੱਡ ਨਾਈਟ। ਅੱਜ ਪਤਾ ਲੱਗਿਆ ਰਾਤਾਂ ਠੰਡੀਆਂ ਹੀ ਬੜੀਆਂ ਨੇ। ਪੀਏ, ਓ ਪੀਏ। ਤੁਸੀਂ ਪੀਓ ਜੀ, ਮੰਗਲਵਾਰ ਨੂੰ ਮੈਂ ਪੀਂਦਾ ਨਹੀਂ। ਸਾੜਿਆ ਮੈਂ ਤੈਨੂੰ ਬੁਲਾ ਰਿਹਾ, ਆਫਰ ਨਹੀਂ ਕਰ ਰਿਹਾ, ਪਾ। ਓ ਅੱਛਾ ਅੱਛਾ ਅੱਛਾ, ਮੈਂ ਸਮਝਿਆ ਜੀ ਜਿਵੇਂ ਤੁਸੀਂ ਮੈਨੂੰ ਕਹਿ ਰਹੇ ਆ ਵੀ ਆ ਪੀਏ, ਦੋਵੇਂ ਬੈਠ ਕੇ ਪੀਏ। ਕਈ ਵਾਰੀ ਮੈਨੂੰ ਨੀਵਾਂ ਵੀ ਸੁਣ ਜਾਂਦਾ ਜੀ। 35% ਵਿਸਕੀ ਤੇ ਹੁਣ 65% ਸੋਡਾ। ਜੀ ਜੀ, ਵਾਹ ਜੀ ਵਾਹ, ਫਿਰ ਤਾਂ ਵਿਸਕੀ ਦਾ ਜੋ ਮਜ਼ਾ ਆਉਂਦਾ ਹੈ। ਐਕਸਾਈਜ਼ ਮੰਤਰੀ ਅਕਸਰ ਇਹ ਕਹਿੰਦੇ ਨੇ ਕਿ ਵੱਡਾ ਮੂੰਹ ਛੋਟੀ ਗੱਲ ਕਰਨ ਲੱਗੇ ਨੇ। ਕਦੇ ਡਿਪਟੀ ਸੀਐਮ ਕਹਿੰਦੇ ਨੇ, ਕਦੇ ਤੁਸੀਂ ਕਹਿੰਦੇ ਹੋ ਐਕਸਾਈਜ਼ ਮਿਨਿਸਟਰ ਕਹਿੰਦੇ ਨੇ, ਕਦੇ ਆਪਣੇ ਮੂੰਹੋਂ ਵੀ ਕੁਝ ਕਿਹਾ ਕਰੋ ਜੀ। ਮੈਂ ਕਹਿੰਦਾ ਕਹੋ। ਉਹ ਬੇਸ਼ਰਮਿਆ, ਬਕਵਾਸ ਬੰਦ ਕਰ। ਹੁਣ ਦੱਸ ਅੱਜ ਦਾ ਦਿਨ ਕਿਵੇਂ ਰਿਹਾ? ਅੱਜ ਦਾ 20 ਲੱਖ ਦਾ ਬਜਟ ਹੈ ਜੀ। ਸ਼ਰਾਬ ਜਿਹੜੀ ਆ ਪਿੰਡ ਪਿੰਡ ਪਜਾਤੀ, ਭੁੱਕੀ ਵੀ ਟਿਕਾਣੇ ਲਾਤੀ ਜੀ, ਤੇ ਆ ਸਟੀਲ ਦੇ ਭਾਂਡਿਆਂ ਦਾ ਟਰੱਕ ਜੀ ਦਿੱਲੀ ਤੋਂ ਚੱਲਿਆ ਹੋਇਆ, ਰਾਤੋ ਰਾਤ ਪਹੁੰਚ ਜੂਗਾ ਜੀ। ਜਿੰਨੀਆਂ ਵੀ ਆ ਗਰੀਬ ਕਲੋਨੀਆਂ ਨੇ ਸਾਰੀਆਂ ਨੂੰ ਸਟੀਲੋ ਸਟੀਲ ਕਰ ਦਿਆਂਗੇ, ਸਟੇਨਲੈਸ। ਇਹ ਚੋਂ ਪ੍ਰਚਾਰ ਦਾ ਤਰੀਕਾ ਨਵਾਂ ਸੋਚੋ। 60 ਸਾਲ ਪੁਰਾਣਾ, ਉਹੀਓ ਸਿੰਗਰ, ਉਹੀਓ ਡਾਂਸਰ, ਉਹੀਓ ਭਾਸ਼ਣ, ਹੈ? ਨਵਾਂ ਤਰੀਕਾ ਕੀ ਸੋਚੀਏ ਜੀ? ਸਿਆਣੇ ਕਹਿੰਦੇ ਆ ਜਿਹੜੇ ਰਾਹ ਚੱਲਦੇ ਹੁਣ ਉਹਨਾਂ ਤੇ ਹੀ ਚੱਲੇ ਰਹਿਣਾ ਚਾਹੀਦਾ। ਨਹੀਂ ਹੋਗੀ ਇੱਕ ਆਮ ਆਦਮੀ ਕੇ ਕੰਪਿਊਟਰ ਜੈਸੇ ਰੇਲ ਸੇ ਤੇਜ਼ ਦਿਮਾਗ ਕੀ, ਜਿਸਨੇ ਬਿਨਾਂ ਕੋਈ ਪੈਸਾ ਖਿਲਾਏ, ਬਿਨਾਂ ਆਮ ਪਬਲਿਕ ਕੋ ਤੰਗ ਕੀਏ ਨਿਕਾਲਾ ਇਲੈਕਸ਼ਨ ਕੈਂਪੇਨ ਕਾ ਇੱਕ
नयाब तरीका। बूटा सिंह ने रेलवे फाटक पर खड़ी आम जनता को यूज किया उसने अपने इलेक्शन कैंपेन के लिए। कैमरामैन टोनी के साथ मैं नीलम गुप्ता गुप्त वाला लेकर आऊंगा और सनसनीखेज खबरें। लेकिन जो प्रचार ऐदा थोड़ी होंदा है ओए नाड़ी ने। पर आइडिया घंट है जी। बकवास बंद कर। आइडिया घंट ए दस लवलीन किथे? ओ ता जी अपनी फ्रेंड दे बर्थडे ते गई होई है जी। केड़ी फ्रेंड? अजकल दी जनरेशन दा पता लगदा जी साल च चार चार ता बर्थडे मनाउंदी है। ओ कहंदे नहीं हुंदे टू मेनी हैप्पी रिटर्न ऑफ द डे हैप्पी बर्थडे। ओए रख इथे। क्यों जी? ए शराब दे नाल दा पैकेज है। तू मंगलवार शराब नहीं पींदा ना? नहीं जी। ते फिर नमकीन क्यों खा रहा? रख रख आ हुण। रूपन मैं तेनू किन्नी वार सॉरी बोला, मैं तो आपे ही बहुत परेशान हाँ। एक पासे मेरा प्यार है ते दूजे पासे मेरे पापा। ओहो एदे विच तेरी कोई गलती नहीं हैगी, नाले मैं तेनू इस वास्ते थोड़ा इत्थे बुलाया। तां फिर तू मेरा नवा प्लान सुन। प्लान? हाँ। हुन केड़ा प्लान है? मैं तेरे पापा दे खिलाफ अपने भाई नू इलेक्शन च खड़ा कर दिता है। हाँ गॉड हुने केड़ा नया स्यापा पान लगे हो तुसी मेरी जान नू? तू ये सब छड़, तू मैनू इन्ना दस, तू मेरे ते विश्वास करदी है ना? ये सारी गेम मैं सिर्फ ते सिर्फ तेरे प्यार वास्ते खेल रहा है, तू ये दस तू मेरा साथ देंगी? ना बाबा ना, मैं पापा दे खिलाफ नहीं जा सकती, मैनू तो अपनी जान प्यारी आ। ओ बाबा तू टेंशन को लेनी है, ओ मैं सारा कुछ संभाल लूंगा। ठीक है। Yo, are we gonna order or not? ਓ ਇੱਕ ਗੱਲ ਕੰਨ ਖੋਲ ਕੇ ਸੁਣ ਲਓ ਮੇਰੀ ਵੱਡੇ ਉਮੀਦਵਾਰਾ ਜੀ, ਤੂੰ ਸਾਡੇ ਮੁਲਾਜ਼ਮਾਂ ਨੂੰ ਕੀਤਾ ਵਾ ਤੰਗ, ਆਪਣੀ ਘਰ ਵਾਲੀ ਨਾਲ ਲੜ ਕੇ ਕਦੇ ਕਿਤੇ ਜਾ ਕੇ ਸੌ ਜਾਂਦਾ ਕਦੇ ਕਿਤੇ ਜਾ ਕੇ ਸੌ ਜਾਂਦਾ, ਤੇਰੇ ਕਰਕੇ ਸਾਡੇ ਮੁਲਾਜ਼ਮਾਂ ਨੂੰ ਨਮੋਨੀਆ ਹੋਇਆ ਪਿਆ। ਇਹ ਕੀ ਹੋਏ ਜਨਾਬ? ਨਮੂਨੀਆ ਦੇ ਸਬੂਤ ਆ, ਮੇਰੀਆਂ ਰਿਪੋਰਟਾਂ ਸੋਈਆਂ ਨੇ ਜੀ। ਆ ਦੇਖ ਲਿਆ, ਹਾਲਾਂਕਿ ਮੈਨੂੰ ਐਸ ਐਚ ਓ ਚਪੇੜਾਂ ਵਾਲਾ ਕਹਿੰਦੇ ਨੇ, ਤੂੰ ਹੈਗਾ ਐਮ ਐਲ ਏ ਦਾ ਉਮੀਦਵਾਰ, ਕਾਨੂੰਨ ਨੇ ਮੇਰੇ ਹੱਥ ਬੰਨੇ ਹੋਏ ਆ, ਨਹੀਂ ਤਾਂ ਤੂੰ ਮੇਰੇ ਅੱਗੇ ਹੱਥ ਬੰਨਣੇ ਸੀ। ਜਨਾਬ ਜਾਣਦੇ ਹੋ, ਜਨਾਬ ਜਾਣਦੇ ਹੋ, ਜਨਾਬ ਜਾਣਦੇ ਹੋ, ਜਾਣਦੇ ਹੋ ਜਨਾਬ, ਤੁਸੀਂ ਉਹ ਜਾਣਦੇ ਹੋ ਜਨਾਬ, ਮੈਨੂੰ ਪਤਾ ਤੁਹਾਡੇ ਅੰਦਰਲਾ ਪੁਲਸੀਆ ਗੁੱਜਾ ਮਾਰਦਾ, ਪਰ ਥੋੜਾ ਕੰਟਰੋਲ ਕਰੋ, ਮੈਂ ਤੁਹਾਡੀ ਭਾਵਨਾਵਾਂ ਦੀ ਕਦਰ ਕਰਦਾ ਹਾਂ, ਜਜ਼ਬਾਤਾਂ 'ਤੇ ਕਾਬੂ ਰੱਖਿਆ ਕਰੋ। ਅਸਲ 'ਚ ਜਨਾਬ ਤੁਹਾਡਾ ਕਸੂਰ ਨਹੀਂ ਜੀ, ਤੁਸੀਂ ਕਦੇ ਆਮ ਬੰਦੇ ਦੀ ਰਾਖੀ ਕੀਤੀ ਹੋਈ ਨਹੀਂ ਜੀ, ਤਾਂ ਕਰਕੇ ਤੁਹਾਨੂੰ ਔਖਾ ਔਖਾ ਜਿਹਾ ਲੱਗੀ ਜਾਂਦਾ। ਤੁਸੀਂ ਤਾਂ ਹੁਣ ਤੱਕ ਲਾਲ ਬੱਤੀਆਂ ਵਾਲੇ ਜਾਂ ਵੱਡੀਆਂ ਵੱਡੀਆਂ ਕੋਠੀਆਂ ਮੂਹਰੇ ਤੰਬੂ ਲਾ ਕੇ ਬੈਠੇ ਰਹਿੰਦੇ ਹੋ ਜੀ, ਜਿਹੜੇ ਬੰਦਿਆਂ ਨੂੰ ਪਹਿਲਾਂ ਤੁਸੀਂ ਲੁੱਟਾਂ ਖੋਹਾਂ 'ਚ ਜਾਂ ਕਤਲਾਂ 'ਚ ਭਾਲਦੇ ਰਹਿੰਦੇ ਹੋ, ਉਹ ਕਿਤੇ ਬੋਟਾ ਬੂਟਾ 'ਚ ਖੜੇ ਹੋ ਕੇ ਜਿੱਤ ਜਾਂਦੇ ਨੇ, ਬਾਅਦ 'ਚ ਤੁਸੀਂ ਉਹਨਾਂ ਦੀ ਰਾਖੀ ਕਰਨ ਲੱਗ ਜਾਂਦੇ ਹੋ। ਭਾਸ਼ਣ ਕਰ ਆਪਣਾ ਬੰਦ। ਮੈਂ ਹੁਣ ਇੱਦਾਂ ਕਰਦਾ, ਤੇਰੇ ਸੌਣ ਦਾ ਪ੍ਰਬੰਧ ਕਰਦਾ ਨਾ ਇੱਥੇ, ਨਾਲੇ ਮੈਂ ਲਾਂਗਰੀ ਨੂੰ ਕਹਿ ਕੇ ਤੇਰੀ ਰੋਟੀ ਦਾ ਪ੍ਰਬੰਧ ਵੀ ਕਰ ਦਿੰਦਾ। ਉਹ ਤਾਂ ਠੀਕ ਹੈ ਜੀ, ਪਰ ਇੱਕ ਗੱਲ ਆਪਾਂ ਪਹਿਲਾਂ ਖੋਲੀਏ, ਬਾਅਦ 'ਚ ਐਵੇਂ ਕੋਈ ਫਿਰ ਗਲਤ ਫਹਿਮੀ 'ਚ ਨਹੀਂ ਰਹਿੰਦੀ ਜੀ। ਉਹ ਕੀ ਹੈ? ਰੋਟੀ ਤੋਂ ਪਹਿਲਾਂ ਮੈਂ ਇੱਕ ਲੰਡੂ ਜਿਹਾ ਪੈਗ ਵੀ ਲਾ ਸਕਦਾ ਜੀ। ਹੈਂ? ਨਾ ਅਸੀਂ ਇੱਥੇ ਠੇਕਾ ਖੋਲਿਆ। ਪਰ ਠਾਣਾ ਤਾਂ ਖੋਲਿਆ ਨਾ ਜੀ, ਇਹ ਤਾਂ ਬਾਹਰ ਸਾਰੇ ਮਸ਼ਹੂਰ ਹੈ ਜੀ, ਵੀ ਜੇ ਠੇਕੇ ਬੰਦ ਹੋਣ ਫਿਰ ਠਾਣਿਓਂ ਮਿਲ ਜਾਂਦੀ ਹੈ ਜੀ। ਓਏ ਤੂੰ ਬਚਲਾ ਮੇਰੇ ਕੋਲੋਂ, ਬਚਲਾ ਮੈਂ ਕਹਿੰਦਾ ਬਚਲਾ ਮੇਰੇ ਕੋਲੋਂ, ਵੋਟਾਂ ਵਾਲੇ ਦਿਨ 5:05 ਹੋ ਲੜਦੇ ਸ਼ਾਮ ਦੇ, ਤੈਨੂੰ ਫਿਰ ਮੈਂ ਦੱਸੂ ਬਈ ਠੇਕੇ ਤੇ ਥਾਣੇ 'ਚ ਫਰਕ ਕੀ ਹੁੰਦਾ। ਜਨਾਬ ਕਿਉਂ ਸਾਰਾ ਥਾਣਾ ਸਸਪੈਂਡ ਕਰਾਉਣ ਦਾ ਪ੍ਰਬੰਧ ਕਰੀ ਜਾਂਦੇ ਹੋ? ਸਾਡੇ ਤਾਂ ਬੱਚੇ ਵੀ ਹਲੇ ਛੋਟੇ ਆ, ਸੋਚਿਆ ਕਰੋ ਕੁਛ। ਬਲਵੀਰ ਜੀ। ਜਨਾਬ ਇੱਦਾਂ ਕਰੋ,
ਬਈ ਇਹਦਾ ਮੰਜਾ ਇੱਥੇ ਲਵਾ ਦਿਓ ਤੇ ਮੂਲੀਆਂ ਤੇ ਨੂਣ ਭੁੱਕੇ ਕਿਲੋ ਨੂੰ ਜਾਂ ਪੈਕ ਪਾ ਦਿਓ ਜਨਾਬ ਇੱਕ ਗੱਲ ਹੋਰ ਹੈ ਜੀ ਓਏ ਹੁਣ ਕੀ ਆ ਹੁਣ ਕੀ ਆ ਇਹਨੂੰ ਕਦੋਂ ਜਜ਼ਬਾਤਾਂ ਤੇ ਕਾਬੂ ਰੱਖੇ ਜੀ ਕਿਉਂਕਿ ਤੁਹਾਡੇ ਜਜ਼ਬਾਤਾਂ ਤੇ ਇਹ ਕਾਬੂ ਕਰ ਲੈਂਦਾ ਜੀ ਤੇ ਤੁਹਾਡੇ ਜਾਣ ਤੋਂ ਬਾਅਦ ਜੇ ਇਹਦੇ ਜਜ਼ਬਾਤ ਬੇਕਾਬੂ ਹੋ ਗਏ ਫਿਰ ਕੌਣ ਕਾਬੂ ਕਰੂਗਾ ਜੀ ਜਿਵੇਂ ਭੀੜ ਬੇਕਾਬੂ ਵਗੈਰਾ ਹੋ ਜਾਂਦੀ ਹੈ ਚਲੋ ਮਿਲ ਗਿਆ ਸੋਈਏ ਵੀ ਕੁਆਟਰ ਤੇ ਜਾ ਕੇ ਮੰਜਾ ਡੀਕਦੇ ਯਾਰ ਚਲੋ ਦਾਰਿਆ ਮੈਂ ਤਾਂ ਮਹੀਨਾ ਹੋ ਗਿਆ ਆਪਣਾ ਮੰਜਾ ਲਾ ਕੇ ਨੂੰ ਵੇਖਿਆ ਓਏ ਰੋਪੜ ਕਰਾਲੀ ਖਰੜ ਮੋਹਾਲੀ ਨੌਨ ਸਟਾਪ ਚੱਲੀਏ ਆ ਜਾਓ ਵੀ ਆ ਜਾਓ ਯੋ ਸਪ ਬ੍ਰੋ ਕੀ ਉਹ ਭਾਜੀ ਦਾ ਮਤਲਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਟੂਡੈਂਟ ਲੱਗਦੇ ਹੋ ਪ੍ਰਾਈਵੇਟ ਬੱਸ ਆ ਪਾਸ ਨਹੀਂ ਚੱਲਣਾ ਉਹ ਭਾਜੀ ਅਸੀਂ ਇੱਥੇ ਟਿਕਟਾਂ ਨਹੀਂ ਲੈਣੀਆਂ ਅੱਛਾ ਫ੍ਰੀ ਸੇਵਾ ਭਾਲਦੇ ਹੋ ਜਾਣਾ ਕਿੱਥੇ ਜਨਾਬ ਨੇ ਜਾਣਾ ਕਿੱਥੇ ਨਹੀਂ ਜੀ ਸਿਰਫ ਤੁਹਾਡੇ ਨਾਲ ਗੱਲ ਕਰਨੀ ਸੀ ਕਰੋ ਭਾਜੀ ਐਤਕੀ ਸਾਡਾ ਬਾਈ ਬੂਟਾ ਸਿੰਘ ਇਲੈਕਸ਼ਨ ਦੇ ਵਿੱਚ ਖੜਾ ਹੋ ਰਿਹਾ ਅੱਛਾ ਅੱਛਾ ਵੋਟ ਪਾਉਣੀ ਆ ਪਾ ਦਾਂਗੇ ਦੱਸੋ ਚੋਣ ਨਿਸ਼ਾਨ ਕੀ ਹੈ ਵੋਟ ਨਹੀਂ ਪਾਣੀ ਵੋਟਾਂ ਪਵਾਉਣੀਆਂ ਬ੍ਰੋ ਜਾਲੀ ਵੋਟਾਂ ਉਹ ਮੈਂ ਤੁਹਾਨੂੰ ਦੱਸਦਾ ਬਾਈ ਜੀ ਦੀ ਕੰਪੇਨ ਵਾਸਤੇ ਅਸੀਂ ਉਹਨਾਂ ਦੇ ਨਾਂ ਦੀਆਂ ਟਿਕਟਾਂ 'ਚ ਪਾਈਆਂ ਨੇ ਅਤੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇਸ ਏਰੀਆ ਦੇ ਵਿੱਚ ਬੂਟਾ ਸਿੰਘ ਦੇ ਨਾਂ ਦੀ ਟਿਕਟਾਂ ਆਪਣੇ ਸਵਾਰੀ ਨੂੰ ਦਿਓ ਉਹ ਜੋ ਮੇਰਾ ਕੀ ਫਾਇਦਾ ਸਾਡਾ ਬਾਈ ਇੱਕ ਬਹੁਤ ਇਮਾਨਦਾਰ ਬੰਦਾ ਹੈ ਜੇ ਇੱਕ ਇਮਾਨਦਾਰ ਬੰਦਾ ਇਸ ਏਰੀਆ ਵਿੱਚ MLA ਬਣ ਜੇ ਉਹ ਸਾਡਾ ਨਹੀਂ ਤੁਹਾਡਾ ਨਹੀਂ ਸਾਰੀ ਪਬਲਿਕ ਦਾ ਫਾਇਦਾ ਹੈ ਅੱਛਾ ਕਰ ਦਾਂਗਾ ਦੇ ਦਿਓ Here you go, man. ਪਰ ਇੱਕ ਗੱਲ ਦੱਸਾਂ ਇਹ ਨੇਤਾ ਲੋਕ ਨਾ ਇੱਕ ਵਾਰ ਜਿੱਤ ਕੇ 5 ਸਾਲ ਦਿਖਾਈ ਨਹੀਂ ਦਿੰਦੇ ਭਾਜੀ 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 ਸਾਡਾ ਬਾਈ ਬਹੁਤ ਆਮ ਹੈ ਜੇ ਇੱਕ ਵਾਰੀ ਜਿੱਤ ਗਿਆ ਉਹ ਆਮ ਬੰਦਿਆਂ ਵਿੱਚ ਹੀ ਰਹੂਗਾ ਚਲੋ ਕੋਈ ਨਾ ਓਕੇ ਫੀਸ ਮੈਨ ਰੋਪੜ ਖੈੜ ਮੋਹਾਲੀ ਕੰਡਕਟਰ ਤੇ ਕੰਮ ਲੱਗ ਗਿਆ ਯੋ ਕੰਡਕਟਰ ਤੇ ਕੰਮ ਲੱਗਿਆ ਪਰ ਆਪਾਂ ਵੀ ਇੱਥੇ ਵਧੀਆ ਕੰਮ ਕਰ ਸਕਦੇ ਹਾਂ ਬ੍ਰੋ ਕੀ ਵੇਖ ਕਿੰਨੀ ਸਵਾਰੀਆਂ ਨੇ ਆਪਾਂ ਬੱਸਾਂ 'ਚ ਰੈਲੀ ਕਰ ਸਕਦੇ ਹਾਂ ਆਈਡੀਆ ਨਾਟ ਬੈਡ ਮੈਂ ਹੁਣੇ ਬਾਈ ਨੇ ਸਲਾਹ ਕਰਦਾ ਯੋ ਕਾਲ ਹਿਮ ਪਾਬੀ ਬਾਈ ਕਿੱਥੇ ਆ ਖਸਮਾ ਨੂੰ ਖਾਣਾ ਰਾਤ ਤੱਕ ਘਰੇ ਨਹੀਂ ਮੁੜਿਆ ਰਾਤ ਦਾ ਘਰ ਨਹੀਂ ਆਇਆ ਬਸ ਫਿਰ ਅੱਜ ਡਿਨਰ 'ਚ ਸਲਾਦ ਹੀ ਖਾਵਾਂਗੇ ਅਮੀਰਾਂ ਵਾਂਗੂ ਗ੍ਰੀਨ ਸੈਲਡ ਅੱਛਾ ਗੱਲ ਸੁਣ ਹਾਂ ਗੇਟ ਗੂਟ ਚੰਗੀ ਤਰ੍ਹਾਂ ਬੰਦ ਕਰ ਦਿਓ ਥਾਣੇ ਦਾ ਅੱਜ ਕੱਲ੍ਹ ਸ਼ਹਿਰ 'ਚ ਚੋਰੀਆਂ ਬਹੁਤ ਵੱਧ ਗਈਆਂ ਤੂੰ ਆਰਾਮ ਨਾਲ ਸੌ ਜਾ ਓਕੇ ਬਾਈ ਗੁੱਡ ਨਾਈਟ ਗੁੱਡ ਨਾਈਟ ਗੁੱਡ ਨਾਈਟ 7:30 ਮੈਨੂੰ ਚਾਹ ਦੇ ਨਾਲ ਬਿਸਕੁਟ ਲਿਆ ਦਿਓ ਗ੍ਰੀਨ ਟੀ ਪੈ ਜਾ ਇੰਸਪੈਕਟਰ ਸਾਹਿਬ ਸਤਿ ਸ਼੍ਰੀ ਅਕਾਲ ਮੈਂ ਮਿਸਿੰਗ ਕਾਲ ਦੀ ਰਿਪੋਰਟ ਲਿਖਾਉਣ ਆਈ ਆ ਤੁਹਾਨੂੰ ਅੱਧੀ ਰਾਤ ਕਿਹਨੇ ਮਿਸ ਕਾਲ ਮਾਰਦੀ ਉਹ ਇਹਨਾਂ ਦਾ ਮਤਲਬ ਹੈ ਮਿਸਿੰਗ ਪਰਸਨ ਦੀ ਰਿਪੋਰਟ ਉਹ ਜੋ ਵੀ ਹੁੰਦਾ ਗੁੰਮ ਤਾਂ ਸਾਡਾ ਬੰਦਾ ਹੀ ਹੋਇਆ ਨਾ ਅੱਛਾ ਅੱਛਾ ਗੁੰਮਸ਼ੁਦਾ ਰਿਪੋਰਟ ਲਿਖਾਉਣੀ ਹੈ ਹਾਂ ਜੋ ਵੀ ਹੁੰਦਾ ਲਗਾਓ ਆਦਾ ਪਤਾ ਲਗਾਓ ਕਿੱਥੇ ਗੁੰਮ ਹੋਇਆ ਨਾ ਤਾਂ ਪਤਾ ਹੁੰਦਾ ਤਾਂ ਮੈਂ ਆਪ ਨਾ ਜਾ ਕੇ ਲੱਭ ਲੈਂਦੀ ਬੀਬੀ ਗੁੱਸੇ ਕਾਹਤੋਂ ਹੁੰਨੀ ਹੈ ਮੇਰਾ ਮਤਲਬ ਮੁਹਾਂਦਰਾ ਲਿਖਾਓ ਕਿਹੋ ਜਿਹਾ ਬੰਦਾ ਹੈ ਮੁਹਾਂਦਰੇ ਨੂੰ ਕੀ ਰੱਖਿਆ ਨਾ ਬੰਦਿਆਂ ਵਰਗਾ ਬੰਦਾ ਹੈ ਅੱਛਾ ਚੱਲ ਛੱਡੋ ਨਾਂ ਲਿਖਾਓ ਬੂਟਾ ਸਿੰਘ ਬੂਟਾ ਹਾਂਜੀ ਹਾਂਜੀ ਉਹ ਜਿਹੜਾ ਬੂਟਾ 'ਚ ਖੜਾ ਹੈ ਹਾਂਜੀ ਹਾਂਜੀ ਜਿਹਦਾ ਚੋਣ ਛਾਂ ਟਰੈਕਟਰ ਹੈ ਉਹ ਹਾਂਜੀ ਬੀਬੀ ਹੁਣ ਉਹਨੂੰ ਲੱਭਣ ਦੀ ਲੋੜ ਨਹੀਂ ਕੀ ਹੋ ਗਿਆ ਆ ਦੇਖੋ ਬਾਈ ਓ ਭਾਬੀ ਓਏ ਵੇ ਬੁੱਟਿਆ ਤੂੰ ਮੈਨੂੰ ਭਾਬੀ ਮੇਰੀ ਗੱਲ ਸੁਣੋ ਬਾਈ ਤੂੰ ਇੱਥੇ
ਉਹ ਤੂੰ ਕਿਤੇ ਤਾਂ ਸਕੂਨ ਨਾਲ ਪੈ ਲੈਣ ਦੇ ਮੈਨੂੰ। ਉਹ ਭਾਬੀ ਘਰ ਜਾ ਕੇ ਗੱਲ ਕਰਦੇ ਆ। ਚਲੋ ਪਛਲੇ ਵੀਰ ਜੀ ਤੁਸੀਂ ਓਏ ਮੈਂ ਘਰੋਂ ਹੀ ਆਇਆ, ਉਹ ਮੈਂ ਘਰੋਂ ਹੀ ਆਇਆ, ਉਹ ਮੈਨੂੰ ਰਹਿ ਲੈਣ ਦੋ, ਰਹਿ ਲੈਣ ਦੋ। ਕਿੱਥੋਂ ਆ ਗਈ ਏ ਇੰਸਪੈਕਟਰਾ? ਤੂੰ ਮੈਨੂੰ ਦੱਸ ਨਹੀਂ ਸਕਦਾ ਸੀ ਕਿ ਜਿਉਂਦਾ ਹੈ? ਕੋਈ ਗੱਲ ਨਹੀਂ, ਓਏ ਬੋਲਣ ਦਿੰਦੇ ਆ। ਓਏ ਉਹਨੂੰ, ਓਏ ਰੋਕੋ ਪਿੰਡਾਂ ਦੇ ਛੱਤੇ ਨੂੰ। ਕਿਸੇ ਹੋਰ ਨਾਲ ਨਾ ਉੱਠ ਜਾ, ਇਸ ਮੁੱਛਣ ਨਾਲ ਪਹਿਲਾਂ ਮੈਨੂੰ ਗੱਲ ਕਰਨ ਦੇ। ਓਏ ਉਹ ਲੈ ਜਾ ਕਿ ਮੈਂ ਫੋਨ ਤਾਂ ਕੀ ਹੈ ਡਾਕਟਰ। ਸ਼ੁਕਰ ਹੈ ਥਾਣੇ ਤੋਂ ਡੋਲੀ ਤਾਂ ਤੁਰੀ, ਬਖਸ਼ੀ ਸੱਚੇ ਪਾਤਸ਼ਾਹ ਕਿੱਥੋਂ ਭੇਡਾਂ ਆ ਗਈਆਂ ਸੀ। ਬਖਤਾਵਰ ਜੀ ਆ ਲਓ, ਸਾਡੇ ਵੱਲੋਂ ਇਲੈਕਸ਼ਨ ਫੰਡ ਪੂਰੇ 20 ਕਰੋੜ ਨੇ, ਬਾਕੀ ਜੋ ਤੁਸੀਂ ਯਾਦ ਕਰੋਗੇ ਹਾਜ਼ਰ ਹੋ ਜਾਇਆ ਕਰਾਂਗੇ। ਸ਼ੁਕਰੀਆ ਜੀ, ਸ਼ੁਕਰੀਆ ਬੇਟਾ। ਇਸ ਵਾਰ ਇਲੈਕਸ਼ਨ ਕੰਪੇਨ ਤੂੰ ਸੰਭਾਲਨੀ ਹੈ। ਜੀ ਅੰਕਲ। ਤੂੰ ਮੇਰਾ ਹੋਣ ਵਾਲਾ ਜਵਾਈ ਵੀ ਹੈ ਤੇ ਲੀਡਰ ਤੇ ਬਿਜ਼ਨਸਮੈਨ ਦਾ 9 ਮਾਸ ਦਾ ਰਿਸ਼ਤਾ ਹੁੰਦਾ। ਜੇ ਇਹ ਰਿਸ਼ਤਾ ਰਿਸ਼ਤੇਦਾਰੀ ਵਿੱਚ ਬਦਲ ਜਾਏ ਤੇ ਇਹਦੇ ਵਰਗੀ ਰੀਸ ਕੋਈ ਨਹੀਂ। ਬਾਕੀ ਪੀ ਸ਼ਰਮਾ ਨਾਲ ਹਿਸਾਬ ਕਰ ਲਿਆ ਕਰ। ਉਹ ਤੁਸੀਂ ਫਿਕਰ ਨਾ ਕਰੋ ਅੰਕਲ ਜੀ, ਇਲੈਕਸ਼ਨ 'ਚ ਮੈਂ ਹੋਰ ਵੀ ਕਈਆਂ ਨਾਲ ਹਿਸਾਬ ਕਿਤਾਬ ਕਰਨੇ ਹੈ। ਅਰੇ ਪ੍ਰਾਊਡ ਆਫ ਯੂ ਬੇਟਾ, ਪ੍ਰਾਊਡ ਆਫ ਯੂ। ਜੰਗਲ 'ਚ ਜੇ ਸ਼ੇਰ ਤੇ ਸੱਪ ਦਾ ਗਠਜੋੜ ਹੋ ਜਾਵੇ ਤਾਂ ਛੋਟੇ ਮੋਟੇ ਕੀੜੇ ਮਕੌੜੇ ਖੁੱਡਾਂ 'ਚੋਂ ਬਾਹਰ ਨਿਕਲਣ ਦੀ ਹਿੰਮਤ ਹੀ ਨਹੀਂ ਕਰਦੇ। ਪਰ ਪਾਪਾ ਜੀ, ਜਦੋਂ ਸਾਰੀਆਂ ਕੀੜੀਆਂ ਇਕੱਠੀਆਂ ਹੋ ਜਾਣ ਤੇ ਹਾਥੀ ਨੂੰ ਵੀ ਭਜਣਾ ਪੈ ਜਾਂਦਾ ਹੈ। ਬਿਲਕੁਲ ਸਹੀ ਹੈ ਜੀ, ਮੈਂ ਵੀ ਡਿਸਕਵਰੀ ਚੈਨਲ ਤੇ ਕਈ ਵਾਰੀ ਸੱਪ ਤੇ ਸ਼ੇਰ ਦੀ ਬੇਇੱਜ਼ਤੀ ਹੁੰਦੀ ਦੇਖੀ ਹੈ ਜੀ। ਓਏ ਬੇਸ਼ਰਮਿਆ, ਬਕਵਾਸ ਬੰਦ ਕਰ। ਲਵਲੀਨ ਜੀ, ਅਸੀਂ ਹਾਥੀ ਨਹੀਂ ਆ, ਸ਼ੇਰ ਆ ਸ਼ੇਰ। ਸੁਣ ਰੌਕੀ ਦੇ ਨਾਲ ਇਲੈਕਸ਼ਨ ਕੰਪੇਨ ਦੀ ਤਿਆਰੀਆਂ ਸੰਭਾਲ, ਸਮਝ ਗਿਆ ਨਾ? ਸਰ ਬਖਤਾਵਰ ਸਿੰਘ ਵੋਟਾਂ ਤੇ ਪੈਸਾ ਪਾਣੀ ਵਾਂਗੂ ਬਹਾ ਰਿਹਾ ਤੇ ਨਾਲੇ ਸੁਣਿਆ ਉਹ ਰੈਲੀ ਵਾਸਤੇ ਸਿੰਗਰ ਵੀ ਇਕੱਠੇ ਕਰ ਰਿਹਾ। ਦੇਖੋ ਸਾਨੂੰ ਫਿਕਰ ਕਰਨ ਦੀ ਲੋੜ ਨਹੀਂ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਉਹਨਾਂ ਕੋਲ ਪੈਸਾ ਹੈ ਤੇ ਸਾਡੇ ਕੋਲ ਦਿਮਾਗ ਹੈ, ਅਸੀਂ ਇੱਕ ਕੰਮ ਕਰਦੇ ਹਾਂ, ਆਈਡੀਆ ਨੰਬਰ 3 ਯੂਜ਼ ਕਰਦੇ ਹਾਂ। ਸਰ ਤੁਹਾਡੇ ਆਈਡੀਆ ਬਹੁਤ ਕਮਾਲ ਦੇ, ਪਰ ਸਾਨੂੰ ਯੂਟਿਊਬ ਆਈਡੀਆ ਯੂਜ਼ ਕਰਨਾ ਚਾਹੀਦਾ। ਉਹ ਕਿਹੜਾ? DMJ। MJ ਤਾਂ ਸੁਣਿਆ ਸੀ ਮਾਈਕਲ ਜੈਕਸਨ, DMJ ਕੌਣ ਆ? ਉਹ ਐਰਾ ਮਤਲਬ ਦੇਸੀ ਮਾਈਕਲ ਜੱਸੀ, ਉਹ ਉੱਥੇ ਆ ਕੇ ਡਾਂਸ ਕਰੂ, ਲੋਕ ਇਕੱਠੇ ਕਰੂ ਤੇ ਆਪਾਂ ਆਪ ਦਾ ਕੰਮ ਕਰ ਲਾਂਗੇ। ਦੈਟਸ ਅ ਗ੍ਰੇਟ ਸ਼ੇਰਿੰਗ ਆਈਡੀਆ। ਬਿਲਕੁਲ ਠੀਕ ਆ, ਇਹ ਕੰਮ ਤੇ ਹੋ ਗਿਆ, ਇੱਕ ਕੰਮ ਇਹ ਕਰਾਂਗੇ, ਇੱਕ ਮੇਰਾ ਆਈਡੀਆ ਨੰਬਰ 3, ਤੁਸੀਂ ਚਲੋ ਰਾਜ ਸਮਝਾਉਣਾ। ਹਾਂ ਚਲੋ, ਲੈਟਸ ਗੋ। ਚਲੋ ਬਈ। ਲਓ ਜੀ, ਮੈਂ ਕਿਸੇ ਕੰਪਨੀ ਦਾ ਪ੍ਰਚਾਰ ਨਹੀਂ ਕਰਨਾ ਆ ਤੇ ਨਾ ਮੈਂ ਕੋਈ ਅੱਖਾਂ ਦੀ ਜਾਂ ਕੰਨਾਂ ਦੀ ਜਾਂ ਗੋਡਿਆਂ ਦੀ ਦਵਾਈ ਵੇਚਣੀ ਹੈ। ਇੱਕ ਤਾਰ ਕੇ ਜਾਉਣਾ ਏ, ਲੋਕਾਂ ਦਾ ਰਾਜ ਲਿਆਉਣਾ ਏ। ਜੇ ਇੱਕ ਤਾਰ ਕੇ ਜਾਉਣਾ ਏ, ਲੋਕਾਂ ਦਾ ਰਾਜ ਲਿਆਉਣਾ ਏ ਤੇ ਫਿਊਚਰ ਵੀ ਚਮਕਾਉਣਾ ਏ। ਕਹਿਣੀ ਨਹੀਂ
ਇੱਜ਼ਤ ਰਹਿਣੀ ਨਹੀਂ। ਛੋਟੇ ਵੀਰ ਮੈਂ ਤੈਨੂੰ ਕਿਹਾ ਸੀ ਬੂਟਾ ਜੀ ਇਹ ਮਰਿਆ ਨਹੀਂ ਹੈ, ਫਿਕਰ ਨਾ ਕਰੋ। ਅਰੂਪਨ ਥੱਲੇ ਉਤਰ ਬਾਈ ਜੀ, ਇਹ ਮਰਿਆ ਨਹੀਂ ਜਿਉਂਦਾ, ਇਹ ਮਰ ਵੀ ਸਕਦਾ ਸੀ ਮੇਰੇ ਦੋਸਤੋ। ਇਹ ਬੰਦਾ ਜਿਉਂਦਾ ਮਰ ਵੀ ਸਕਦਾ ਸੀ, ਜਿਸ ਤਰ੍ਹਾਂ ਸਾਡੇ ਦੇਸ਼ ਦਾ ਨੌਜਵਾਨ ਰੋਜ਼ ਮਰ ਰਿਹਾ। ਕਿਸੇ ਦੇ ਗੱਲ 'ਚ ਬੇਰੁਜ਼ਗਾਰੀ ਦਾ ਫੰਦਾ, ਕਿਸੇ ਦੇ ਗੱਲ 'ਚ ਗਰੀਬੀ ਦਾ ਫੰਦਾ, ਕੋਈ ਕੈਂਸਰ ਨਾਲ ਮਰ ਰਿਹਾ, ਕੋਈ ਆਪਣੇ ਦੇਸ਼ 'ਚੋਂ ਬਾਹਰਲੇ ਦੇਸ਼ ਜਾਣ ਲਈ ਮਰ ਰਿਹਾ। ਸਾਡੇ ਪੰਜਾਬੀ ਦੇ ਮਹਾਨ ਸ਼ਾਇਰ ਸੁਰਜੀਤ ਸਿੰਘ ਪਾਤਰ ਜੀ ਨੇ ਕਿਹਾ, ਵੱਜੀ ਜੇ ਤੇਰੇ ਕਲੇਜੇ ਅਜੇ ਛੁਰੀ ਨਹੀਂ ਹੈ, ਵੱਜੀ ਜੇ ਤੇਰੇ ਕਲੇਜੇ ਅਜੇ ਛੁਰੀ ਨਹੀਂ ਹੈ, ਇਹ ਨਾ ਸਮਝੀ ਕਿ ਸ਼ਹਿਰ ਦੀ ਹਾਲਤ ਬੁਰੀ ਨਹੀਂ ਹੈ, ਇਹ ਨਾ ਸਮਝੀ ਕਿ ਸ਼ਹਿਰ ਦੀ ਹਾਲਤ ਬੁਰੀ ਨਹੀਂ ਹੈ। ਦੂਜੇ ਦੇ ਘਰ ਲੱਗੀ ਹੋਈ ਅੱਗ ਸੁੰਦਰ ਲੱਗਦੀ ਹੈ, ਬਸੰਤਰ ਲੱਗਦੀ ਹੈ, ਪਰ ਜਦੋਂ ਆਪਣੇ ਘਰ 'ਚ ਅੱਗ ਲੱਗਦੀ ਹੈ ਉਹਦਾ ਸੇਕ ਸਾਨੂੰ ਲੱਗਦਾ। ਇਸ ਤੋਂ ਪਹਿਲਾਂ ਕਿ ਇਹ ਅੱਗ ਬੇਰੁਜ਼ਗਾਰੀ ਦੀ, ਗਰੀਬੀ ਦੀ, ਬੱਚਿਆਂ ਦੇ ਬਾਹਰ ਜਾਣ ਦੀ ਸਾਰੇ ਘਰਾਂ ਨੂੰ ਲੱਗ ਜਾਏ, ਇਸ ਲਈ ਇਹ ਅੱਗ ਅਸੀਂ ਘਰਾਂ ਦੇ ਵਿੱਚੋਂ ਬੁਝਾਉਣੀ ਹੈ, ਤਾਂ ਕਿ ਸਾਡੇ ਘਰਾਂ ਨੂੰ ਲੱਗ ਕੇ ਸਾਡੇ ਘਰਾਂ ਨੂੰ ਖਾਕ ਨਾ ਕਰ ਦੇਵੇ। ਦੇਸ਼ ਦੇ ਵਿੱਚੋਂ ਭ੍ਰਿਸ਼ਟਾਚਾਰੀਆਂ ਨੂੰ ਖਤਮ ਕਰਕੇ, ਲੁਟੇਰਿਆਂ ਨੂੰ ਖਤਮ ਕਰਕੇ, ਉਹਨਾਂ ਨੂੰ ਕਿਵੇਂ ਖਤਮ ਕਰਨਾ, ਇਮਾਨਦਾਰ ਆਦਮੀ ਨੂੰ ਚੁਣਨਾ। ਅਸੀਂ ਬੂਟਾ ਸਿੰਘ ਜੀ ਵਰਗੇ ਇਮਾਨਦਾਰ ਆਦਮੀ ਨੂੰ ਚੁਣਾਂਗੇ। ਇਹਨਾਂ ਦਾ ਚੋਣ ਨਿਸ਼ਾਨ ਟਰੈਕਟਰ ਤੇ ਆਪਣਾ ਬਟਨ ਦਬਾ ਕੇ ਲੁਟੇਰਿਆਂ ਤੇ ਭ੍ਰਿਸ਼ਟਾਚਾਰੀਆਂ ਤੇ ਸੁਹਾਗਾ ਫੇਰਨਾ। ਬੋਲੋ ਬੂਟਾ ਸਿੰਘ, ਬੂਟਾ ਸਿੰਘ, ਬੂਟਾ ਸਿੰਘ ਜ਼ਿੰਦਾਬਾਦ। ਮਿਹਰਬਾਨੀ ਮਿਹਰਬਾਨੀ ਮਿਹਰਬਾਨੀ, ਬਹੁਤ ਬਹੁਤ ਮਿਹਰਬਾਨੀ ਮੇਰੇ ਵੀਰੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਪਹਿਲਾਂ ਤਾਂ ਮੈਂ ਡਰ ਗਿਆ ਸੀ, ਪਰ ਹੁਣ ਮੇਰਾ ਦਿਲ ਇਸ ਗੱਲੋਂ ਖੜ ਗਿਆ ਕਿ ਤੁਹਾਡਾ ਜਿਹੜਾ ਸਾਥ ਮਿਲ ਰਿਹਾ ਉਹ ਹੱਦੋਂ ਵੱਧ ਮਿਲ ਰਿਹਾ। ਪ੍ਰੋਫੈਸਰ ਸਾਹਿਬ ਔਰ ਸਾਰੀ ਸਾਡੀ ਟੀਮ ਦਿਨ ਰਾਤ ਕੋਸ਼ਿਸ਼ ਕਰ ਰਹੀ ਹੈ ਕਿ ਚੰਗੇ ਬੰਦਿਆਂ ਨੂੰ ਅੱਗੇ ਲੈ ਕੇ ਆਓ। ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਧੰਨਵਾਦ। ਬੂਟਾ ਸਿੰਘ ਨੇ ਨਿਕਾਲਾ ਇਲੈਕਸ਼ਨ ਕੈਂਪੇਨ ਕਾ ਇੱਕ ਔਰ ਨਯਾ ਤਰੀਕਾ, ਭੀੜ ਜੁਟਾਨੇ ਕੇ ਲੀਏ। ਬੂਟਾ ਸਿੰਘ ਕੇ ਆਏ ਦਿਨ ਨਏ ਤਰੀਕੋ ਕਾ ਵਿਰੋਧੀ ਪਾਰਟੀਜ਼ ਕੇ ਪਾਸ ਕੋਈ ਜਵਾਬ ਨਹੀਂ। ਆਜ ਉਸਨੇ ਆਪਣੇ ਭਾਈ ਕੋ ਜ਼ਿੰਦਾ ਲਾਸ਼ ਬਣਾ ਕਰ ਬੇਰੋਜ਼ਗਾਰੀ ਸੇ ਹੋਣੇ ਵਾਲੇ ਨੁਕਸਾਨ ਕੇ ਬਾਰੇ ਮੇਂ ਲੋਗੋਂ ਕੋ ਬਤਾਇਆ। ਲੋਗੋਂ ਨੇ ਖੂਬ ਤਾਲੀਆਂ ਬਜਾਈ। ਯਹੀ ਹੈ ਵੋ ਇਤਿਹਾਸਿਕ ਪੇੜ ਜਹਾਂ ਪਰ ਉਸਨੇ ਆਪਣੇ ਭਾਈ ਕੋ ਲਟਕਾਇਆ ਥਾ। ਇਹ ਕੀ ਬੂਟਾ ਬੂਟਾ ਲਾਈ ਯਹੀ ਹੈ ਵੋ ਰੱਸੀ। ਜਨਾਬ, ਬੂਟੇ ਦੇ ਪ੍ਰਚਾਰ ਕਰਨ ਦੇ ਤਰੀਕੇ ਦਿਨ ਪਰ ਦਿਨ ਖਤਰਨਾਕ ਹੁੰਦੇ ਜਾ ਰਹੇ ਨੇ। ਕਿਵੇਂ? ਆਹ ਤੁਸੀਂ ਦੇਖਿਆ ਹੀ ਆ, ਆਪਣੇ ਭਰਾ ਨੂੰ ਕੱਲ੍ਹ ਨਕਲੀ ਫਾਂਸੀ ਲਾ ਕੇ ਲੋਕਾਂ ਨੂੰ ਆਪਣੇ ਪਿੱਛੇ ਲਾ ਲਿਆ। ਰੋਜ਼ ਹੀ ਘਰ ਵਾਲੀ ਨਾਲ ਲੜਕੇ ਘਰੋਂ ਭੱਜ ਜਾਂਦਾ ਜੀ, ਕੋਈ ਨਾ ਕੋਈ ਨਵਾਂ ਸਿਆਪਾ ਛੇੜ ਰੱਖ। ਇੱਕ ਦਿਨ ਤਾਂ ਜਮੇ ਸਿਰੇ ਲਾਤੀ ਜੀ, ਘਰੋਂ ਲੜਕੇ ਰੇਲਵੇ ਦੇ ਪਲੇਟਫਾਰਮ 'ਤੇ ਜਾ ਕੇ ਪੈ ਗਿਆ। ਪਲੇਟਫਾਰਮ ਤੱਕ ਤਾਂ ਠੀਕ ਹੈ, ਜੇ ਕਿਸੇ ਦਿਨ ਰੇਲਵੇ ਦੀ ਲਾਈਨ 'ਤੇ ਪੈ ਗਿਆ
ਵੋਟਾਂ ਹੋ ਜਾਣੀਆਂ ਕੈਂਸਲ, ਆਪਣਾ ਕਰੋੜਾਂ ਰੁਪਏ ਦਾ ਨੁਕਸਾਨ ਹੋਜੂ, ਆਪ ਤਾਂ ਮਰੂਗਾ ਹੀ, ਆਪਾਂ ਨੂੰ ਜਿਉਂਦੇ ਜੀ ਮਾਰਜੂ, ਇਹਦਾ ਜਾਣਾ ਕੱਖ ਨਹੀਂ ਤੇ ਆਪਣਾ ਰਹਿਣਾ ਕੱਖ ਨਹੀਂ। ਫਿਰ ਕੀ ਕਰੀਏ? ਕਰਨਾ ਕੀ ਹੈ, ਜਿੱਥੇ ਕਰੋੜਾਂ ਰੁਪਈਆ ਵੋਟਾਂ 'ਤੇ ਲਾਈ ਜਾਂਦੇ ਹੋ, 5-7 ਲੱਖ ਰੁਪਈਆ ਬੂਟੇ 'ਤੇ ਲਾ ਕੇ ਇਹਨੂੰ ਵੀ ਸ਼ਾਂਤ ਕਰੋ। ਜਨਾਬ, ਵੋਟਾਂ ਵਾਲੇ ਦਿਨ ਸ਼ਾਮ ਨੂੰ 5 ਵਜੇ ਤੱਕ ਜਿਉਂਦਾ ਰੱਖਣਾ ਬਹੁਤ ਜ਼ਰੂਰੀ ਹੈ। ਤੂੰ ਸਹੀ ਕਹਿ ਰਿਹਾ ਬੰਸੀ ਸ਼ਰਮਾ, ਇਹ ਆਜ਼ਾਦ ਉਮੀਦਵਾਰ ਵੀ ਨਾ ਕਦੇ ਕਦੇ ਗਲੀ ਦੀ ਹੱਡੀ ਬਣ ਜਾਂਦੇ ਨੇ। ਬਿਲਕੁਲ, ਕਰਦਾ ਮੈਂ ਕੁਛ, ਕਰਦਾ। ਕਰੋ ਕਰੋ, SSP ਨੂੰ ਫੋਨ ਲਾ। SSP ਸਾਹਿਬ, ਤੁਹਾਨੂੰ ਤਾਂ ਪਤਾ ਹੈ ਕਿ ਅਸੀਂ ਇਲੈਕਸ਼ਨ ਵਿੱਚ ਪਾਣੀ ਵਾਂਗੂ ਪੈਸਾ ਬਹਾ ਰਹੇ ਹਾਂ, ਤੇ ਇੱਕ ਦੋ ਜੀ, ਮੇਰਾ ਮਤਲਬ ਹੈ ਆਜ਼ਾਦ ਉਮੀਦਵਾਰ ਬੂਟਾ ਸਿੰਘ, ਇਹਨਾਂ ਦੇ ਪਾਣੀ 'ਚ ਦੁੱਧ ਮਿਲਾਉਣ ਦੀ ਕੋਸ਼ਿਸ਼ ਕਰ ਰਿਹਾ। ਕੀ ਮਤਲਬ? ਮਤਲਬ ਮੈਂ ਸਮਝਾਣਾ, ਇਹ ਬੂਟਾ ਸਿੰਘ ਆਪਣੀ ਵਾਈਫ ਦੇ ਨਾਲ ਝਗੜਾ ਕਰਕੇ 2-4 ਵਾਰ ਸੁਈਸਾਈਡ ਕਰਨ ਦੀ ਕੋਸ਼ਿਸ਼ ਕਰ ਚੁੱਕਿਆ। ਜੇ ਇਹ ਬੰਦਾ ਮਰ ਗਿਆ ਤੇ ਇਲੈਕਸ਼ਨਸ ਕੈਂਸਲ ਹੋ ਜਾਣਗੇ ਤੇ ਸਾਡਾ ਤਾਂ ਕਰੋੜਾਂ ਦਾ ਨੁਕਸਾਨ ਹੋ ਜਾਏਗਾ। ਮੈਂ ਕੀ ਕਰ ਸਕਦਾ? ਤੁਸੀਂ ਉਹਨੂੰ ਸਿਕਿਉਰਿਟੀ ਦਿਓ ਨਾ। ਮੈਂ ਤਾਂ ਕਹਿੰਦਾ ਜੀ ਕਮਾਂਡੋ ਦਿਓ ਕਮਾਂਡੋ, ਮੈਨੂੰ ਤਾਂ ਉਹਦੀ ਘਰਵਾਲੀ ਦੀ ਵੀ ਕਮਾਂਡੋ ਟ੍ਰੇਨਿੰਗ ਲੱਗਦੀ ਹੈ, ਚੱਕਲੇ ਤੇ ਵੇਲਣੇ ਹੈਂਡ ਗ੍ਰਨੇਡਾਂ ਵਾਂਗੂ ਚੱਕ ਚੱਕ ਕੇ ਮਾਰਦੀ ਹੈ। ਬਖਤਾਵਰ ਸਿੰਘ ਜੀ, ਜੀ ਅਸਲ 'ਚ ਤੁਹਾਨੂੰ ਮੁੱਦੇ ਉਠਾਉਣੇ ਆਉਂਦੇ ਨੇ, ਖਤਮ ਨਹੀਂ ਕਰਨੇ ਆਉਂਦੇ। ਇਸ ਮੁੱਦੇ ਦੀ ਜੜ ਨੂੰ ਫੜੋ, ਜੜ ਨੂੰ। ਕੀ ਮਤਲਬ ਤੁਹਾਡਾ? ਮਤਲਬ ਇਹ, ਜਿਵੇਂ ਸਿਆਣੇ ਕਹਿੰਦੇ ਨੇ ਨਾ, ਚੋਰ ਨੂੰ ਨਹੀਂ ਚੋਰ ਦੀ ਮਾਂ ਨੂੰ ਫੜੋ। ਮੇਰਾ ਮਤਲਬ ਹੈ ਕਿ ਬੂਟਾ ਸਿੰਘ ਦੀ ਘਰਵਾਲੀ ਨੂੰ ਖੁਸ਼ ਕਰੋ। ਮੈਂ ਸਮਝ ਗਿਆ ਜੀ, ਆਈਡੀਆ ਘੈਂਟ ਹੈ। ਚਲੋ ਜਨਾਬ, ਬਾਕੀ ਮੇਰੇ ਤੇ ਛੱਡੋ, ਮੁੰਡਾ ਸਿਆਣਾ ਲੱਗਦਾ। ਚੱਲਦੇ ਆ। ਸੌਪ ਲੇਡੀ, ਪਰਾ ਮਾਰ, ਕੋਈ ਡਰਾਤਾ ਮਰ ਜਾਣੇ ਨੇ ਹਰਾਮ ਜਾਦਾ ਨਾ। ਹਾਊ ਯੂ ਡੂਇੰਗ? ਕੀ ਹੋਇਆ ਮੇਰੀ ਨੂੰਹ ਨੂੰ? ਨੋ, ਓਕੇ, ਮੈਂ ਲਾਈਕ ਓਕੇ, ਸਤਿ ਸ੍ਰੀ ਅਕਾਲ। ਹੈ ਨਿਹਾਲ, ਵੇ ਉਹ ਤਾਂ ਪੁੱਤ ਖੇਤ ਨੂੰ ਗਿਆ ਆ ਭਈਆਂ ਦੀ ਰੋਟੀ ਲੈ ਕੇ। Man, okay, this is really confusing, Nibir Singh. I mean, like, need your support. Your support. Note? Where did you get the note? I don't have a pen. Pen? It's been 2 years. It's been a pension. Pension? No, God. Okay, Punjabi. Think Punjabi. ਵੇ ਕੀ ਔਖੇ ਜੇ ਸਾਹ ਲਈ ਜਾਂਦਾ, ਪਾਣੀ ਲਿਆ ਕੇ ਦੇਵਾਂ? ਨੋ, ਆਈ ਮੀਨ ਲਾਈਕ ਤੁਸੀਂ ਮੇਰੇ ਬ੍ਰਦਰ ਨੂੰ ਵੋਟ, ਬੂਟਾ ਨੰਬਰ 1 ਗ੍ਰੇਟ, ਵੋਟ ਪਾਓ, ਗ੍ਰੇਟ ਗਾਇ, ਇਲੈਕਸ਼ਨਸ ਗ੍ਰੇਟ, ਹੀ ਇਜ਼ ਗੋਇੰ ਟੂ ਡੂ ਅ ਲੋਟ ਆਫ ਗ੍ਰੇਟ ਥਿੰਗਸ। ਵੇ ਕੀ ਬਕਵਾਸ ਜਾ ਮਰੀ ਜਾਂਦਾ, ਮੇਰੇ ਨਹੀਂ ਪੱਲੇ ਪੈਂਦਾ। ਪੱਲੇ ਪੈਂਦਾ? ਓਕੇ, ਜੀਸ, ਵੋਟ ਪਾਓ ਬ੍ਰਦਰ, ਨੋ ਆਈ ਮੀਨ ਲਾਈਕ ਟ੍ਰੈਕਟਰ, ਵੋਟ, ਬੈਲਟ, ਇਲੈਕਸ਼ਨ, ਸੀਲ ਇਟ, ਰਾਈਟ ਇਟ, ਗੁੱਡ, ਅੰਡਰਸਟੈਂਡ? ਲੱਗਦਾ ਬੁੱਢੀ ਮੈਂਟਲ ਆ। ਵੇ ਬੁੱਢੀ ਹੋਵੇ ਤੇਰੀ ਮਾਂ, ਮੈਂ ਤਾਂ ਅਜੇ ਵੀ ਜਵਾਨ ਪਈ ਆ, ਭਾਵੇਂ ਕੱਲ ਵਿਆਹ ਕਰਵਾ ਲਾਂ। ਓ, ਇਨ ਦੈਟ ਕੇਸ ਮੇਰਾ ਵੀ ਨਹੀਂ ਵਿਆਹ ਹੋਇਆ, ਸੋ ਯੂ ਨੋ, ਇਫ ਯੂ ਥਿੰਕਿੰਗ ਵਾਟ ਆਮ ਥਿੰਕਿੰਗ, ਮੇਬੀ ਵੀ ਕੈਨ ਥਿੰਕ ਟੁਗੇਦਰ। ਵੇ ਉੱਤੇ ਚੜਦਾ ਹੁੰਦਾ ਕੱਲੀ ਨੂੰ ਦੇਖ ਕੇ, ਮਰ ਜਾਣਾ ਪਰੇ ਹੋ ਕੇ ਬੈਠਾ। ਨੋ, ਲਾਈਕ ਯੂ ਨੋ, ਸਾਡਾ ਵੀ ਵਿਆਹ ਹੋ ਸਕਦਾ, ਰਾਈਟ? ਮੀ ਐਂਡ ਯੂ, ਲਵ, ਪਿਆਰ, ਯੂ ਨੋ, ਗੈਟ ਡਾਊਨ। ਕਾਦਾ ਵਿਹਾਰ ਤੇਰੇ ਨਾਲ, ਪਰਾ ਮਰ, ਕਿਵੇਂ ਮਰ ਜਾਣਾ ਨਾ ਹੋਵੇ ਤਾਂ ਫੜ ਤੈਨੂੰ ਮੂੰਹੇ ਦਾਉਣੀ ਐ। ਉਹ ਆ ਕੀ ਕਰੀ ਜਾਂਦਾ? Don't worry man, it's a souvenir. ਕਿੱਥੋਂ ਆਇਆ? ਪੋਸਟਰ ਲਗਾਉਂਦਾ ਸੀ, ਐਂਡ ਆਈ ਥਿੰਕ ਮੇਰੇ ਬੁੱਢੀ ਨਾਲ ਵਿਆਹ ਹੋਣਾ। ਉਹ ਬੁੱਢੀ ਨੇ ਵਿਆਹ ਕਰਾਉਣਾ? ਪੋਸਟਰ ਲਾਈਏ ਤੇ ਚੱਲ ਫਿਰ ਚੱਲੀਏ ਘਰ, ਚੱਲ ਚੱਲ, ਕੰਮ ਕੋਣਾ ਆਪਾਂ। ਆਜੋ ਆਜੋ, ਜਲਦੀ ਐ ਜਲਦੀ। ਉਹ
ਦੇਖੋ ਮੇਰੇ ਲਈ ਆ। ਹਾਂਜੀ ਹਾਂਜੀ। ਓਏ 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 ਕੀ ਬਾਤ ਹੈ, ਹੋਈ ਕੀ ਜਾਂਦਾ? ਤੁਸੀਂ ਕਿਸਮਤ ਵਾਲੇ ਹੋ ਜੀ, ਤੁਹਾਡੇ ਸਿਰ ਤੇ ਬੂਟਾ ਹੈ। ਕਿੱਥੇ ਆ? ਭੈਣ ਜੀ ਸਾਡੇ ਕਹਿਣ ਦਾ ਮਤਲਬ ਤੁਹਾਡੇ ਸਿਰ ਦਾ ਸਾਈ ਬੂਟਾ ਹੈ। ਬਾਜੀ ਇੱਕ ਬੇਨਤੀ ਹੈ ਜੀ, ਤੁਸੀਂ ਤੇ ਬੂਟਾ ਜੀ ਬਸ ਪਿਆਰ ਨਾਲ ਰਿਹਾ ਕਰੋ ਜੀ, ਤੁਸੀਂ ਬੂਟੇ ਨੂੰ ਨਾ ਜੀ ਚੋਣਾਂ ਤੱਕ ਜੀਂਦੇ ਰੱਖੋ ਜੀ। ਲੜਾਈਆਂ ਪੜਾਈਆਂ 'ਚ ਕੀ ਰੱਖਿਆ, ਵੋਟਾਂ ਤੋਂ ਬਾਅਦ ਜਿੰਨਾ ਮਰਜ਼ੀ ਲੜਿਓ, ਆ ਸਭ ਕੁਝ ਬੂਟੇ ਕਰਕੇ ਹੀ ਤਾਂ ਹੋ ਰਿਹਾ ਜੀ। ਆ ਦੇਖੋ ਜੀ ਇਹ ਸਾਰਾ ਕੁਝ ਤੁਹਾਡੇ ਵਾਸਤੇ ਹੈ ਜੀ, ਮੇਰੇ ਲਈ। ਹਾਂਜੀ ਹਾਂਜੀ। ਥੈਂਕ ਯੂ ਨੀ ਜੀ, ਥੈਂਕ ਯੂ ਹੁੰਦਾ ਨਾ, ਜੋ ਵੀ ਹੁੰਦਾ ਹੁੰਦਾ ਤਾਂ ਧੰਨਵਾਦ ਹੀ ਆ ਨਾ। ਭੈਣ ਜੀ ਬਿਲਕੁਲ ਸਹੀ ਕਹਿ ਰਹੇ, ਭੈਣ ਜੀ ਨੂੰ ਮੈਂ ਤੇਰੇ ਰੱਖੜੀ ਬੰਨੀ ਆ, ਸਿੱਧਾ ਭਾਬੀ ਜੀ ਨਹੀਂ ਕਹਿ ਸਕਦਾ। ਹਾਂ ਸਤਿ ਸ਼੍ਰੀ ਅਕਾਲ ਭਾਬੀ ਜੀ, ਆਓ ਬਈ ਬੂਟਾ ਘਰੋਂ ਐਵੇਂ ਨਹੀਂ ਭੱਜਦਾ। ਕੀ ਕਿਹਾ? ਸਤਿ ਸ਼੍ਰੀ ਅਕਾਲ ਟੂ ਭਾਬੀ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਬੀ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। I love my boota, hun aauga surgaan da chuta, hai ve bootya ki karta ਮਿਲਖੇ, ਜਦੋਂ ਮੈਂ ਛੋਟਾ ਹੁੰਦਾ ਸੀ ਨਾ ਪਿੰਡ ਵਿੱਚ ਮੱਝ ਤੇ ਬੈਠੇ ਹੋਣਾ, ਉੱਪਰ ਦੀ ਜਦੋਂ ਜਹਾਜ਼ ਲੰਘਣਾ ਮੇਰੇ ਦਿਲ 'ਚ ਉਹਨੂੰ ਦੇਖ ਕੇ ਕੋਈ ਸੁਪਨਾ ਹੁੰਦਾ ਸੀ ਵੀ ਕਦੇ ਇਹਦਾ ਝੂਟਾ ਜ਼ਰੂਰ ਲੈਣਾ। ਜਦੋਂ ਇਸ ਵਾਰ ਪਤਾ ਲੱਗਾ ਕਿ ਮੇਰੀ ਡਿਊਟੀ ਵੋਟਾਂ 'ਚ ਲੱਗ ਰਹੀ ਹੈ, ਮੈਂ ਗਿਆ ਭਜਾ ਜਾਂਦਾ ਪਿੰਡ ਵਾਲੇ ਗੁਰਦੁਆਰੇ 'ਚ ਤੇ ਕਰਾਈ 101 ਰੁਪਏ ਦੀ ਅਰਦਾਸ ਕਿ ਹੇ ਪ੍ਰਮਾਤਮਾ ਇਸ ਵਾਰ ਮੇਰੀ ਡਿਊਟੀ ਐਸੇ ਲੀਡਰ ਨਾਲ ਲਾਈ ਕਿ ਮੈਨੂੰ ਜਹਾਜ਼ ਦਾ ਝੂਟਾ ਨਾ ਜ਼ਰੂਰ ਦਵਾਈ। ਉਹ ਸੁਪਨਾ ਪੂਰਾ ਹੋ ਜੂ। ਉਹ ਹੋਇਆ ਫਿਰ ਤੇਰਾ ਸੁਪਨਾ ਪੂਰਾ? ਕਿੱਥੇ, ਜਹਾਜ਼ ਛੱਡ ਦੁਬਾਰਾ ਮੱਝ ਤੇ ਬੈਠਣ ਦੀ ਨੌਬਤ ਆਈ ਪਈ ਆ, ਦੋਜੀ ਨਾਲ ਡਿਊਟੀ ਲੱਗੀ ਯਾਰ। 15 ਦਿਨਾਂ 'ਚ ਪਤੰਤਰ ਨੇ ਦੁੱਧ ਦੀ ਫੈਟ ਲਾਈ ਨਹੀਂ, ਆਪਾਂ ਨੂੰ ਫੈਂਟੀ ਤੁਰਿਆ ਜਾਂਦਾ। 15 ਦਿਨਾਂ ਦੇ ਵਿੱਚ 125 ਕਿਲੋਮੀਟਰ ਭੱਜੀ ਬੈਠਿਆ, ਕਿਤੇ ਕੱਢਿਆ ਐਵਰੇਜ? ਬਈ ਤੂੰ ਹਿਸਾਬ ਲਾ ਲਾ, ਬਈ ਪਿਛਲੀ ਵਾਰੀ ਮੇਰੀ ਇੰਨੀ ਵਧੀਆ ਲੀਡਰ ਨਾਲ ਡਿਊਟੀ ਲੱਗੀ, ਪਤੰਤਰ ਨੇ ਇੰਨਾ ਨਸ਼ਾ ਵੰਡਿਆ, ਇੰਨੀ ਸ਼ਰਾਬ ਵੰਡੀ ਆਪਦੇ ਹੱਥੀ ਤੇ ਨਾਲੇ ਮੇਰੇ ਹੱਥੀ। ਬਈ ਤੂੰ ਹਿਸਾਬ ਲਾ ਲਾ ਵੀ ਪੂਰੇ 1.5 ਸਾਲ ਮੇਰੇ ਘਰੋਂ ਸ਼ਰਾਬ ਨਹੀਂ ਮੁੱਕੀ, ਉਹ ਵੀ ਅੰਗਰੇਜ਼ੀ। ਅੱਛਾ ਜੀ, ਤੇ ਐਤਕੀ? ਐਤਕੀ ਸਿਆਣੇ ਕਹਿੰਦੇ ਵੀ ਸਵਰਗ ਨਾ ਰੱਖੇ ਇੱਥੇ ਹੀ ਆ। ਆ ਪਿਛਲੇ 15 ਦਿਨਾਂ ਤੋਂ 25 ਬੋਤਲਾਂ ਆਪਣੇ ਪੱਲਿਓਂ ਆ ਕੈਂਡੀਡੇਟ ਦੇ ਯਾਰਾਂ ਦੋਸਤਾਂ ਨੂੰ ਪਲਾਈ ਬੈਠਾ, ਕਦੀ ਕੱਢੀ ਐਵਰੇਜ? ਚੱਲ ਐਵਰੇਜ ਨੂੰ ਛੱਡ, ਹੁਣ ਤਾਂ ਯਾਰਾਂ ਦੇ ਦਿਲ 'ਚ ਬਸ ਇੱਕੋ ਹੀ ਸੁਪਨਾ ਰਹਿ ਗਿਆ ਵੀ ਜੇ ਕਿਤੇ ਸੀਐਮ ਦਾ ਗਨਮੈਨ ਬਣ ਜਾ ਨਾ, ਸਵਾਦ ਆ ਜੇ ਐਸਐਸਪੀ 'ਚ ਨਹੀਂ ਚੜਾਈ ਹੈ। ਹਾਂ ਲੋਕੀ ਸਲੂਟ ਤਾਂ ਸੀਐਮ ਨੂੰ ਮਾਰਦੇ ਆ, ਫੀਲਿੰਗ ਆਏ ਆਉਂਦੇ ਵੀ ਆਪਾਂ ਨੂੰ ਹੀ ਵੱਜ ਰਿਹਾ ਬਾਈ। ਨਾਲੇ ਸਾਡਾ ਜਿਹੜਾ ਫਿਰੋਜ਼ਪੁਰ ਵਾਲਾ ਭੋਲਾ ਮੇਰੀ ਮਾਸੀ ਦਾ ਮੁੰਡਾ, ਉਹਦੀ ਸੀਐਮ ਨਾਲ ਡਿਊਟੀ ਹੈ, ਪਤੰਦਰ 137 ਸਲੂਟਾਂ ਦੀ ਪਰ ਡੇ ਦੀ ਐਵਰੇਜ ਕੱਢੀ ਬੈਠਾ ਹੈ, ਸਵਾਦ ਵਾਲਾ ਬਾਬੇ। ਲੈ ਵੀ ਮੇਰੀ ਵੀ ਇੱਕੋ ਇੱਛਾ ਹੁਣ, ਬਈ ਇੱਕ ਵਾਰ ਨਾ ਕਰਿੰਦੇ ਦਾ ਐਸਐਚਓ ਲੱਗ ਜਾ, ਭਾਵੇਂ ਰਵਾਂ ਅਨੰਜਾ ਦਿਨ ਕੇਜਰੀਵਾਲ ਵਾਂਗੂ। ਐਸਐਚਓ ਜਾ ਯਾਰ, ਛੋਟੇ ਲੋਕ ਛੋਟੀ ਸੋਚ, ਐਸਐਚਓ ਕਰਤੀ ਨਾ ਉਹੀ ਗੱਲ ਦੁਰਫੜੇ ਨੂੰ ਯਾਰ। ਹਾਂ ਤੂੰ ਫੇਰ ਕਰਿੰਦੇ ਥਾਣੇ ਬਾਰੇ ਜਾਣਦਾ ਨਹੀਂ? ਮੈਂ ਨਹੀਂ ਜਾਣਦਾ, ਪਾਕਿਸਤਾਨ ਤਾਂ ਆਉਂਦਿਆਂ ਇਹ ਪੰਜਾਬ ਦਾ ਪਹਿਲਾ ਇਹੋ ਜਿਹਾ ਥਾਣਾ। ਅੱਛਾ, ਕੋਈ ਪਾਕਿਸਤਾਨ ਦਾ ਜਿੰਨਾ ਵੀ ਚਿੱਟਾ ਕਾਲਾ ਲਾਲ ਪੀਲਾ ਗੰਦਾ ਮੰਦਾ ਪਾਣੀ ਹੈ ਨਾ,
ਇਸੇ ਥਾਣੇ ਦੇ ਪੁਲ ਦੇ ਥੱਲਿਆਂ ਦੀ ਲੰਘਦਾ ਈ। ਅੱਛਾ ਜੀ, ਹਾਂ ਨਾਲੇ ਫਿਰ ਤੂੰ ਪੁਲਸੀਆ ਕਹਾਵਤ ਸੁਣੀ ਨੀ? ਕਿਹੜੀ ਬਾਈ? ਬਈ ਐਸ ਐਸ ਓ ਘਰਿੰਡਾ ਤੇ ਐਸ ਐਸ ਪੀ ਬਠਿੰਡਾ ਇੱਕ ਬਰਾਬਰ ਆ। ਹੁਣ ਦੱਸ ਐਸ ਐਸ ਪੀ ਐਸ ਐਚ ਓ ਸਾਹਿਬ, ਹਾਂ ਘਰਿੰਡੇ ਮੁੰਸ਼ੀ ਰੱਖ ਲਓਗੇ? ਸੋਚਦੇ ਹਾਂ। ਐਸ ਐਚ ਓ, ਓ ਐਸ ਐਚ ਓ ਹੁਣ ਕੀ ਹੋ ਗਿਆ? ਰਾਜਦੂਤ ਸਟਾਰਟ ਹੋ ਗਿਆ, ਚੱਲ ਤੂੰ ਪਕੇ ਵੱਡਾ ਐਸ ਐਸ ਪੀ ਇਹ। ਕਰਨੀ ਪੈਣੀ ਓਏ। ਉਹ ਕੋ ਗੱਲ ਨਹੀਂ, ਹੌਸਲਾ ਖੜਾ ਹੋ। ਉਹ ਕਿੱਧਰ ਨੂੰ ਗਿਆ? ਲੱਗਦਾ ਸਜੇ ਗਿਆ। ਨਹੀਂ ਨਹੀਂ, ਖੱਬੇ ਗਿਆ। ਕੋਈ ਨਹੀਂ, ਕਰਦੇ ਆ ਕੁਛ। ਹਾਂ ਯਾਰ, ਮੈਂ ਤੇ ਇੱਕ ਮਿੰਟ ਹੈ ਭਾਈ ਸਾਹਿਬ, ਮਿਲ ਕੇ ਪੁਲਿਸ ਵਾਲੇ ਖੜੇ। ਤੇਰਾ ਸਾਚ ਰਿਹਾ ਹੈ, ਮੈਂ ਗੱਲ ਕਰਦਾ ਭਾਈ ਸਾਹਿਬ। ਹਾਂਜੀ, ਰਾਜਦੂਤ ਵਾਲਾ ਦੁੱਧ? ਨਹੀਂ ਨਹੀਂ ਨਹੀਂ, ਮੇਰੇ ਮਤਲਬ ਦੁੱਧ ਵਾਲਾ ਰਾਜਦੂਤ ਕਿੱਧਰ ਨੂੰ ਗਿਆ? ਆ ਲੈਫਟ ਹੋ ਕੇ ਰਾਈਟ ਨੂੰ ਗਿਆ ਜੀ। ਠੀਕ ਹੈ, ਹੁਣ ਦੱਸ ਮੈਨੂੰ। ਚਲੋ ਚਲ ਫੋਲੋ ਕਰ। ਪਾਜੋ 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 ਪਾਜੋ। Yo, I'm chilling with my man. Yo, we up in the bend. Yo, we looking so grand. Hey yo, I'm chilling and you don't know with my man Buddha. Yo, straight up. He ain't gonna buy it. Oi ve, thoda ja lock. Oh, damn. How man lock this? Those that. Oh, teri. Oh, wow, baby. Vekha election ch khade honda fayda. ਹਾਏ, ਹੁਣ ਤਾਂ ਮੈਨੂੰ ਤੇਰੇ ਵੀਰ ਬੂਟੇ ਤੇ ਵੀ ਪਿਆਰ ਆਣ ਲੱਗ ਪਿਆ। ਬਸ ਮੈਂ ਵੀ ਸੋਚ ਲਿਆ ਕਿ ਮੈਂ ਉਹਦੀ ਕੰਪਲੇਂਟ ਕਰੂੰਗੀ। ਲਓ ਜੀ, ਐਸੀ ਕੰਪਲੇਂਟ ਕਰੂੰਗੀ, ਐਸੀ ਕੰਪਲੇਂਟ ਕਰੂੰਗੀ ਕਿ ਦੁਨੀਆ ਦੇਖੂਗੀ। ਉਹ ਭਾਬੀ, ਕੰਪਲੇਂਟ ਨਹੀਂ ਕੰਪੇਨ। ਉਹ ਜੋ ਵੀ ਹੁੰਦਾ, ਮੰਗਣੇ ਤਾਂ ਵੋਟ ਹੀ ਹੁੰਦੇ ਆ। ਹਾਂ ਸਹੀ ਗੱਲ ਆ, ਸਾਡੇ ਕੈਨੇਡਾ ਵਿੱਚ ਸਾਰੇ ਵਿਮਨ ਹੀ ਖੜੇ ਹੁੰਦੇ ਆ। ਹਿਲਰੀ ਕਲਿੰਟਨ, ਮਿਸ਼ੇਲ ਓਬਾਮਾ, ਨਿੱਕੀ ਮਿਨਾਜ, ਡਰੇਕ ਦੇ ਨਾਲ ਫੈਮਿਲੀ ਸਪੋਰਟ। ਉਹ ਜਾ 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 ਜਾ। ਉਹ ਜਾ ਜਾ ਨੀ, ਯਾ ਯਾ। ਉਹ ਜੋ ਵੀ ਹੁੰਦਾ, ਕਰਨੀ ਤਾਂ ਹਾਂ ਹੋਈ ਹੁੰਦੀ ਆ। ਹੁਣ ਨਾ ਤੁਸੀਂ ਮੇਰੀ ਸਪੀਕ ਸੁਣੋ। ਉਹ ਭਾਬੀ, ਸਪੀਕ ਨੀ ਸਪੀਚ। ਉਹ ਜੋ ਵੀ ਹੁੰਦੀ ਆ, ਬੋਲਣਾ ਤਾਂ ਝੂਠ ਹੀ ਹੁੰਦਾ। ਇੱਕ ਮਿੰਟ ਮੈਂ ਪੈਣੋ ਐਂਡ ਪ੍ਰਾਵੋ ਐਂਡ ਪਰਚਾਈਓ ਵੋਟਾ ਇੱਧਰ ਹੀ ਪਾਈਓ। ਹਮ ਵਿਰੋਧੀਓ ਕੇ ਫੱਟੇ ਚੂਕ ਦੇਂਗੇ, ਉਣਕੇ ਪੁਤਲੇ ਹਮ ਫੂਕ ਦੇਂਗੇ। ਠੁੱਕ ਤਾਲੀ। ਅੱਗੇ ਅੱਗੇ ਅੱਗੇ, ਹਮਾਰੇ ਦੇਸ਼ ਮੇ ਡੂਮਣਾ ਕ੍ਰੈਸੀ ਹੈ। ਓ ਭਾਬੀ, ਡੂਮਣਾ ਕ੍ਰੈਸੀ ਨਹੀਂ, ਡੈਮੋਕ੍ਰੈਸੀ। ਜੋ ਵੀ ਹੁੰਦਾ ਹੁੰਦਾ ਤਾਂ ਲੋਕਤੰਤਰ ਜਿਹਾ ਹੀ ਆ ਨਾ। ਲਓ ਜੀ, ਚੰਗਾ ਹੋ ਗਿਆ ਜੋ ਤੁਸੀਂ ਆ ਗਏ। ਚਲੋ ਪਹਿਲੀਆਂ ਵੋਟਾਂ ਅਸੀਂ ਮੁਹੱਲੇ 'ਚ ਹੀ ਮੰਗ ਲੈਂਦੇ ਆ। ਠੀਕ ਹੈ, ਇਸ ਬਹਾਨੇ ਲੋਕ ਮੇਰਾ ਕੈਚਅਪ ਵੀ ਦੇਖ ਲੈਣਗੇ। ਓ ਭਾਬੀ, ਕੈਚਅਪ ਨਹੀਂ, ਮੇਕਅਪ। ਓ ਜੋ ਵੀ ਹੁੰਦਾ, ਥੱਪੜਾ ਤਾਂ ਪਾਊਡਰ ਪੂਡਰ ਹੀ ਹੁੰਦਾ। ਹੈ, ਛੇਤੀ ਚਲੋ। ਚਲੋ ਯਾਰ, ਓਕੇ ਚਲੋ ਚਲੋ ਜੀ। ਅਰੇ ਬਾ। ਓ ਭਾਬੀ, ਮੈਂ ਪਹਿਲੀ ਵਾਰ ਜ਼ਿੰਦਗੀ 'ਚ ਉੱਚੀ ਅੱਡੀ ਦੀ ਹੀਲ ਪਾਈ ਆ, ਹੌਲੀ ਚਲੋ। ਤੈਨੂੰ 5 ਮਿੰਟ। ਓ ਚੱਲ ਯਾਰ, ਜਾ ਸੀ ਯਾਰ, ਭਾਬੀ ਦਾ ਇਹੀ ਹਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਫਿਕਰ ਨਾ ਕਰੇ ਜੀ, ਅਸੀਂ ਤੁਹਾਡੇ ਨਾਲ ਆ, ਤੁਸੀਂ ਸਾਡੇ ਨਾਲ ਆ, ਰਲ ਮਿਲ ਕੇ ਸਾਰਿਆਂ ਨੇ ਜਿੱਤਣਾ। ਜਿੱਤਣਾ ਤਾਂ ਅਸੀਂ ਹੋ ਐ, ਜਿੱਤ ਤਾਂ ਸਾਡੀ ਐ, ਪਰ ਤੁਹਾਡਾ ਨਾਲ ਮਾੜਾ ਮੋਟਾ ਨਾਂ ਜੁੜ ਜੂਗਾ। ਪੰਸੀ ਲਾਲ ਸ਼ਰਮਾ, ਇਹ ਲੇਡੀ ਵੀ ਵੋਟਾਂ 'ਚ ਖੜੀ ਹੈ? ਤੂੰ ਮੈਨੂੰ ਦੱਸਿਆ ਨਹੀਂ। ਵੋਟਾਂ 'ਚ ਕਾਹਨੂੰ ਖੜੀ ਹੈ ਜੀ,
ਇਹ ਤਾਂ ਆਪਣੀ ਲਵਲੀਨ ਜਿਹੜੇ ਮੁੰਡੇ ਨਾਲ ਬੂਟਾ ਸਿੰਘ ਦੀ ਘਰਵਾਲੀ ਹੈ ਜੀ। ਵੋਟਾਂ ਘੱਟ ਮੰਗਦੀ ਹੈ, ਆਪਣੇ ਸੂਟਾਂ ਦਾ ਪ੍ਰਚਾਰ ਵੱਧ ਕਰਦੀ, ਜਿਹੜੇ ਆਪਾਂ ਨੇ ਸਪੌਂਸਰ ਕੀਤੇ। ਅੱਛਾ ਅੱਛਾ, ਫਿਰ ਤੇ ਇਹ ਸਾਡੇ ਵੱਲ ਦੀ ਹੋਈ, ਆਪਣੇ ਵੱਲ ਦੀ ਹੋ ਸਮਝੋ ਜੀ। ਜਿਹੜੇ ਵੀ ਘਰ ਵਿੱਚ ਵੋਟਾਂ ਲੈਣ ਵਾਸਤੇ ਜਾਂਦੀ ਉੱਥੇ ਹੀ ਪੰਗਾ ਲੈ ਲੈਂਦੀ ਹੈ। ਬੂਟਾ ਸਿੰਘ ਜਿੰਦਾਬਾਦ, ਬੂਟਾ ਸਿੰਘ ਜਿੰਦਾਬਾਦ, ਜਿੰਦਾਬਾਦ ਬੂਟਾ ਸਿੰਘ। ਬੂਟੇ ਦੀ ਵੋਟਾਂ ਤੋੜਦੀ ਹੈ ਨਾ ਬਸ। ਇਹਦਾ ਉਹ ਰੇਡੀਓ ਹੈ ਜਿਹਦੇ ਤੇ ਜਲੰਧਰ ਲਾਈਏ ਤਾਂ ਲਾਹੌਰ ਫੜ ਲੈਂਦਾ, ਜੇ ਦਿੱਲੀ ਲਾਈਏ ਤਾਂ ਸੂਰਤਗੜ੍ਹ ਜਾ ਵੜਦਾ। ਕੀ ਵਜਾਰਤ ਪਾਈ ਜਾਂਦਾ, ਮਤਲਬ ਜੇ ਭੈਣ ਜੀ ਕਹੀਏ ਫੇਰ ਗੁੱਸਾ ਕਰ ਜਾਂਦੀ ਹੈ, ਜੇ ਭਾਬੀ ਜੀ ਕਹੀਏ ਤਾਂ ਕਰੰਟ ਮਾਰਦੀ ਹੈ। ਮੈਂ ਤਾਂ ਸਾਕਸ਼ਾਤ ਘਰੇ ਜਾ ਕੇ ਪਿਆਰ ਦੇਖ ਕੇ ਆਇਆ। ਓ ਇਹਦੇ ਨਾਲ ਮੈਂ ਹਿਸਾਬ ਕਰਦਾ। ਹਲੋ, ਪੰਗਾ ਨਾਲ ਹੀ ਭੂੰਡਾਂ ਦਾ ਖੱਖਰ ਹੈ, ਬੜੀ ਲੜਾਕੀ ਹੈ, ਚਾਰ ਚਫੇਰੇ ਪੱਤਰਕਾਰ ਫਿਰਦੇ ਆ। ਜੇ ਕਿਸੇ ਨੇ ਖਬਰ ਲਾ ਦਿੱਤੀ ਆਪਣੀਆਂ ਵੋਟਾਂ ਟੁੱਟ ਜਾਣੀਆਂ, ਇਹਦਾ ਜਾਣਾ ਕੱਖ ਨਹੀਂ ਤੇ ਆਪਣਾ ਰਹਿਣਾ ਕੱਖ ਨਹੀਂ। ਆ ਚੁੱਪ ਕਰਕੇ ਬਾਈਪਾਸ ਹੋ ਚੱਲੋ। ਓ ਐਮਐਲਏ ਸਾਹਿਬ, ਗੱਲ ਸੁਣ ਤੂੰ, ਐਮਐਲਏ ਸਾਹਿਬ ਵੋਟ ਸਾਨੂੰ ਹੀ ਪਾਈਓ। ਠੀਕ ਹੈ ਭਾਬੀ ਜੀ, ਫਟਾ ਮੁੱਤ ਤੇਰੇ ਮਿਸਿਸ ਬੂਟਾ ਸਿੰਘ ਨਹੀਂ ਕਹਿ ਸਕਦਾ, ਮਰ ਜਾਣਾ। ਹਾਂਜੀ ਮਿਸਿਸ ਬੂਟਾ ਸਿੰਘ ਜੀ। ਓਕੇ, ਚਲੋ ਭਾਬੀ, ਚਲੋ ਬਾਈ। ਬੂਟਾ ਸਿੰਘ ਜਿੰਦਾਬਾਦ, 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 ਬੂਟਾ ਸਿੰਘ ਜਿੰਦਾਬਾਦ। ਨੀ ਤੂੰ ਇੱਥੇ ਵੀ ਆ ਗਈ, ਕੀ ਚਾਹੁੰਦੀ ਹੈ ਤੂੰ? ਅਜੇ ਜਿਉਨੀ ਆ, ਐ ਨਹੀਂ ਮਰਦੀ ਮੈਂ, ਤੈਨੂੰ ਮਾਰ ਕੇ ਮਰੂੰ। ਆਏ ਹਾਏ, ਮਰ ਗਏ ਮੈਨੂੰ ਮਾਰਨ ਵਾਲੇ, ਨਿੰਬੂ ਵਾਂਗ ਨਿਚੋੜ ਕੇ ਤੇਰਾ ਖੂਨ ਪੀਊਂਗੀ ਮੈਂ। ਹੱਥ ਤਾਂ ਲਾ ਕੇ ਦੇਖ, 11,000 ਬੁਲਟ ਵਾਂਗੂ ਕਰੰਟ ਨਾ ਮਾਰਾਂ। ਅੱਛਾ, ਹੱਥ ਲਾਣ ਨੂੰ ਤੂੰ ਬਠਿੰਡੇ ਦਾ ਥਰਮਲ ਪਲਾਂਟ ਆ, ਨੀ ਉਡਾਨੀ ਆ ਮੈਂ ਤੇਰਾ ਫਿਊਜ। ਇੱਧਰ ਆ, ਤੈਨੂੰ ਮੈਂ ਦੱਸਾਂ ਪਤਾ। ਭਾਬੀ ਛੱਡ ਦੇ, ਦਾਦੋ ਜਹੀ ਭਾਬੀ, ਆ ਵੋਟਾਂ ਮੰਗਣਾ ਆ, ਕਰਦਾਨੀ ਆ, ਛੱਡ ਦੇ ਭਾਬੀ, ਛੱਡ ਦੇ, ਰੋਕ ਲਾ ਮੈਨੂੰ। ਓ ਭਾਬੀ ਛੱਡ ਦੇ, ਮੇਰੇ ਹੱਥੋਂ ਆ, ਓ ਜਾਣ ਦੇ ਤੂੰ, ਲੁਕ ਦੇ, ਕਹਿਣਾ ਫਿਰਦੀ ਆ ਸਾਹਮਣੇ ਆ। ਓਏ ਪੀਲੇ ਦੰਦਾਂ ਵਾਲੀ ਕਿਹੜੀ ਜਣੀ ਬਣ ਜਾਂਦੀ ਹੈ। ਸੌਰੀ, ਅਸੀਂ ਤਾਂ ਵੋਟਾਂ ਮੰਗ ਰਹੇ ਸੀ। ਕੋਈ ਲੋੜ ਨਹੀਂ ਇਹਦੇ ਕੋ ਵੋਟ ਮੰਗਣ ਦੀ, ਇਹਦੀ ਇੱਕ ਵੋਟ ਨਾ ਬੂਟੇ ਨੇ ਡੀਸੀ ਨਹੀਂ ਲੱਗ ਜਾਣਾ। ਹੁਣ ਹੱਟ ਜਾ ਪਿੱਛੇ। ਅੱਜ ਮੇਰੇ ਕੋਲ ਟਾਈਮ ਨਹੀਂ ਸੀ, ਕਦੀ ਖੁੱਲਾ ਟਾਈਮ ਮਿਲੇ ਤਾਂ ਫੇਰ ਕਰੂੰਗੀ ਤੇਰੇ ਨਾਲ ਨਿਊਕਲੀਅਰ ਬਾਰ। ਓ ਬਾਬੀ, ਨਿਊਕਲੀਅਰ ਹੁੰਦਾ? ਓ ਜੋ ਵੀ ਹੁੰਦੀ ਆ, ਹੁੰਦੀ ਤਾਂ ਲੜਾਈ ਆ ਨਾ। ਇੱਥੇ ਰਹਾ, ਤੈਨੂੰ ਮੈਂ ਦੱਸਾਂ ਪਤਾ। ਰੋਕ ਲਾ, ਨਹੀਂ ਤਾਂ ਮੇਰਾ ਤਾਂ ਖੂਨ ਹੋ ਜਾਣਾ। ਤੇਰੇ ਖੜੂ ਚੜੇ। ਹੈਲੋ, ਪੈਰੀ ਪੈਣਾ ਅੰਕਲ ਜੀ। ਹਾਂ ਰੌਕੀ ਬੇਟਾ, ਜਿਉਂਦਾ ਰਹਿ। ਤੂੰ ਬੀਐਸ ਨਾਲ ਗੋਦਾਮ ਤੋਂ ਸ਼ਰਾਬ ਦੀ ਪੇਟੀਆਂ ਲੈ ਕੇ ਕੱਲੇ ਕੱਲੇ ਪਿੰਡ ਪਹੁੰਚਾ ਦਿਓ। ਓ ਯਾਰ, ਕੀ ਬਿੱਲੀਆਂ ਬਣਾਈ ਜਾਂਦਾ ਤੂੰ, ਕਾਰਟਨ ਕੂਟਨ ਨਾ ਬਣਾਇਆ ਕਰ, ਕੋਈ ਚਾਹੀਦਾ ਕੰਮ ਕਰ ਲਿਆ ਕਰ। ਯੋ, ਵਾਈ ਗੈਟਿੰਗ ਮੈਡ ਮੈਨ, ਦਿਸ ਇਜ਼ ਆਲ ਵਰਕ ਰਾਈਟ ਹੇਅਰ। ਹੁਣ ਤੈਨੂੰ 16 ਮਿਲ ਗਿਆ, ਤੂੰ ਮੈਨੂੰ ਭੁੱਲ ਗਿਆ ਬ੍ਰੋ? ਕਮ ਔਨ ਮੈਨ, ਟੀਮ ਯੂ ਐਂਡ ਮੀ ਮੈਨ। ਆਜੋ ਜੀ, ਆਜੋ, ਬਖਤਾਵਰ ਸਿੰਘ ਵੱਲੋਂ 13ਵੇਂ ਰਤਨ ਦਾ ਖੁੱਲਾ ਭੰਡਾਰਾ। ਲੈ ਜੋ, ਇਹ ਮੌਕਾ ਬਾਰ ਬਾਰ ਨਹੀਂ ਮਿਲਦਾ ਹੁੰਦਾ, ਪੂਰੇ 5 ਸਾਲ ਬਾਅਦ ਆਉਂਦਾ, 5 ਸਾਲ ਬਾਅਦ। ਆਜੋ, ਲੈ ਜੋ, ਲੈ ਜੋ, ਆਜੋ, 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 ਜਿਨ੍ਹਾਂ ਦੇ ਦਿਲ ਖੁੱਲੇ ਉਹਨਾਂ ਦੇ ਭੰਡਾਰੇ ਖੁੱਲੇ, ਆਜੋ ਵੀ ਆਜੋ। ਬੋਲ ਬਖਤਾਵਰ ਸਿੰਘ, ਜਿੰਦਾਬਾਦ। ਮੋਰ ਕਿਤੇ ਲਾਉਂਗਾ? ਕੈਂਚੀ ਤੇ। ਸ਼ਾਬਾਸ਼, ਕੈਂਚੀ ਦਾ ਧਿਆਨ ਰੱਖਣਾ, ਕੈਂਚੀ ਦਾ। ਠੀਕ ਹੈ ਜੀ, ਠੀਕ ਹੈ। ਬਖਤਾਵਰ ਸਿੰਘ ਜਿੰਦਾਬਾਦ, ਬਖਤਾਵਰ ਸਿੰਘ ਜਿੰਦਾਬਾਦ, ਬਖਤਾਵਰ ਸਿੰਘ। ਉਹ ਕੀ ਬਖਤਾਵਰ ਸਿੰਘ ਲਈ ਆ? ਬੂਟਾ ਸਿੰਘ ਬੋਲ। ਬੂਟਾ ਸਿੰਘ ਇੱਦਾਂ ਕਿੱਦਾਂ ਬੋਲੂਗਾ, ਥੋੜਾ ਮਾਲ ਪਾਣੀ ਵੰਡੋ। ਯੋ ਬ੍ਰੋ, ਵਾਟਸ ਮਾਲ ਪਾਣੀ ਬ੍ਰੋ? ਮਾਲ ਪਾਣੀ ਉੱਧਰ ਦੇਖੋ, ਰੋਕੀ। ਹੈਲੋ ਭਾਈ ਸਾਹਿਬ, ਹਲਵਾਈ ਆਪਣੀਆਂ ਜਲੇਬੀਆਂ ਆਪ ਨਹੀਂ ਖਾਂਦਾ ਹੁੰਦਾ, ਤੂੰ ਵੰਡਦਾ ਘੱਟ ਹੈ ਤੇ ਪੀਂਦਾ ਜ਼ਿਆਦਾ ਹੈ। ਆ ਚੋਣਾਂ ਦੇ ਦਿਨਾਂ 'ਚ ਦੇਵਦਾਸੀ ਨਾ ਦਿਖਾ ਆਪਣੀ, ਪਰ ਉਹ ਬਾਅਦ ਚ ਲੱਭ ਲਈ ਸਾਨੂੰ ਪਾਰ ਬੁਲਾਉਣ ਤੇ ਕਿਉਂ ਲੱਗਿਆ? ਆਜੋ ਜੀ, ਆਜੋ, ਆਜੋ, ਖੁੱਲੇ ਭੰਡਾਰੇ ਆਜੋ, ਆਜੋ, ਆਜੋ। ਬਾਈ ਜੀ ਉਧਰ ਦੇਖੋ, ਵੀਡੀਓ ਬਣ ਰਹੀ ਹੈ। ਹੈਲੋ, ਇਹ ਸਟਿੰਗ ਆਪਰੇਸ਼ਨ ਦਾ ਜ਼ਮਾਨਾ ਹੈ, ਜੇ ਚੋਣ ਕਮਿਸ਼ਨ ਨੂੰ ਵੀਡੀਓ ਪਹੁੰਚ ਗਈ, ਇਲੈਕਸ਼ਨ ਕੈਂਸਲ ਹੋਜੂ, ਆਪਣਾ ਕਰੋੜਾਂ ਦਾ ਨੁਕਸਾਨ ਹੋਜੂ।
ਭੱਜ ਲਓ ਇੱਥੋਂ, ਮੈਂ ਤਾਂ ਕਹਿੰਦਾ ਕਿਤੇ ਹੋਰ ਜਾ ਕੇ ਬਣਦੇ ਆ, ਜਾਓ ਪੰਗੇ ਨਾ ਲਓ। ਆਣ ਦੇ ਇਹਨਾਂ ਨੂੰ, ਸਾਲਿਆਂ ਦੀ ਮੌਤ ਆਈ ਹੈ। ਓ ਨਿਕਲ ਜਾ ਇੱਥੇ, ਰੋਕੀ ਚੱਪੜ ਜੋ ਨਾ ਆਪਣੀ। ਭਾਈ ਜੀ ਸਾਰਾ ਪਿੰਡ ਆ ਗਿਆ, ਭੱਜੋ ਬਾਈ। ਲੱਗਦਾ ਇਸ ਵਾਰੀ ਬੂਟਾ ਕਿਸੇ ਨਾ ਕਿਸੇ ਦੀ ਜੜ੍ਹਾਂ 'ਚ ਬੈਠੂਗਾ। ਬਾਈ ਬੂਟਾ ਕਿਤੇ ਆਪ ਹੀ ਨਾ ਜੜ੍ਹੋਂ ਉੱਖੜ ਜਾਵੇ। ਉਹ ਕਹਿੰਦੇ ਆ ਨਾ, ਵੱਡੇ ਦਰਖਤ ਥੱਲੇ ਛੋਟਾ ਦਰਖਤ ਨਹੀਂ ਪੈਦਾ ਹੁੰਦਾ। ਲੋਕ ਇਸ ਵਾਰ ਆਪਣੇ ਹਲਕੇ 'ਚ ਨਵਾਂ ਬੂਟਾ ਲਾਉਣ ਦੀ ਸੋਚ ਰਹੇ ਨੇ। ਪੁਰਾਣੇ ਬੂਟੇ ਨੇ ਹੁਣ ਤੱਕ ਨਾ ਛਾਂ ਦਿੱਤੀ ਹੈ ਨਾ ਫਲ। ਉਹ ਇਹ ਤਾਂ ਉਹੀ ਗੱਲ ਹੋ ਗਈ ਬਾਈ। ਇੱਕ ਦਿਨ ਇਹਦੇ ਵਰਗਾ ਬੰਦਾ ਅੱਗੇ ਬਹਿ ਗਿਆ ਮੇਰੇ ਕੋਲ ਬਾਈ, ਕਹਿੰਦਾ ਆਖੇ ਵਾਲ ਕਿੱਡੇ ਕਿੱਡੇ ਨੇ। ਮੈਂ ਕਿਹਾ 5 ਮਿੰਟ ਖੜ ਜਾ, ਥੱਲੇ ਹੀ ਆਉਣ ਵਾਲੇ ਨੇ। ਵੋਟਾਂ 'ਚ ਸਭ ਪਤਾ ਲੱਗ ਜੂ ਨਾਲੇ। ਇਸ ਵਾਰੀ ਹਵਾ ਬੂਟੇ ਦੀ ਬਣ ਰਹੀ ਹੈ ਤੇ ਹਵਾ ਨੂੰ ਹਨੇਰੀ ਬਣਨ 'ਚ ਟਾਈਮ ਨਹੀਂ ਲੱਗਦਾ। ਬੂਟਾ ਆਪਣੇ ਵਰਗਾ ਬੰਦਾ ਹੈ, ਉਹਨੂੰ ਲੋਕਾਂ ਦੀਆਂ ਦੁੱਖ ਤਕਲੀਫਾਂ ਦਾ ਪਤਾ ਹੈ। ਆਹ ਗੱਲਾਂ ਦਾ ਕਿੱਥੇ ਪਤਾ? ਜਿੰਨੇ ਵਜੇ ਗਰੀਬ ਉੱਠਦਾ ਉਨੇ ਵਜੇ ਅਮੀਰ ਪਾਰਟੀਆਂ ਕਰਕੇ ਸੌਂਦੇ ਨੇ। ਉਹ ਕਿਸੇ ਨੇ ਬਿਲਕੁਲ ਠੀਕ ਕਿਹਾ ਬਈ, ਅਮੀਰ ਬੰਦਾ ਮੁਰਗਾ ਉਦੋਂ ਖਾਂਦਾ ਜਦੋਂ ਅਮੀਰ ਬਿਮਾਰ ਹੁੰਦਾ, ਗਰੀਬ ਬੰਦਾ ਮੁਰਗਾ ਉਦੋਂ ਖਾਂਦਾ ਜਦੋਂ ਮੁਰਗਾ ਬਿਮਾਰ ਹੁੰਦਾ। ਓਕੇ ਵਿਚਾਰੇ ਨੇ ਵੈਸੇ ਵੀ 3-4 ਦਿਨ ਤੱਕ ਮਾਰੀ ਜਾਣਾ, ਇਹਨੂੰ ਖਾਈ ਲਓ। ਆ ਲੈ ਬਈ ਪੈਸੇ। ਆਓ ਜੀ, ਚੱਲ ਬਹਿ ਜਾ ਬਈ, ਆ ਜਾ। ਇਸ ਵਾਰੀ ਮੁਕਾਬਲਾ ਬੜਾ ਸਖਤ ਹੈ, ਦੋਨਾਂ ਦੇ ਸਿੰਘ ਫਸਣਗੇ ਜ਼ਰੂਰ। ਉਹ ਸਾਲਿਆ ਖੀਰੇ ਤਾਂ ਬਦਲ ਦੇ, ਪਤਾ ਨਹੀਂ ਕਿੰਨੇ ਕਿਤੇ ਜੂਠੇ ਨੇ ਇਹ। ਖੜ ਜਾ, ਬਦਲ ਦਿੰਦੇ ਆ ਬਦਲ ਦਿੰਦੇ ਆ। ਉਹ ਇੱਥੇ ਉਸਤਰੇ 'ਚ 15-15 ਦਿਨ ਬਲੇਡ ਨਹੀਂ ਬਦਲੀ ਦਾ, ਤੈਨੂੰ ਖੀਰਿਆਂ ਦੀ ਪਈ ਆ। ਏ ਆਹ ਲੈ ਬਦਲ ਤੇ ਖੀਰੇ ਵੀ ਤੇਰੇ। ਅੰਦਰ ਬਹੁਤ ਜ਼ੋਰ ਜ਼ੋਰ ਹੱਸੜੇ ਆ, ਕੀ ਗੱਲ ਹੈ? ਉਹ ਗੱਲ ਕੀ ਹੋਣੀ ਹੈ, ਅੰਦਰ ਵੋਟਾਂ ਦੀਆਂ ਗੱਲਾਂ ਚੱਲਦੀਆਂ ਸੀ। ਕੀ ਕਹਿੰਦੇ? ਉਹ ਕਹਿਣਾ ਕੀ ਹੈ, ਕਹਿੰਦੇ ਐਤਕੀ ਹਵਾ ਬੂਟੇ ਵੱਲ ਦੀ ਹੈ। ਹਵਾ ਬੂਟੇ ਦੀ ਚੱਲ ਰਹੀ ਹੈ? ਹਾਂ। ਅੱਛਾ, ਤੂੰ ਕੀ ਲੈਣਾ? ਤੂੰ ਆਪਣੇ ਬੂਟ ਪਾਲਿਸ਼ ਕਰ। ਆਹੋ ਭਾਈ, ਆਪਾਂ ਤਾਂ ਆਪਣੇ ਬੂਟ ਪਾਲਿਸ਼ ਕਰੀਏ। ਹਵਾ ਬੂਟੇ ਵੱਲ ਦੀ ਚੱਲਦੀ ਪਈ ਹੈ, ਪਹਿਲਾਂ ਫੋਨ ਕਰਕੇ ਪੀਏ ਦੀ ਤਾਂ ਹਵਾ ਕੱਢਾਂ। ਹੈਲੋ ਪੀਏ ਸਾਹਿਬ। ਯਾਰ ਜ਼ਿੰਦਗੀ ਦੇ ਵਿੱਚ ਕਦੀ ਸੋਚਿਆ ਨਹੀਂ ਸੀ ਆਪਣੇ ਵਿਆਹ ਵਾਸਤੇ ਵੋਟਾਂ ਪਾਉਣੀਆਂ ਪੈਣਗੀਆਂ। ਯੋ ਬ੍ਰੋ, ਸਾਡੇ ਕੈਨੇਡਾ ਵਿੱਚ ਇੱਦਾਂ ਨਹੀਂ ਹੁੰਦਾ ਮੈਨ। ਜੇ ਤੁਸੀਂ ਕਿਸੇ ਨੂੰ ਲਾਈਕ ਕਰੋ ਦੈਨ ਵਿਆਹ ਕਰੋ, ਜੇ ਨਹੀਂ ਲਾਈਕ ਕਰਦੇ ਦੈਨ ਫ੍ਰੀਕਿੰਗ ਡਿਵੋਰਸ। ਉਹ ਤੁਹਾਡਾ ਕੈਨੇਡਾ ਤੁਹਾਡਾ ਸਲੇਡਾ। ਤੂੰ ਪੋਸਟਰ ਲਾ ਜਾ ਕੇ, ਮੈਂ ਲਵਲੀ ਨੂੰ ਫੋਨ ਕਰ ਲਾਂ। ਹਾਂਜੀ, ਕਿੱਦਾਂ? ਕੁਝ ਨਹੀਂ ਯਾਰ, ਤੂੰ ਸੁਣਾ ਕੀ ਹਾਲ ਹੈ? ਵਧੀਆ, ਕੀ ਕਰੀ ਜਾਂਦੇ ਹੋ? ਬਸ ਯਾਰ, ਪੋਸਟਰ ਲਗਾਈ ਜਾ ਰਹੇ ਸੀ। ਪੋਸਟਰ ਮਤਲਬ? ਮਤਲਬ ਲੋਕੀ ਆਪਣੇ ਵਿਆਹ ਵਾਸਤੇ ਕਾਰਡ ਚ ਪਾਉਂਦੇ ਨੇ ਤੇ ਅਸੀਂ ਪੋਸਟਰ। ਮੈਨੂੰ ਤਾਂ ਬਹੁਤ ਡਰ ਲੱਗ ਰਿਹਾ, ਪਤਾ ਨਹੀਂ ਆਪਣਾ ਕੀ ਬਣੂ। ਓਹੋ, ਬੰਨਾ ਕੀ ਹੈ? ਐਮਐਲਏ ਬਣੂ ਸਾਡਾ ਬਾਈ, ਤੇ ਮੈਂ ਬਣੂ ਤੇਰੇ ਡੈਡੀ ਦਾ ਜਵਾਈ। ਐਮਐਲਏ ਬਣੂ ਸਾਡਾ ਬਾਈ, ਐਮਐਲਏ ਬਣੂ। ਓ ਗੋਡ, ਤੁਸੀਂ ਦੋਨੋਂ ਹੀ ਕਬ ਲਿਓ, ਮੈਂ ਬਾਅਦ ਵਿੱਚ ਗੱਲ ਕਰਨੀ ਹੈ। ਤੇਰਾ ਡੈਡੀ ਦਾ ਜਵਾਈ। ਪੋਸਟਰ ਲਾ ਜਾ ਕੇ ਯਾਰ, ਮੈਂ ਅੱਗੇ ਵੀ ਜਾਣਾ ਵਾ, ਕੰਮ ਕਰ ਜਾ ਕੇ ਆਪਣਾ। ਯੋ ਮੈਨ, ਯੂ ਡੋਨਟ ਲਾਈਕ ਟੂ ਹੈਵ ਫਨ ਬ੍ਰੋ। ਜਿਹੜੇ ਪਾਸੇ ਦੇਖੋ, ਬੂਟਾ 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 ਦੁਖੀ ਕਰ ਦਿੱਤਾ ਇਸ ਬੂਟੇ ਨੇ। ਸਰ ਉਹ ਮਾਲੀ ਪੁੱਛਦਾ ਸੀ ਜਿਹੜੇ ਨਵੇਂ ਬੂਟੇ ਲਿਆਂਦੇ ਆ ਕਿੱਥੇ ਕਿੱਥੇ ਲਾਉਣੇ ਆ। ਮੇਰੇ ਸਿਰ ਤੇ ਲਾ ਦੋ, ਫਿਰ ਬੂਟਾ ਬੂਟਾ
ਪੌਦਾ ਨਹੀਂ ਕਹਿ ਸਕਦਾ। ਇਹਨਾਂ ਬੂਟਿਆਂ ਨੂੰ ਛੱਡ, ਪਹਿਲਾਂ ਉਹ ਦੂਜੇ ਬੂਟੇ ਤੇ ਕੋਈ ਦਵਾਈ ਸ਼ਵਾਈ ਛਿੜਕੋ, ਦੇ ਜੜਾਂ ਫੈਲਦੀਆਂ ਜਾਂਦੀਆਂ ਨੇ। ਸਰ ਤੁਸੀਂ ਫਿਕਰ ਕਿਉਂ ਕਰਦੇ ਹੋ? ਫਿਕਰ ਕਿਵੇਂ ਨਾ ਕਰਾਂ, ਇਹ ਵੇਖ, ਇਹ ਨਿਊਜ਼ ਪੇਪਰ ਵੇਖ, ਅਖਬਾਰ ਵੇਖ, ਜਿਹੜੇ ਪਾਸੇ ਵੇਖੋ ਬੂਟਾ ਬੂਟਾ ਬੂਟਾ। ਅਖਬਾਰਾਂ ਦਾ ਕੀ ਹੈ ਜੀ, ਇਹ ਤਾਂ ਕੁਛ ਵੀ ਲਿਖ ਦਿੰਦੇ ਆ। ਤੁਸੀਂ ਕੱਲ੍ਹ ਦੀ ਵੱਡੀ ਰੈਲੀ ਹੋ ਲੈਣ ਦਿਓ, ਸਾਰੀ ਦਿਸ਼ਾ ਹੀ ਪਲਟ ਜਾਣੀ ਹੈ, ਸਾਰਾ ਮੀਡੀਆ ਤਾਂ ਆਪਾਂ ਨੇ ਬੁਲਾਇਆ ਹੋਇਆ। ਬੂਟੇ ਦੀਆਂ ਜੜਾਂ 'ਚ ਤਾਂ ਐਸਾ ਤੇਲ ਪਾਉਂ ਸਾਰੀ ਜ਼ਿੰਦਗੀ ਹਰਾ ਹੋਣ ਵਾਸਤੇ ਤਰਸੂ। ਪਹਿਲੀ ਵਾਰ ਖੁਸ਼ ਕੀਤਾ ਓਏ ਵੀ ਸ਼ਰਮਾ। ਸਰ ਉਹ ਬੂਟਾ ਪੌਦੇ ਤੇਰੀ ਤੋਂ ਬੈਠ ਇੱਥੋਂ। ਬੂਟਾ 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 ਉਫ। ਕਮਾਲ ਹੈ ਤੇਰੇ ਵਾਲੀ, ਹੈ ਰੈਲੀ ਤੇ ਸਾਰੇ ਖਰਚੇ ਸਾਡੇ ਹੋ ਰਹੇ ਨੇ, ਆਪ ਕੱਲਾ ਹੀ ਇੱਥੇ ਬੈਠਾ ਕਮਾਈਆਂ ਕਰੀ ਜਾਂਦਾ ਹੈ। ਪੀਏ ਸਾਹਿਬ ਰੌਲਾ ਨਾ ਪਾਇਆ ਕਰੋ, ਲੈ ਦੇ ਕੇ ਗੱਲਬਾਤ ਮੁਕਾ ਲਿਆ ਕਰੋ। ਮਤਲਬ ਇਹਦੀ ਤਾਂ ਕੀ ਲੋੜ ਸੀ, ਕਿਸੇ ਨੂੰ ਦੱਸਣਾ ਨਹੀਂ, ਘਬਰਾਉਣਾ ਨਹੀਂ ਹੈ। ਧਿਆਨ ਰੱਖੀ ਵੀ ਕਿਹੜਾ ਬੰਦਾ ਟਰੈਕਟਰ ਦੇ ਚੜ੍ਹਨ ਨੂੰ ਫਿਰਦਾ ਤੇ ਕਿਹੜਾ ਸਾਡੀ ਕੈਂਚੀ ਖੁੰਡੀ ਕਰਨ ਨੂੰ ਫਿਰਦਾ ਹੈ। ਹਾਂ ਡਰੀ ਨਾ ਕਿਸੇ ਤੋਂ, ਕਹਿਦੀ ਆਰਾਮ ਨਾਲ ਵੀ ਪੀਏ ਸਾਹਿਬ ਨੇ ਬਿਠਾਇਆ, ਆਰਾਮ ਨਾਲ ਇੱਥੇ ਬੈਠਾ ਰਹੀ। ਮੈਂ ਨਹੀਂ ਘਬਰਾਉਂਦਾ ਪੀਏ ਸਾਹਿਬ, ਨਾਲੇ ਗੱਲ ਸੁਣੋ, ਤੁਸੀਂ ਵੀ ਨਾ ਘਬਰਾਉਣਾ, ਜੇ ਕੋਈ ਗੱਲਬਾਤ ਹੋ ਗਈ ਤੁਸੀਂ ਉਧਰ ਨੂੰ ਦੌੜ ਜਾਣਾ, ਮੈਂ ਇਧਰ ਨੂੰ ਦੌੜ ਜਾਣਾ। ਚੱਲ ਰਿਪੋਰਟਾਂ ਪੱਕੀਆਂ ਦਈ, ਸਾਹਿਬ ਦੇਖ ਰਿਹਾ। ਲੈ ਕਮਾਲ ਹੈ, ਅੱਗੇ ਕਦੀ ਕੱਚੀ ਰਿਪੋਰਟ ਦਿੱਤੀ ਹੈ ਤੁਹਾਨੂੰ ਕੋਈ? ਬਖਤਾਵਰ ਸਿੰਘ ਜਿੰਦਾਬਾਦ, 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 ਬਖਤਾਵਰ ਸਿੰਘ। ਤੁਸੀਂ ਆਪਣਾ ਕੀਮਤੀ ਵੋਟ ਸਾਨੂੰ ਪਾਓ, ਕੈਂਚੀ ਦੇ ਨਿਸ਼ਾਨ ਨੂੰ। ਬਖਤਾਵਰ ਸਿੰਘ ਜਿੰਦਾਬਾਦ, ਬਖਤਾਵਰ ਸਿੰਘ ਜਿੰਦਾਬਾਦ, ਬਖਤਾਵਰ ਸਿੰਘ ਜਿੰਦਾਬਾਦ, ਜਿੰਦਾਬਾਦ। ਉਹ ਯਾਰ ਮੈਨੂੰ ਦੱਸਤਾ ਦਿਓ, ਤੁਸੀਂ ਮੈਨੂੰ ਲਈ ਕਿੱਧਰ ਜਾਂਦੇ ਹੋ? ਬਾਈ ਜੀ ਟੈਂਕੀ ਤੇ ਚੜ੍ਹਨ ਵਾਸਤੇ। ਉਹ ਯਾਰ ਟੈਂਕੀ ਤੇ ਚੜ੍ਹਨ ਨੂੰ ਮੈਂ ਬੇਰੁਜ਼ਗਾਰ ਮਾਸਟਰਾਂ। ਜੀ ਬੇਰੁਜ਼ਗਾਰ ਮਾਸਟਰ ਆਪਣੇ ਹੱਕਾਂ ਲਈ ਟੈਂਕੀ ਤੇ ਚੜ੍ਹਦੇ ਨੇ, ਹਾਂ, ਪਰ ਬੂਟਾ ਸਿੰਘ ਲੋਕਾਂ ਦੇ ਹੱਕਾਂ ਲਈ ਟੈਂਕੀ ਤੇ ਚੜ੍ਹ ਰਿਹਾ। ਪ੍ਰੋਫੈਸਰ ਸਾਹਿਬ ਉਹ ਤਾਂ ਥੋੜਾ ਠੀਕ, ਜੇ ਬੁਸ਼ ਅਫਗਾਨਿਸਤਾਨ ਜਾ ਕੇ ਚੜ੍ਹਾਈ ਕਰ ਸਕਦਾ, ਤੁਸੀਂ ਟੈਂਕੀ ਤੇ ਨਹੀਂ ਚੜ੍ਹ ਸਕਦੇ? ਤੇ ਬੁਸ਼ ਤੇ ਬੂਟੇ 'ਚ ਕੋਈ ਫਰਕ ਨਹੀਂ ਹੈਗਾ, ਉਹ ਨਾਲੇ ਟੈਂਕੀ ਤੇ ਚੜ੍ਹਨਾ ਯਾਰ ਸੌਖੀ ਗੱਲ ਹੈ ਯਾਰ। ਬਾਈ ਜੀ ਅਸੀਂ ਤੁਹਾਡੇ ਨਾਲ ਆ, ਤੁਸੀਂ ਉੱਤੇ ਤਾਂ ਚੜੋ ਯਾਰ। ਓਏ ਤੁਸੀਂ ਇੱਥੇ ਨਾਲ ਹੋ, ਜਾਣਾ ਤਾਂ ਮੈਂ ਨਾ ਉੱਪਰ, ਜੇ ਮੈਂ ਉੱਪਰੋਂ ਡਿੱਗ ਗਿਆ ਨਾ, ਓਏ ਓਏ ਮੇਰੇ ਟੋਟੇ ਨਹੀਂ ਗਿਣੇ ਜਾਣੇ, ਤੁਸੀਂ ਰਹਿਣ ਦੋ ਇਹਨਾਂ ਕੰਮਾਂ ਨੂੰ। ਤੁਸੀਂ ਇੱਕ ਕੰਮ ਕਰੋ, ਟੈਂਕੀ ਤੇ ਚੜੋ ਤੇ ਭਾਸ਼ਣ ਸ਼ੁਰੂ ਕਰੋ। ਚਲੋ 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 ਬਾਈ ਯਾਰ, ਮੇਰੀ ਨਹੀਂ ਦੇਖਣਾ, ਪਿੱਛੇ ਨਹੀਂ ਵੇਖਣਾ ਆਪਾਂ, ਯਾਰ ਚੜਨਾ ਬਸ, ਰੱਖਾ ਮਿਲ ਕੇ ਚੜ ਜਾਓ। ਬਾਈ ਪਰ ਨਹੀਂ ਟਹਿ ਸਕਦੀ ਆ। ਚਲੋ 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 ਚਲੋ, ਆਪਾਂ ਨੂੰ ਟੈਂਕੀ ਤੇ ਚੜਨਾ? ਮੈਂ ਨਹੀਂ ਟੈਂਕੀ ਤੇ ਚੜਨਾ। ਕਿਉਂ? ਮੈਨੂੰ ਚੜਾਈ ਤੋਂ ਬਹੁਤ ਡਰ ਲੱਗਦਾ। ਅੱਛਾ ਡਰ ਲੱਗਦਾ, ਤਾਂ ਹੀ ਤਾਂ ਸਾਲਿਆ ਅਜੇ ਤੱਕ ਤੇਰੀ ਚੜਾਈ ਨਹੀਂ ਹੋਈ। ਉਹ ਜਿੱਥੇ ਉਮੀਦਵਾਰ ਜਾਊ ਆਪਾਂ ਨੂੰ ਜਾਣਾ ਪੈਣਾ। ਉਹ ਚੱਲ, ਉਹ ਤਾਂ 20 ਪੌੜੀਆਂ ਵੀ ਚੜ ਗਿਆ। ਚੱਲ 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 ਚੱਲ। ਅੱਜ ਤੱਕ ਕਿਸੇ ਹੋਰ MLA ਨੇ ਨਹੀਂ ਕੀਤਾ, ਉਹ ਅਸੀਂ ਕਰਾਂਗੇ ਤੁਹਾਡੇ ਲਈ। ਉਹ ਵੇਖੋ ਬੂਟਾ ਸਿੰਘ ਕਿੱਥੇ ਚੜ ਗਿਆ, ਉਹ ਵੇਖੋ ਉੱਪਰ। ਸ਼ਰਮਾ ਕੀ ਹੋ ਰਿਹਾ? ਸਾਰੇ ਉਧਰ ਭੱਜ ਗਏ ਜੀ। ਹਾਏ ਕਮਾਲ ਹੋ ਗਈ, ਲੋਕ ਇਧਰ ਦੌੜ ਰਹੇ ਨੇ। ਹਾਏ ਉਧਰ ਬੂਟਾ ਸਿੰਘ ਹੈ, ਮੈਂ ਬੂਟ ਵਾਲਾ, ਆਪਣਾ ਕੀ ਹੈ, ਦੋ ਜੋੜੇ ਚੱਕ ਕੇ ਇਧਰ ਕਰ ਲਾਂਗੇ, ਬੂਟ ਵਾਲੇ ਤੋਂ ਬੂਟਾ ਸਿੰਘ ਵਾਲੇ ਬਣ ਜਾਂਗੇ। ਬੂਟਾ ਸਿੰਘ ਜਿੰਦਾਬਾਦ, ਬੂਟਾ ਸਿੰਘ ਜਿੰਦਾਬਾਦ, ਬੂਟਾ ਸਿੰਘ ਜਿੰਦਾਬਾਦ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਉਹ ਰੈਲੀ ਛੱਡ ਕੇ ਇੱਧਰ ਹੀ ਰੈਲੀ ਚ ਆਏ ਹੋ। ਦੋ ਬੰਦੇ ਟੈਂਕੀ 'ਤੇ ਚੜ੍ਹੇ ਸੀ,
ਜਾਂ ਸ਼ੋਲੇ ਫਿਲਮ 'ਚ ਧਰਮਿੰਦਰ ਚੜਿਆ ਸੀ ਜਾਂ ਅੱਜ ਬੂਟਾ ਸਿੰਘ ਚੜਿਆ। ਮੇਰੇ ਵੀਰੋ ਫਰਕ ਸਿਰਫ ਇੰਨਾ ਕਿ ਧਰਮਿੰਦਰ ਬਸੰਤੀ ਵਾਸਤੇ ਚੜਿਆ ਸੀ, ਮੈਂ ਕ੍ਰਾਂਤੀ ਵਾਸਤੇ ਚੜਿਆ। ਆਓ ਅੱਜ ਹਾਰ ਦੇਈਏ। ਚਲੋ ਮੇਰੇ ਨਾਲ ਕੋਠੀ ਚਲੋ, ਚਲੋ ਇਕੱਠੇ ਹੋ ਜਾਈਏ। ਜਨਾਬ ਅਸੀਂ ਤੁਹਾਡਾ ਨਮਕ ਖਾਧਾ ਤੇ ਹੁਣ ਛਿੜਕੀਆਂ ਖਾਓ। ਤੁਸੀਂ ਕੀ ਸੋਚਿਆ ਸੀ ਰੈਲੀ ਦੇ ਬਾਅਦ ਤੁਹਾਨੂੰ ਸ਼ਾਬਾਸ਼ੀ ਮਿਲੇਗੀ? ਓਏ ਚੂਲਾ ਆਪਣਾ, ਬੇਲਨ ਆਪਣਾ, ਅੱਗ ਆਪਣੀ, ਤਵਾ ਆਪਣਾ, ਰੋਟੀ ਕੋਈ ਹੋਰ ਸਟੇਕ ਕੇ ਲੈ ਗਿਆ? ਸਰ ਸਿਲੰਡਰ ਵੀ ਆਪਣੀ। ਓਏ ਬੇਸ਼ਰਮਿਆ। ਸੋਰੀ ਸਰ। ਜਨਾਬ ਅਸੀਂ ਤਾਂ ਕੋਈ ਕਸਰ ਨਹੀਂ ਛੱਡੀ। ਇਲਾਕੇ ਦੇ ਹਰ ਕਾਲਜ ਵਿੱਚ ਹਰ ਨੌਜਵਾਨ ਤੱਕ ਨਸ਼ਾ ਪਹੁੰਚਾਇਆ। ਸਾਡਾ ਤਾਂ ਪੂਰਾ ਕੈਰੀਅਰ ਤਬਾਹ ਹੋ ਗਿਆ। ਉਹ ਤਾਂ ਜਨਾਬ ਪਤਾ ਹੀ ਨਹੀਂ ਲੱਗਾ ਕਦੋਂ ਸਪਾਈਡਰਮੈਨ ਬਣ ਕੇ ਸਿੱਧਾ ਟੈਂਕੀ ਤੇ ਚੜ ਗਿਆ। ਤੇ ਤੁਸੀਂ ਇਹ ਬੈਲਟ ਗਲੇ 'ਚ ਪਾ ਕੇ ਫਾਂਸੀ ਤੇ ਚੜ ਜਾਓ। ਜਨਾਬ ਤੁਹਾਨੂੰ ਇੱਟ ਕਾ ਜਵਾਬ ਪੱਥਰ ਗੱਲ ਦੇਣਾ ਚਾਹੀਦਾ ਜੀ। ਮੈਂ ਤਾਂ ਯੂੰ ਕਹਾਂ ਜੀ, ਬੂਟਾ ਟੈਂਕੀ ਪਰ ਚੜਿਆ ਜੀ, ਥਮੇ ਗਟਰ ਕੇ ਵਿੱਚ ਉਤਰ ਕੇ ਭਾਸ਼ਣ ਦਿਓ। ਲੋਕ ਨਿਊ ਕਹਾਂਗੇ ਮਾਰਾ ਨੇਤਾ ਕਿੰਨਾ ਡਾਊਨ ਟੂ ਅਰਥ ਆ ਜੀ। ਓਏ ਬਕਵਾਸ ਬੰਦ ਕਰ, ਨਹੀਂ ਤਾਂ ਅਪ ਟੂ ਹੈਵਨ ਭੇਜ ਦਾਂਗਾ ਤੈਨੂੰ। ਅੱਛਾ ਜੀ, ਅਗਰ ਮੇਰਾ ਵਸ ਚੱਲੇ ਨਾ ਤਾਂ ਗੱਬਰ ਸਿੰਘ ਵਾਂਗੂ ਤਿੰਨ ਗੋਲੀਆਂ ਨਹੀਂ ਬਲਕਿ 6 ਗੋਲੀਆਂ ਪਾ ਕੇ ਡੇਢ ਡੇਢ ਗੋਲੀਆਂ ਮਾਰ ਕੇ ਤੁਹਾਡੀ ਕਹਾਣੀ ਮੁਕਾ ਦਵਾਂ। ਅੰਕਲ ਜੀ ਸੱਪ ਲੰਘ ਚੁੱਕਾ, ਹੁਣ ਲਕੀਰਾਂ ਪਿੱਟਣ ਦਾ ਕੋਈ ਫਾਇਦਾ ਨਹੀਂ। ਰੌਕੀ ਤੂੰ ਠੀਕ ਕਹਿ ਰਿਹਾ, ਹੁਣ ਤਾਂ ਮੈਨੂੰ ਹੀ ਕੋਈ ਕੜਵਾ ਘੁੱਟ ਪਾਉਣਾ ਪੈਣਾ ਹੈ। ਕੰਮ ਹੋ ਗਿਆ? ਹਾਂਜੀ ਬਾਈ। ਇਹੋ ਜਿਹਾ ਧਮਾਕਾ ਕਰਾਂਗਾ ਨਾ ਕਿ ਬੂਟਾ ਸਿੰਘ ਦੀਆਂ 7 ਪੀੜ੍ਹੀਆਂ ਰਾਜਨੀਤੀ ਦਾ ਨਾਂ ਸੁਣ ਤੋਂ ਵੀ ਕੰਬਿਆ ਕਰਨਗੀਆਂ। ਵੈਰੀ ਗੁੱਡ, ਹੁਣ ਪਤਾ ਲੱਗੂ ਵੱਡੇ ਹੀਰੋ ਨੂੰ ਕਿ ਰੌਕੀ ਵਰਗੇ ਵਿਲਨ ਦੇ ਨਾਲ ਪੰਕਾ ਲੈਣ ਦਾ ਕੀ ਹਸ਼ਰ ਹੁੰਦਾ। ਚਲੋ ਏ ਵਾਪਸ ਉੱਥੇ ਆ ਜੀ। ਮੇਰੇ ਵੀਰੋ ਅੱਜ ਤੁਸੀਂ ਇੱਥੇ ਇਕੱਠੇ ਹੋਏ ਹੋ ਸਾਡੇ ਛੋਟੇ ਸੱਦੇ ਤੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਫ਼ ਦਾ ਦਿਨ ਨਹੀਂ ਚੜ੍ਹਨਾ ਜੋ ਲੋਕਾਂ ਦੇ ਦਿਲ ਚੋਂ ਇਹ ਡਰ ਨਹੀਂ ਜਾਂਦਾ। ਉਹਨਾਂ ਲੋਕਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਰਾਤ ਲੰਮੀ ਹੋਣ ਦਾ ਮਤਲਬ ਸੂਰਜ ਮਰ ਨਹੀਂ ਜਾਂਦਾ। ਅੱਜ ਲੋੜ ਇਸ ਗੱਲ ਦੀ ਹੈ ਕਿ ਵਿਰੋਧੀ ਪਾਰਟੀ ਦੀਆਂ ਚਾਲਾਂ ਤੋਂ ਬਚਿਆ ਜਾਵੇ ਤਾਂ ਕਿ ਆਪਾਂ ਸਾਰੇ ਇਕੱਠੇ ਹੋ ਕੇ ਉਹਨਾਂ ਲੀਡਰਾਂ ਭੱਜੋ ਭੱਜੋ, ਬਚਾਓ ਆਪਣੇ ਆਪ ਨੂੰ। ਗਰੀਬਾਂ ਨੂੰ ਖਾ ਜਾਂਦੀ ਹੈ ਰਾਜਨੀਤੀ, ਇਹ ਸਭ ਵੱਡੇ ਲੋਕ ਦਾ ਖੇਲ ਹੈ ਯਾਰ। ਇਹ ਤਾਂ ਬਹੁਤ ਮਾੜੀ ਗੱਲ ਹੈਗਾ। ਕਿੱਥੋਂ ਤੁਸੀਂ ਇਹ ਚਾਈਨਾ ਮੇਡ ਬੰਬ ਲੈ ਕੇ ਆਏ ਹੋ? ਇੱਕ ਬੰਦਾ ਵੀ ਨਹੀਂ ਮਰਿਆ। ਬਟ ਅੰਕਲ ਆਪਣੇ ਰਾਹ ਦਾ ਰੋੜਾ ਤਾਂ ਸਾਫ਼ ਹੋ ਗਿਆ। ਉਹ ਨਹੀਂ ਇਹੀ ਤਾਂ ਪ੍ਰੋਬਲਮ ਹੈ, ਜਦ ਤੱਕ ਬੋਡੀ ਨਹੀਂ ਮਿਲ ਜਾਂਦੀ ਇਲੈਕਸ਼ਨਸ ਪੋਸਟਪੋਨ ਨਹੀਂ ਹੋ ਸਕਦੇ, ਤੇ ਉਹਦੇ ਨਾਲ ਪਬਲਿਕ ਦੀ ਸਿੰਪਥੀ ਵੀ ਹੋ ਜਾਏਗੀ। ਬਈ ਮੈਨੂੰ ਤਾਂ ਮੇਰੇ ਫਾਇਦੇ ਨਾਲੋਂ ਨੁਕਸਾਨ ਜ਼ਿਆਦਾ ਲੱਗ ਰਿਹਾ ਹੈ, ਤੇ ਚੰਗਾ ਹੁੰਦਾ ਕਿ ਇਹੀ ਬੰਬ ਮੈਂ ਤੁਹਾਡੇ ਉੱਤੇ ਸੁੱਟ ਦਿੰਦਾ, ਘੱਟ ਤੋਂ ਘੱਟ ਮੇਰੇ ਰਾਹ ਦੇ ਕੁਝ ਰੋੜੇ ਤੇ ਦੂਰ ਹੋ ਜਾਂਦੇ। ਜੈਸਾ ਕਿ ਆਪ ਜਾਣਦੇ ਹੈ
कि बूटा सिंह की रैली में एक बम धमाका हुआ है। बम धमाके में कोई हताहत नहीं हुआ, कोई मरा नहीं, लेकिन आपके आजाद पति आपके आजाद उम्मीदवार बूटा सिंह कहीं गायब हो गए हैं। तो पूरा देश और मैं भी ये जानना चाहता हूँ कि आपको कैसा लग रहा है। दसा कैसा लग रहा है? हाँ जी हाँ जी, ऐसा लग रहा है खसमन खाने मेरा पुराना गुम गया। तू मुझसे पूछ रहा है कैसा लग रहा है, है? मर चना। आपको लगता होगा कि ये वही एपिसोड है, लेकिन नहीं, स्टोरी नहीं है, जुत्ती वही है। कैमरामैन टोनी के साथ मैं नीलम गुप्ता गुत्त वाला आपको एक और खबर बताना चाहता हूँ। पारी 4 महीने हो गए मेरी तनख्वाह दे दो यार, अब तो बाहर भी गाने लगा हुआ है। मर जानिया, अब तुझे कैसा लग रहा है बोधी वाले बंदर? बूटा जी तुसी ठीक हो? बिल्कुल ठीक है जी। वेरी गुड वेरी गुड। हुण एक काम करियो, तुसी जिथे हो ना उथे रहो। अच्छा जी। बाहर ना आयो, असी हुण लोकां नूं दसांगे कि तुहानूं जान दा खतरा है। अच्छा जी। इस कंपेन नूं असी हुण सिंपथी कंपेन च तब्दील करांगे। देखो जी, मैं सारी उम्र पॉलिटिकल साइंस पढ़ाई है, जे सीधी उंगली नाल घिओ नहीं निकलदा ना तां उंगली टेढ़ी करनी जरूरी है। ठीक है जी। बस तुसी संपर्क च रहो। ठीक है। ओके बाय। सत श्री अकाल जी। देखो भी मुंडियो, राह दे रोड़िया नाल बंदा ठेढ़ा खा के गिर भी पैंदा ते उन्हां ही रोड़िया नाल पुल भी बनदा। आपां इन्हां रोड़िया नाल पुल बनाउणा ते इस लड़ाई नूं आखरी मुकाम तक पहुंचाउणा। ओह पर कुछ नहीं यार, लड़दियां फौजां हुंदियां ने, ਨਾਉ ਜਰਨੈਲ ਦਾ ਹੁੰਦਾ ਹੈ। ਇਹ ਲੜਾਈ ਦਾ ਆਖਰੀ ਹਮਲਾ ਹੈ, ਆਪਾਂ ਜਰਨੈਲ ਨੂੰ ਜਿਤਾਉਣਾ। ਪਰ ਪਰ ਕੁਛ ਨਹੀਂ, ਬਾਕੀ ਦੀ ਪਲੈਨਿੰਗ ਕਰਾਂਗੇ ਘਰ ਜਾ ਕੇ। ਆਜੋ ਆਜੋ। ਜਿੰਨੀ ਜ਼ਿੰਦਗੀ ਮੈਂ ਕਿਵੇਂ ਕੱਟਾਂਗੀ? ਉਹ ਭਾਬੀ ਤੈਨੂੰ ਕੀ ਹੋ ਗਿਆ? ਮੈਂ ਤੇਰਾ ਵੀਰ ਮੈਨੂੰ ਛੱਡ ਕੇ ਚਲਾ ਗਿਆ, ਤੂੰ ਮੈਨੂੰ ਪੁੱਛਦਾ ਕੀ ਹੋ ਗਿਆ? ਮੈਨੂੰ ਲੱਗਦਾ ਇਸ ਨੂੰ ਕਿਸੇ ਨੇ ਗਲਤ ਖ਼ਬਰ ਦੇ ਦਿੱਤੀ। ਓ ਭਾਬੀ, ਹਾਏ ਵੀਰਬਾ, ਵੇ ਤੁਸੀਂ ਤਾਂ ਬੜੇ ਕਲੂਵਰ ਨਿਕਲੇ ਹੈ। ਭਾਬੀ ਕਲੂਵਰ ਨਹੀਂ, ਕਲੇਵਰ। ਓ ਜੋ ਵੀ ਹੁੰਦਾ, ਹੁੰਦੀ ਤਾਂ ਚੌੜ ਚਲਾਕੀ ਆ। ਓਏ ਹੋਏ, ਛੇਤੀ ਕਰੋ, ਆਪਾਂ ਵੋਟਾਂ ਮੰਗਣ ਜਾਣਾ। ਹਾਂ ਚਲੋ ਚਲੋ। ਭਾਬੀ ਮੂੰਹ ਵੋਟਾਂ ਮੰਗਣ ਵਾਲਾ ਬਣਾ ਲਓ। ਅੱਛਾ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਇਹਨਾਂ ਨਾਲ ਕੀ ਪਾਣਾ ਵਰਤਿਆ, ਹੁਣ ਤਾਂ ਸਾਨੂੰ ਸਿਰਫ ਤੁਹਾਡਾ ਹੀ ਸਹਾਰਾ। ਸਾਡਾ ਖਿਆਲ ਰੱਖਿਓ, ਆਪਣੀ ਕੀਮਤੀ ਵੋਟ ਸਾਨੂੰ ਜ਼ਰੂਰ ਪਾਓ। ਫਿਕਰ ਨਾ ਕਰੋ ਜੀ, ਅਸੀਂ ਤੁਹਾਨੂੰ ਵੋਟਾਂ ਦੇਵਾਂਗੇ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਚਲੀਏ, ਚਲੋ ਚਲੋ। ਭਾਬੀ ਮੈਂ ਤਾਂ ਐਵੇਂ ਸਮਝਦਾ ਸੀ ਤੁਸੀਂ ਤਾਂ ਬਹੁਤ ਗ੍ਰੇਟ ਐਕਟਰ ਹੋ। ਓਏ ਮੈਂ ਤਾਂ ਹਮੇਸ਼ਾ ਚੰਗੀ ਐਕਟਿੰਗ ਕਰਦੀ ਆ। ਭਾਬੀ ਲੋਕੀ ਵੇਖ ਰਹੇ ਨੇ, ਸੀਰੀਅਸ ਹੋ ਜਾਓ। ਚਲੋ ਚਲੋ ਚਲੋ, ਵੋਟਾਂ ਮੰਗੀ। ਇੱਕ ਤਾਰ ਕੇ ਜਾਣਾ ਏ, ਲੋਕਾਂ ਦਾ ਰਾਜ ਲਿਆਉਣਾ ਏ। ਇੱਕ ਤਾਰ ਕੇ ਜਾਣਾ ਏ, ਲੋਕਾਂ ਦਾ ਰਾਜ ਲਿਆਉਣਾ ਏ, ਤੇ ਫਿਊਚਰ ਵੀ ਚਮਕਾਉਣਾ। ਬੂਟੇ ਨੂੰ ਬੂਟੇ ਨੂੰ ਬੂਟੇ ਨੂੰ ਬੂਟੇ ਨੂੰ।
इलेक्शन की गर्मा गर्मी बढ़ रही है। कल इलेक्शन है। टीडीपी न्यूज चैनल से मैं नीलम गुप्ता गुत्तवाला आपके लिए लेकर आया हूँ एक सनसनीखेज खबर, जिसे सुनने के बाद आसमान गिर जाएगा, धरती फट जाएगी, इलाके में एक तूफान आ जाएगा, राजनीति में एक बड़ी उथल पुथल हो सकती है। इतिहास में ऐसा पहली बार हुआ है कि कल इलेक्शन है और उम्मीदवार का कुछ पता नहीं। मुझे लगता है कि विरोधी दरिंदों ने आजाद उम्मीदवार का कत्ल कर दिया है, बूटा सिंह का कत्ल कर दिया है। जी हाँ, और अपने शर्मनाक काम छुपाने के लिए उसे इस सफेद कपड़े में ढक दिया है। वही कद वही सेहत, 100% दावे के साथ मैं कह सकता हूँ कि ये लाश बूटे की ही है। ये बूटे की लाश नहीं है, कुत्ते की लाश है। तो क्या हुआ? मेरी लाइफ क्या कुत्ते से कम है क्या? 4 महीने हो गए हड्डी। अब वेलकम टू टीडीपी न्यूज, जिथे असीं अपने सारे श्रोतावां नूं दसना चाहुंदे हां कि इस समय बिलासपुर सीट की वोटां की काउंटिंग जारी है। इस इलाके के चुनिंदा उम्मीदवार MLA बख्तावर सिंह अपने प्रतिबंधी बूटा सिंह तो 292 वोटां तो अगे चल रहे ने। ओए अंकल जी, मैनू तां पहले ही पता सी कि जित आपणी होणी है। जनाब मैं तां पहले ही किया सी, भाई सच्चे दिल नाल बंडी होई शराब इक ना इक दिन जरूर रंग लियांदी है। ओ देख लो बलाते लोकां ने बकरे। भाई स्मैक दा नशा ही इदां दा है, जिथे जनाब एक बार टिक टिक लग गई बस लग गई। सच्ची बात तो यो है जी, गांधी जी उतना देश के काम नहीं आए जितना थारे आगे। यो देख लो जी टीवी पर निरा पैसा बोल रहा जी। लो जी 5 साल लिए अपने सलूट तो पक्के हैं। सर मंत्री बनने तो बाद मैनू भी किसी पक्की नौकरी ते लवा दोगे जी? बस इतने ही धक्के जखांदा फिरी जाना। नहीं वैसे इतने भी ठीक ही हैं जी। सरकार का फैसला बिलासपुर की यह सीट करेगी। दोनों उम्मीदवार एक दूजे नु बरोबर दी टक्कर देंदे होए मैदान च डटे होए ने। कीदा पदना की गाय वॉल्यूम अप कर मैं भाभी, आके न्यूज़ देख ले। तू शूज नु तो गोली मार, तो खबरा ला खबरा। भाभी न्यूज़ खबरा ही हुंदी है। अच्छा टीडीपी न्यूज़ अपने श्रोताओं दा स्वागत करदे होए तुहानू दसना चाहंदी है कि तुहाडे एक एक कीमती वोट दा मुल पिया है, तुहाडी मेहनत रंग लियाई है। ते तुहाडे इलाके दे उम्मीदवार बख्तावर सिंह अपने प्रतिबंधी बूटा सिंह तो 12,786 वोटा तो हार गए ने। हेलो सर 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 जा छेती। ओए जा ओ वीर साडा जीत गया, जीत गया, सच्ची जीत गया। पर सुन अब बढ़िया किया ਭਾਬੀ, ਇਹ ਤਾਂ MLA ਬਣਿਆ। ਫਿਰ ਮੈਂ ਤਾਂ MLA ਨਹੀਂ ਬਣ ਗਈ ਨਾ। ਯੈਸ ਜਿੱਤ ਗਿਆ। ਹਾਏ ਹਾਏ ਹਾਏ, ਵੀਰ ਸਦਾ ਜਿੱਤ ਗਿਆ। ਹਾਏ ਹਾਏ, ਬੇਮਾਹੀ ਮੇਰਾ ਜਿੱਤ ਗਿਆ। ਸੁਣ ਇੰਨੀ ਖੁਸ਼ੀ ਦੀ ਗੱਲ ਹੈ, ਤੂੰ ਰੇਪ ਕਰ ਦੇ। ਓ ਭਾਬੀ ਰੇਪ ਨਹੀਂ ਰੈਪ ਹੁੰਦਾ। ਓ ਜੋ ਵੀ ਹੁੰਦਾ ਹੁੰਦਾ ਤਾਂ ਰੌਲਾ ਛੋਲਾ ਹੀ ਗੱਲ ਪਾ ਦੇ ਪਾ ਦੇ।
remix. Yo, we stay winning. Beat set up. Tu jo kehna hai da matlab ta hi hai na ki Bhutta jeet gaya. Yes. Ta phir chak de patte. Beat set up. Beat set up. Yo, we stay winning. Yo, we get money. Ya 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 ya. Yo 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 yo. Ta 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 ta. Yo, what? Yo, what? ਪੀ ਏ ਸਾਹਿਬ, ਇੱਕ ਗੱਲ ਦੱਸਾਂ ਤੁਹਾਨੂੰ, ਲੋਕਾਂ ਦਾ ਕੀ ਕਸੂਰ ਹੈ? ਸਾਡੀ ਸਮੈਕ ਨਕਲੀ ਨਿਕਲੀ ਹੈ ਜਨਾਬ, ਲੱਗਦਾ ਸ਼ਰਾਬ 'ਚ ਜ਼ਿਆਦਾ ਮਿਲਾਵਟ ਹੋ ਗਈ, ਇਸੇ ਕਰਕੇ ਲੋਕਾਂ ਨੇ ਸਾਡੀ ਕਦਰ ਨਹੀਂ ਪਾਈ। ਲੋਕਾਂ ਦਾ ਵੀ ਪਤਾ ਨਹੀਂ ਲੱਗਦਾ ਬਾਈ, ਨੋਟ ਕੀਤੇ ਲੈ ਲਿਆ, ਵੋਟ ਕਿਸ ਨੂੰ ਪਾ ਦੇਹਾਂ। ਵੈਸੇ ਤਾਂ ਮੈਂ ਚਿੰਤਾ ਨਾ ਕਰੋ ਜੀ, ਮਾਰੇ ਅੱਧੇ ਨੋਟ ਨਕਲੀ ਤੇ। ਲੋਕ ਵੀ ਅੱਜ ਕੱਲ੍ਹ ਜ਼ਿਆਦਾ ਸਿਆਣੇ ਹੋ ਯਾਰ, ਇੱਥੇ ਬੈਠੇ ਗੱਲਾਂ ਨਾਲ ਜੁੜੀ ਜਾਓ, ਜਾ ਕੇ ਰਸੋਈ ਚੋ ਘੀਆ ਚੱਕ ਕੇ ਲਿਆਓ, ਸਾਹਿਬ ਦੇ ਪੈਰ ਚੱਸੋ। ਮੈਂ ਹੁਣੇ ਲੈ ਕੇ ਆਇਆ। ਚੇਅਰਮੈਨ ਸਾਹਿਬ, ਸਾਡਾ ਸਾਰਿਆਂ ਦਾ ਕੈਰੀਅਰ ਤਬਾਹ ਹੋ ਗਿਆ ਇਸ ਘਟਨਾ ਦੇ ਨਾਲ। ਸਾਡੀ ਕੀਤੀ ਕਰਾਈ ਸਾਰੀ ਕੂਚ ਪੈ ਗਈ। ਭਾਜੀ, ਹੁਣ ਤਾਂ ਬੂਟਾ ਵੀ ਇਲੈਕਸ਼ਨ ਜਿੱਤ ਗਿਆ, ਹੁਣ ਤਾਂ ਪੈਸੇ ਦਿਲਾ ਦੇ ਯਾਰ। ਮੈਂ ਮੰਦਿਰ 'ਤੇ ਜਾ ਕੇ 11 ਰੁਪਏ ਦਾ ਪ੍ਰਸ਼ਾਦ ਚੜਾਵਾਂਗਾ। ਭਾਜੀ, ਮੇਰੀ ਬਾਤ ਤਾਂ ਸੁਣੋ। ਹੈਲੋ, ਉਹ ਗੁਪਤਾ ਖੁਦ ਵਾਲੇ ਜੀ? ਹਾਂਜੀ ਹਾਂਜੀ। ਅਰੇ, ਆਪਕੇ ਲਈ ਇੱਕ ਖੁਸ਼ੀ ਕੀ ਖਬਰ ਹੈ ਸਰ। ਕਿਆ ਸਰ, ਬਾਤ ਗਏ ਮੇਰੀ ਤਨਖਾਹ ਦੇਣੇ ਕੋ? ਓ ਨਹੀਂ ਜੀ, ਤਨਖਾਹ ਦੇਣੇ ਕੇ ਲਈ ਨਹੀਂ, ਮਾਨ ਗਏ, ਸਰ ਨੇ ਆਪਕੋ ਨੌਕਰੀ ਸੇ ਨਿਕਾਲ ਦਿਆ ਹੈ, ਅਬ ਬਰਖਾਸਤ ਹੋ ਗਏ ਆਪ, ਇੰਜੋਏ ਕਰੀਏ ਲਾਈਫ ਕਿੰਗ ਸਾਈਜ਼। ਨੌਕਰੀ ਵੀ ਗਈ, ਪੈਸੇ ਵੀ ਗਏ, ਹੁਣ ਕੀ ਕਰਾਂਗਾ ਮੈਂ? ਹੈਲੋ, ਸਤਿ ਸ਼੍ਰੀ ਅਕਾਲ ਸਰ। ਹਾਂਜੀ ਹਾਂਜੀ, ਗੱਲ ਕਰਾਉਣਾ ਜੀ। ਸੀਐਮ ਸਾਹਿਬ ਦਾ ਫੋਨ ਹੈ ਜੀ। ਹੈਲੋ ਜੀ, ਸਤਿ ਸ਼੍ਰੀ ਅਕਾਲ। ਤੂੰ ਤਾਂ ਬੜੀਆਂ ਗੱਲਾਂ ਮਾਰਦਾ ਸੀ, ਇਹ ਕਰ ਦਾਂਗਾ ਉਹ ਕਰ ਦਾਂਗਾ, ਆਹ ਕੀ ਕਰਤਾ? ਸਰ ਜੀ, ਲੋਕਾਂ ਦਾ ਕੀ ਪਤਾ ਉਹਨਾਂ ਨੂੰ ਕਦ ਅਕਲ ਆ ਜਾਏ। ਬਥੇਰਾ ਪੈਸਾ ਵੰਡਿਆ, ਬਥੇਰਾ ਨਸ਼ਾ ਵੰਡਿਆ, ਪਰ ਅਸੀਂ ਤਾਂ ਪਰਪੁਰ ਨੂੰ ਮਾਰ ਗੋਲੀ। ਹੁਣ ਇੱਕੋ ਤਰੀਕਾ ਬਚਣ ਦਾ, ਬੂਟਾ ਸਿੰਘ ਨੂੰ ਆਪਣੀ ਪਾਰਟੀ 'ਚ ਲੈ ਲੈ। ਬੂਟਾ ਸਿੰਘ ਨੂੰ? ਹਾਂ, ਇਹ ਕੰਮ ਹੋ ਗਿਆ ਤੇ ਤੇਰੀ MP ਦੀ ਟਿਕਟ ਪੱਕੀ, ਸਮਝਿਆ? ਜੋ ਹੁਕਮ ਸਰਕਾਰ, ਜੋ ਹੁਕਮ, ਮੈਂ ਹੁਣੇ ਹੀ ਚੱਲਿਆ। ਓਏ ਸ਼ਰਮਾ ਜੀ, ਲਵਲੀਨ ਕਿੱਥੇ? ਅੰਦਰ ਹੈ ਸਰ, ਪੈਸੇ ਮੈਂ ਸਮਝ ਗਿਆ ਜੀ, ਆਈਡੀਆ ਇਹ ਵੀ ਘੈਂਟ ਹੈ। ਹਾਂ ਸਾਰਿਆਂ ਨੇ ਫੈਸਲਾ ਕੀਤਾ ਸੀ ਰਲ ਕੇ, ਬਿਲਕੁਲ ਠੀਕ ਠਾਕ ਸੀ। ਬਹੁਤ ਹੀ ਖੁਸ਼ੀ ਦੀ ਗੱਲ ਆ, ਉੱਥੋਂ ਹੀ ਸਾਰਾ ਫਿਰ ਮੈਂ ਦੱਸੀ ਜਾਂਦਾ ਸੀ ਇਹਨਾਂ ਨੂੰ। ਮੈਂ ਤੈਨੂੰ ਬਾਅਦ ਕਰਦਾ। ਬਿਲਾਸਪੁਰ ਇਲਾਕੇ ਦੇ ਲੋਕਾਂ ਦੀ ਸ਼ਾਨ, ਲੋਕਾਂ ਦੀ ਜਿੰਦ ਜਾਨ, ਜਿਨ੍ਹਾਂ ਨੇ ਰਾਜਨੀਤੀ ਦੇ ਵੱਡੇ ਵੱਡੇ ਥੰਮਾਂ ਦੀਆਂ ਜੜਾਂ ਹਿਲਾ ਕੇ ਰੱਖ ਦਿੱਤੀਆਂ ਨੇ, ਅੱਜ ਅਸੀਂ ਉਹਨਾਂ ਦੇ। ਹਾਂ,
ਪੁੱਤਰ ਉਸ ਦਿਨ ਤੂੰ ਸਹੀ ਕਹਿ ਰਿਹਾ ਸੀ। ਜਦ ਬੰਦਾ ਸਕਸੈਸਫੁਲ ਹੁੰਦਾ ਹੈ ਤਾਂ ਉਸਦੇ ਜੋਕ ਨੂੰ ਵੀ ਲੋਕ ਸੀਰੀਅਸਲੀ ਲੈਂਦੇ ਨੇ। ਇਹ ਕੀ ਹੈ? ਅਤੇ ਜਦ ਬੰਦਾ ਫਲੋਪ ਹੋ ਜਾਂਦਾ ਹੈ ਤਾਂ ਉਸਦੀ ਸੀਰੀਅਸ ਗੱਲ ਨੂੰ ਵੀ ਲੋਕ ਜੋਕ ਕਹਿੰਦੇ ਨੇ। ਅੱਜ ਭਗਤਾਵਰ ਸਿੰਘ ਵੱਲ ਜ਼ੋਰਾਵਰ ਸਿੰਘ ਤੁਹਾਡੇ ਅੱਗੇ ਇੱਕ ਜੋਕ ਬਣ ਕੇ ਖੜ੍ਹਾ ਹੈ। ਤੁਸੀਂ ਚਾਹੋ ਤਾਂ ਮੇਰੇ ਉੱਤੇ ਹੱਸ ਸਕਦੇ ਹੋ ਅਤੇ ਚਾਹੋ ਤਾਂ ਮੇਰੀ ਗੱਲ ਸੀਰੀਅਸਲੀ ਲੈ ਸਕਦੇ ਹੋ। ਜੀ, ਮੈਂ ਤਾਂ ਤੁਹਾਡੇ ਲਈ ਸੀਐਮ ਸਾਹਿਬ ਦਾ ਇੱਕ ਸੰਦੇਸ਼ ਲੈ ਕੇ ਆਇਆ। ਸੀਐਮ ਰੂਪਨ, ਤੁਸੀਂ ਕਹਿੰਦੇ ਹੁੰਦੇ ਸੀ ਨਾ ਕਿ ਜਦੋਂ ਲੋਕੀ ਜਾਣ 'ਤੇ ਬੰਦਾ ਅਰਸ਼ 'ਤੇ ਹੁੰਦਾ ਹੈ ਔਰ ਜਦੋਂ ਲੋਕੀ ਜਾਣ 'ਤੇ ਬੰਦਾ ਫਰਸ਼ 'ਤੇ, ਅਤੇ ਅੱਜ ਦੇਖੋ ਪਾਪਾ ਜੀ ਤੁਹਾਡੇ ਘਰ ਦੇ ਫਰਸ਼ 'ਤੇ ਖੜ੍ਹੇ ਨੇ। ਰੂਪਨ, ਜਿਸ ਪਿਆਰ ਲਈ ਤੁਸੀਂ ਇੰਨੀ ਔਖੀ ਲੜਾਈ ਲੜੀ, ਅੱਜ ਘੱਟ ਤੋਂ ਘੱਟ ਉਹਦੀ ਜਿੱਤ ਤਾਂ ਸਵੀਕਾਰ ਕਰ ਲਓ। ਜਿੱਤ? ਕਿਹੜੀ ਜਿੱਤ ਬਈ? ਔਰ ਅੱਜ ਪਾਪਾ ਜੀ ਇੱਥੇ ਵੋਟਾਂ ਲਈ ਨਹੀਂ, ਸਾਡੇ ਪਿਆਰ ਵਾਸਤੇ ਆਏ ਨੇ। ਉਹ ਬਈ, ਸਾਨੂੰ ਵੀ ਦੱਸ ਦਿਓ ਕੀ ਬੁਝਾਰਤਾਂ ਜਾਂ ਪਾਈ ਜਾਂਦੇ ਹੋ। ਆ ਜਿੱਤ, ਲੜਾਈ, ਵੋਟ ਬੈਂਕ ਤੇ ਅਰਸ਼ ਫਰਸ਼। What do you mean by that? How do you do? ਹਾਂ, ਇਹਨਾਂ ਦਾ ਮਤਲਬ ਹੈ ਕਿ ਸਾਨੂੰ ਮਤਲਬ ਤਾਂ ਸਮਝਾਓ ਕਿ ਇਹਦਾ ਮਤਲਬ ਕੀ ਹੈ। ਹਾਂ, ਜਾ ਜਾ ਜਾ। ਮਤਲਬ ਜੀ, ਜਿਵੇਂ ਕਹਿੰਦੇ ਹੁੰਦੇ ਆ ਨਾ ਜੀ, ਹਮ ਬਨੇ ਤੁਮ ਬਨੇ ਇੱਕ ਦੂਜੇ ਕੇ ਲਈ ਹੋਤਾ ਹੈ ਨਾ ਜੀ। ਓ ਤੇਰੀ, ਅੱਛਾ ਤਾਂ ਇਹ ਸਾਰਾ ਡਰਾਮਾ। ਅੱਛਾ ਪ੍ਰੋਫੈਸਰ ਸਾਹਿਬ, ਹਾਂਜੀ, ਤੁਸੀਂ ਤਾਂ ਸਿਆਣੇ ਬਹਿਣੇ ਬੰਦੇ ਹੋ ਤੇ ਤੁਸੀਂ ਤਾਂ ਮੈਨੂੰ ਦੱਸੀ ਨਹੀਂ ਇਹ ਗੱਲ। ਬੂਟਾ ਸਿੰਘ ਜੀ, ਇਹ ਮੈਨੂੰ ਆਪ ਪਤਾ ਹੁੰਦੀ ਤਾਂ ਹੀ ਮੈਂ ਤੁਹਾਨੂੰ ਦੱਸਦਾ ਨਾ। ਤੁਹਾਨੂੰ ਵੀ ਨਹੀਂ ਪਤਾ? ਨਾ। ਤੇਰੇ ਪਾਏ ਹੋਏ ਸਿਆਪੇ ਨੇ। ਇੱਕ ਮਿੰਟ ਜੀ, ਅੰਦਰ ਮੈਂ ਬਣਾਉਂਦਾ ਪੂਰਾ। ਬਹੁਤ ਪਿਆਰ ਕਰਦੇ ਨੇ ਆਪਣੇ ਵੀਰ ਨੂੰ, ਬਚਪਨ ਤੋਂ ਬੜੇ ਲਾਡਾਂ ਨਾਲ ਪਾਲਿਆ। ਘਰੇਲੂ ਪਿਆਰ ਏਦਾਂ ਹੀ ਹੁੰਦਾ? ਤੁਹਾਡੇ ਘਰਾਂ ਚ ਵੀ ਤਾਂ ਏਦਾਂ ਹੀ ਚੱਲਦਾ ਨਹੀਂ? ਪ੍ਰੋਫੈਸਰ ਸਾਹਿਬ, ਹਾਂਜੀ ਹਾਂਜੀ, ਰੇਡੀਅਲ ਟਾਇਰ ਜੀ ਨੂੰ ਭੇਜਿਓ। ਜਾਓ ਜੀ, ਜਾਓ ਜਾਓ, ਆ ਜਾ ਆ ਜਾ ਆ ਜਾ ਸਾਹਿਬ, ਤੁਸੀਂ ਵੀ ਆ ਜਾਓ। ਉਹ ਨਹੀਂ ਜੀ, ਮੈਂ ਇੱਥੇ ਹੀ ਠੀਕ ਹਾਂ। ਚਲੇ ਜਾਓ, ਤੁਹਾਨੂੰ ਵੀ ਬਹੁਤ ਪਿਆਰ ਕਰਨਗੇ। ਨਹੀਂ ਜੀ, ਆ ਜਾ। ਪ੍ਰੋਫੈਸਰ ਸਾਹਿਬ, ਤੁਸੀਂ ਆ ਜਾਓ। ਨਹੀਂ ਨਹੀਂ ਜੀ, ਤੁਸੀਂ ਇੱਥੇ ਆ ਜਾਓ, ਆਪਾਂ ਇੱਥੇ ਹੀ ਗੱਲ ਕਰ ਲੈਂਦੇ ਆ। ਆ ਜਾਓ ਆ ਜਾਓ। ਉਹ ਜਸੋਏ ਕਰਤੀ ਲਾਲ ਮੇਰੀ ਤੇ ਗੱਲ। ਦੇਖੋ ਜੀ, ਇਹ ਤਾਂ ਤੁਹਾਡੇ ਘਰ ਦਾ ਮਸਲਾ ਸੀ, ਮੈਂ ਇੱਕ ਪੋਲੀਟੀਕਲ ਮਸਲਾ ਲੈ ਕੇ ਆਇਆ ਤੁਹਾਡੇ ਕੋਲ। ਦੱਸੋ। ਸੀਐਮ ਸਾਹਿਬ ਕਹਿੰਦੇ ਨੇ ਕਿ ਤੁਸੀਂ ਸਾਡੀ ਪਾਰਟੀ ਜੁਆਇਨ ਕਰ ਲਓ। ਮੈਂ ਤਾਂ ਕਹਿੰਦਾ ਜਿਹੜੀ ਗੱਲ ਆਪਾਂ ਉਸ ਦਿਨ ਸੋਚਦੇ ਸੀ ਉਹ ਡਨ ਕਰਕੇ ਇਹ ਫੇਰ ਕਾਬੂ ਚ ਆਉਣਗੇ। ਇੱਕ ਮਿੰਟ, ਤੂੰ ਇਧਰ ਆ, ਤੂੰ ਪਰ ਰਹਿ। ਇਸੇ ਤਰ੍ਹਾਂ ਹੀ ਆਪਾਂ ਕਾਮਯਾਬ ਹੋ ਸਕਦੇ ਹਾਂ ਤੇ ਆਪਾਂ ਮਹੀਨੇ 'ਚ ਤਾਂ ਕੰਮ ਕਰ ਦਾਂਗੇ। ਸਰਦਾਰ ਸਾਹਿਬ ਜੀ, ਅਸੀਂ ਤੁਹਾਡੀ ਮੰਗ ਮਨਜ਼ੂਰ ਕਰਦੇ ਹਾਂ, ਪਰ ਇਹਦੇ ਨਾਲ ਨਾਲ ਸਾਡੀ ਵੀ ਇੱਕ ਛੋਟੀ ਜਿਹੀ ਸ਼ਰਤ ਹੈ। ਜੀ ਦੱਸੋ। ਸਾਡਾ ਇਹ ਫੈਸਲਾ ਹੈ ਕਿ ਸਰਦਾਰ ਬੂਟਾ ਸਿੰਘ ਜੀ ਨੂੰ ਇੱਕ ਮਹੀਨੇ ਲਈ ਸੂਬੇ ਦਾ ਚੀਫ ਮਿਨਿਸਟਰ ਬਣਾਇਆ ਜਾਵੇ। ਜੀ, ਮੈਂ ਜ਼ਰਾ ਇੱਕ ਫੋਨ।
ਵੇਖ ਲੈ ਕਿੰਨੀ ਕੁੱਟ ਪਈ ਆ ਵੇਖ ਆ ਜਸ ਵੀ ਝਾਂਪਿਆ ਗਿਆ ਭਾਬੀ ਜੀ ਇੱਕ ਗਲਾਸ ਪਾਣੀ ਮਿਲੇਗਾ ਅੰਦਰ ਆ ਜਾ ਫਰਿੱਜ ਚੱਲਦਾ ਜਿਵੇਂ ਨਹੀਂ ਨਹੀਂ ਮੈਂ ਘਰੇ ਜਾ ਕੇ ਪੀ ਲੂੰਗਾ ਜੀ ਤੇਰੀ ਮਰਜ਼ੀ Done it. Okay. Thank you very much. ਬਹੁਤ ਬਹੁਤ ਮੁਬਾਰਕਾਂ ਮੁਬਾਰਕਾਂ ਜੀ ਮੁਬਾਰਕਾਂ ਬਹੁਤ ਬਹੁਤ ਮੁਬਾਰਕਾਂ ਚੰਗਾ ਸਤਿ ਸ਼੍ਰੀ ਅਕਾਲ 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 ਲਵ ਯੂ ਲਵ ਯੂ ਚੀਫ ਮਿਨਿਸਟਰ ਦੀ ਘਰ ਵਾਲੀ ਬਣ ਜਾਣਾ ਤੂੰ ਯੈਸ ਮਿਸਿਸ ਚੀਫ ਮਿਨਿਸਟਰ ਚੀਫ ਨਹੀਂ ਚੀਫ ਜੋ ਵੀ ਹੁੰਦਾ ਹੁੰਦਾ ਤਾਂ ਸਭ ਤੋਂ ਉੱਤੇ ਹੀ ਆ ਨਾ ਓਏ ਲੈ ਵੀ ਮਿਲ ਗਿਆ ਹੁਣ ਮੈਨੂੰ ਸੌਣ ਵੇਲੇ ਗੁੱਡ ਨਾਈਟ ਕਹਿ ਦਿਆ ਕਰੀ ਕਿਉਂ ਸੀਐਮਓ ਸੋਇਆ ਕਰਾਂਗੇ ਅੱਜ ਇੱਕ ਇਤਿਹਾਸਿਕ ਦਿਨ ਹੈ ਸਾਲਿਓ ਅੱਜ ਤੁਹਾਡੇ ਨਾਲ ਮੈਂ ਬਹੁਤ ਨਾਰਾਜ਼ ਹਾਂ ਓਏ ਅੱਜ ਤੁਹਾਡੀਆਂ ਚੜ੍ਹਾਈਆਂ ਹੋਈਆਂ ਅਤੇ ਕੱਪੜੇ ਕਿਸੇ ਹੋਰ ਡਰਾਈ ਕਲੀਨ ਤੋਂ ਲੈ ਲਏ ਉਹ ਚੁੱਪ ਕਰ ਯਾਰ ਉਹ ਅੱਜ ਤਾਂ ਕੱਪੜੇ ਆਪਣੇ ਨੇ ਬੂਟਾ ਸਿੰਘ ਜੀ ਨੂੰ ਸਰ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਜਿੰਨਾ ਤੁਸੀਂ ਮੈਨੂੰ ਪਿਆਰ ਦਿੱਤਾ ਔਰ ਮੈਂ ਕਦੇ ਇਸ ਅਚੀਵਮੈਂਟ ਬਾਰੇ ਸੋਚਿਆ ਨਹੀਂ ਸੀ ਬਸ ਲੋਕਾਂ ਦੇ ਪਿਆਰ ਸਦਕਾ ਅਤੇ ਲੋਕਾਂ ਦੇ ਸਹਿਯੋਗ ਸਦਕਾ ਇਸ ਮੁਕਾਮ 'ਤੇ ਪਹੁੰਚੇ ਪਰ ਅੱਜ ਮੈਂ ਤੁਹਾਨੂੰ ਇਸ ਸਟੇਜ ਤੋਂ ਇਹ ਯਕੀਨ ਦਿਵਾਉਣਾ ਕਿ ਜੋ ਲੋਕਾਂ ਦੇ ਹੱਕ ਦੇ ਲੋਕਾਂ ਦੇ ਪੱਖ ਦੇ ਫੈਸਲੇ ਅਸੀਂ ਕਰਾਂਗੇ ਉਹ ਤੁਹਾਨੂੰ ਬੜੀ ਜਲਦੀ ਨਜ਼ਰ ਵੀ ਆਉਣ ਲੱਗ ਜਾਣਾ ਮੈਂ ਬੂਟਾ ਸਿੰਘ ਤੇ ਮੈਂ ਗੁਲਾਬ ਉਹ ਭਾਬੀ ਬਹਿ ਜਾ ਬਹਿ ਜਾ ਬਹਿ ਜਾ ਮੈਂ ਬੂਟਾ ਸਿੰਘ ਸੰਵਿਧਾਨ ਦੀ ਕਸਮ ਖਾਂਦਾ ਹਾਂ ਅੰਕਲ ਜੀ ਕੀ ਹੈ ਇਹ ਉਸ ਸੈਰਮਨੀ ਤੋਂ ਬਾਅਦ ਮੇਰੀ ਔਰ ਲਵਲੀਨ ਦੀ ਰਿੰਗ ਸੈਰਮਨੀ ਪੱਕੀ ਸੀ ਨਾ ਨੈਵਰ ਕੀ ਮਤਲਬ ਤੁਸੀਂ ਤਾਂ ਕਹਿੰਦੇ ਸੀ ਪੋਲੀਟੀਸ਼ੀਅਨ ਔਰ ਬਿਜ਼ਨਸਮੈਨ ਦਾ 9 ਮਾਸ ਦਾ ਰਿਸ਼ਤਾ ਹੁੰਦਾ ਨੌ ਕੱਟਣ ਵਾਸਤੇ ਕੀ ਚਾਹੀਦਾ ਹੁੰਦਾ ਹੈ ਕੈਂਚੀ ਹਾਂ ਸਾਡੀ ਪਾਰਟੀ ਦਾ ਚੋਣ ਨਿਸ਼ਾਨ ਕੀ ਹੈ ਕੈਂਚੀ ਹਾਂ ਤਾਂ ਸੋਚ ਤੇਰਾ ਨਾਂ ਕੱਟਿਆ ਗਿਆ ਕੀ ਮਤਲਬ ਓਏ ਸ਼ਾਦੀ ਦੇ ਕਾਰਡ ਤੋਂ ਤੇਰਾ ਨਾਂ ਕੱਟਿਆ ਥੈਂਕ ਯੂ ਵੈਰੀ ਮਚ ਮੇਰੀ ਵੀ ਇੱਕ ਤਮੰਨਾ ਪੂਰੀ ਕਰਵਾ ਦਿਓ ਜੀ ਮਹੀਨੇ ਕੁ ਵਾਸਤੇ ਸੀ ਐਮ ਸਾਹਿਬ ਨਾਲ ਪੀ ਏ ਲਵਾ ਦਿਓ ਜੀ ਨਹੀਂ ਵੈਸੇ ਤੁਹਾਡੇ ਨਾਲ ਵੀ ਠੀਕ ਹੀ ਹੈ ਜੀ ਹਾਂ
ਬਾਈ ਕਿਆ ਦੱਸਾਂ ਤੁਹਾਨੂੰ, ਜ਼ਿੰਦਗੀ ਮੈਂ ਪਹਿਲੀ ਵਾਰ ਗਿਆ ਤਾ ਬਿਜਲੀ ਕਾ ਬਿੱਲ ਭਰਨ, ਅੱਧਾ ਘੰਟਾ ਖੜਾ ਰਿਹਾ ਲਾਈਨ ਮੈਂ, ਤਾਂ ਕਿਤੇ ਜਮ੍ਹਾਂ ਹੋਇਆ। ਨਾਲੇ ਲੀਡਰੀ ਕੋਈ ਹੁਣ ਬਹੁਤੇ ਫਾਇਦੇ ਵਾਲਾ ਸੌਦਾ ਨਹੀਂ ਰਿਹਾ। ਮੈਨੂੰ ਤਾਂ ਐਂ ਲੱਗਾ ਬਾਈ ਹੁਣ ਇੱਟਾਂ ਕਾ ਪੱਠਾ ਦੁਬਾਰਾ ਚਾਲੂ ਕਰਨਾ ਹੀ ਪੈਣਾ ਮੈਨੂੰ। ਪੂਰੇ 4 ਦਿਨ ਹੋ ਗਏ ਸਲੂਟ ਵੱਜੇ ਨੂੰ, ਬਿਨਾਂ ਸਲੂਟ ਤੋਂ ਤਾਂ ਮੇਰੇ ਗਲ ਤੋਂ ਨੀਚੇ ਚਾਹ ਨਹੀਂ ਉਤਰਦੀ। ਮੈਨੂੰ ਵੀ ਲੱਗਦਾ ਹੁਣ ਫੇਰ ਦੁਬਾਰਾ ਪੰਸਾਰੀ ਦੁਕਾਨ ਖੋਲਣੀ ਪੈਣੀ ਹੈ। ਠੀਕ ਆਖਿਆ ਭਾਈ, ਕੀ ਦੱਸਾਂ ਭਰਾਵਾ, ਲਾਲ ਬੱਤੀ ਗੱਡੀ 'ਚੋਂ ਪੱਟ ਕੇ ਐਂ ਸੁੱਟਤੀ ਜਿਵੇਂ ਖੇਤ 'ਚੋਂ ਮੂਲੀ ਪੱਟ ਕੇ ਸਿੱਟੀ ਦੀ ਹੈ। ਤੁਹਾਨੂੰ ਤਾਂ ਪਤਾ ਹੀ ਹੈ ਪਿਛਲੇ 15 ਸਾਲ ਤੋਂ 1 ਕਿਲੋਮੀਟਰ ਵੀ ਆਦਤ ਨਹੀਂ ਮੈਨੂੰ ਲਾਲ ਬੱਤੀ ਤੋਂ ਬਿਨਾਂ ਚੱਲਣ ਦੀ। ਲੱਗਦਾ ਉਹੀ ਕੰਮ ਦੁਬਾਰਾ ਕਰਨਾ ਪਊ, ਤੂੜੀ ਦੇ ਟਾਲ ਵਾਲਾ। ਮੈਨੂੰ ਤਾਂ ਗਨਮੈਨ ਤੋਂ ਬਿਨਾਂ ਸੈਰ ਕਰਨ ਦੀ ਆਦਤ ਨਹੀਂ, ਹੁਣ ਐਸੀ ਆਦਤ ਪਈ ਹੈ ਨੇਪਾਲੀ ਨੂੰ ਗੰਨ ਫੜਾ ਕੇ ਲੈ ਕੇ ਆਇਆ ਨਾ। ਮੈਨੂੰ ਲੱਗਦਾ ਬਈ ਦੁਬਾਰਾ ਤੋਂ ਫਿਰ ਕਬਜ਼ੇ ਲੈਣ ਵਾਲਾ ਕੰਮ ਸ਼ੁਰੂ ਕਰਨਾ ਪੈਣਾ। ਉਹ ਭਰਾਵਾ ਇਹਦਾ ਮੂੰਹ ਪਾਸੇ ਨਾ ਰੱਖੀ, ਕਿਤੇ ਸਾਡੇ ਵੱਲ ਨਾ ਖੋਲ ਦੇਈ। ਚਿੰਤਾ ਨਾ ਕਰੋ ਚੇਅਰਮੈਨ ਸਾਹਿਬ, ਖਾਲੀ ਹੈ। ਜਿਹੋ ਜਿਹੇ ਸਾਡੇ ਦਿਨ ਚੱਲਦੇ ਪਏ ਨਾ, ਇਹ ਖਾਲੀ ਵੀ ਚੱਲ ਪੈਂਦੀਆਂ ਹੁੰਦੀਆਂ। ਸੱਚ ਆਖਦਾ ਭਰਾਵਾ,